ਤੁਹਾਡਾ ਦੋਸਤ ਸਾਹ ਸੁਲੇਮਾਨ, ਤੁਸੀਂ ਦੇਖ ਰਹੇ ਹੋ ਜਨਾਬ ਯੂਟਿਊਬ ਚੈਨਲ ਕਬੂਤਰ ਜ਼ਿੰਦਗੀਆਂ ਪਾਕਿਸਤਾਨ। ਸਾਰੇ ਦੋਸਤ ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਅੱਗੇ ਦੋਸਤਾਂ ਨਾਲ ਸ਼ੇਅਰ ਕਰੋ। ਓਕੇ ਓਕੇ। ਤੇ ਮੈਂ ਇਸ ਟਾਈਮ ਮੌਜੂਦ ਹਾਂ ਜੀ ਨਾਸਰ ਦੀ ਛੱਤ ਤੇ। ਖੋਖਰ ਵੀ ਇਹ ਸਾਰੇ ਬੜੇ ਕਾਫੀ ਦੋਸਤ, ਜੇਦੀ ਵੀ ਇਹ ਇੱਧਰ ਜੇਦੀ ਦੇ ਉਸਤਾਦ ਵੀ ਨੇ। ਤੇ ਦੋਸਤੋ ਅੱਜ ਬੜਾ ਨੇਰ ਤੂਫਾਨ ਚੱਲੇ ਆ ਤੇ ਜੇਦੀ, ਮੈਂ ਕਹਿੰਦਾ ਜੇਦੀ ਦੇ ਕਬੂਤਰ ਇੱਧਰ ਡਾਏ ਸਨ ਤੇ ਖੋਖਰ ਨੇ ਵੀ ਕਬੂਤਰ ਅਜੇ ਡਾਏ ਸਨ। ਖੋਖਰ ਨੇ ਵੀ ਬੜਾ ਭੜਾ ਹਾਲ ਹੋਇਆ ਤੇ ਮੇਰਾ ਤਾਂ ਦੂਸਰਾ ਆ ਰਿਹਾ, ਵੇਖੋ ਦੂਸਰਾ ਕਬੂਤਰ ਆ ਗਿਆ ਦਾ। ਮਹਾਂ ਜੀ ਮੈਂ ਦਹਾਨਾ ਬਾਅਦ ਚ, ਫਿਰ ਬਾਕੀ ਗੱਲਾਂ ਬਾਅਦ ਚ ਕਰਦੇ ਆ। ਠਾਪਾ ਤਾਲਾ ਜ਼ੀਰਾ ਸੀ, ਖੋਚਲ ਹੋ ਗਈ ਨਹੀਂ ਨਹੀਂ ਇਹ ਦੋਸਤ ਇਹ ਕਬੂਤਰ ਦਾ ਬੈਂਡ ਇਹ ਖੋਖਰ ਦਾ, ਇਹ ਕਿੱਧਰ ਗਏ ਇਹਨੇ ਭਾਜੀ? ਅੱਜ ਕੱਲ੍ਹ ਮਸਾਲੇ ਬੜੇ ਲਾਏ ਇਹਨੇ ਕਬੂਤਰ। ਇਹ ਬੈਂਡ ਇਹ ਕਬੂਤਰ ਬੈਂਡ ਇਹ ਖੋਖਰ ਦੀ ਛੱਤ ਵਾ ਉਹ ਦੂਰ ਇੱਥੋਂ। ਅਤੇ ਇਹ ਜੇ ਕਬੂਤਰ ਦਾ ਇਹ ਕਬੂਤਰ ਜਿਹਦਾ ਇਹ ਕਬੂਤਰ ਇਹ ਫਿਰਨ ਡਿਆ, ਇਹ ਇੱਥੋਂ ਫਿਰ ਆ ਗਿਆ ਇੱਧਰ। ਇਹ ਬੈਂਡ ਇਹ ਉਹ ਬਹਿ ਗਿਆ ਜੀ, ਉਹ ਬਹਿ ਗਿਆ, ਇਹ ਬੈਠਾ ਜੀ ਉਹ ਖੋਖਰ ਦੀ ਛੱਤ 'ਤੇ, ਉਹ ਬਹਿ ਗਿਆ ਦੋਸਤੋ। ਅਤੇ ਅੰਦਰ ਲੰਗਰ ਚੱਲਣ ਡਿਆ, ਕੰਮ ਪੂਰਾ ਜਾਰੀ ਔਰ ਸਾਰੀ ਹੈ। ਅਤੇ ਨਾਸਰ ਦੇ ਪਿਆਰ ਨੇ ਕਬੂਤਰ ਉੱਤੇ ਗਏ ਸੀ। ਅੱਛਾ, ਦੋ ਆਏ ਨੇ, ਦੋ ਆਏ ਨੇ, ਘਾਟਾ ਪਹਿਲੇ ਬੈਠਾ। ਅੱਛਾ, ਇਹ ਕਿਹਾ ਆਇਆ ਚਾਰ ਉੱਤੇ ਨੇ ਵੱਡੀ ਸਲਾਹ ਜੀ, ਸਾਡਾ ਵੀ ਚੁੱਟ ਦਾ ਹੋਏ ਨਾ, ਤੁਹਾਡਾ ਵੀ ਦਿਖਾਣਾ ਆ ਜੀ। ਜੀ ਖੋਖਰ ਨੇ ਤਾਂ ਪਹਿਲਾਂ ਨਿਬੜ ਲਈ ਯਾਰ, ਇੱਕ ਮਿੰਟ ਦਾ ਜੀ ਖੋਖਰ ਭਾਈ। ਅੱਜ ਬੜੇ ਲੋਕਾਂ ਦਾ ਨੁਕਸਾਨ ਹੋਇਆ ਬੜਾ, ਲੇਕਿਨ ਜਿੰਨੀ ਕੱਲ ਗਰਮੀ ਸੀ ਨਾ, ਜਿੰਨੀ ਕੱਲ ਗਰਮੀ ਸੀ, ਹਵਾ ਸੀਗੀ ਸੀ, ਹਵਾ ਸੀ, ਗਹਿਰ ਵੀ ਬੜੀ ਬਣ ਗਈ ਸੀ ਉੱਤੇ, ਲੇਕਿਨ ਅੱਲਾਹ ਪਾਕ ਨੇ ਰਹਿਮਤ ਕਰ ਛੱਡੀ। ਲੇਕਿਨ ਕਬੂਤਰਬਾਦ ਵਾਸਤੇ ਨੁਕਸਾਨ ਕੀਤਾ, ਕੀ ਹਾਲ ਹੈ? ਕਬੂਤਰਬਾਦ ਵਾਸਤੇ ਹੋਣਾ ਚਾਹੀਦਾ, ਹੋਣਾ ਚਾਹੀਦਾ ਜੀ। ਗੱਲ ਹੈ ਕੀ ਇਹ ਗੱਲ ਮੈਂ ਕਰਾਂਗਾ, ਚਿੜੀ ਮਾਰਾਂ ਦੀ ਮੌਜਾਂ ਲੱਗ ਗਈਆਂ, ਚਿੜੀ ਮਾਰਾਂ ਨੇ ਅੱਜ ਢੇਰ ਢੇਰ ਫੜੇ ਨੇ। ਜਾ ਜੀ ਜਾ ਜੀ, ਲਈਆ ਨਾਸਰ ਨਾਲ ਮਲਵਾਨੇ ਆ ਦੋਸਤ, ਜਿਹੜਾ ਮੂਵੀ ਦੇਖ ਰਿਹਾ ਬੰਦਾ ਅੱਜ ਦੇ ਦਿਨ ਕਬੂਤਰ ਫੜੇ ਨਾ, ਤੇ ਬਰਾਏ ਮਿਹਰਬਾਨੀ ਫੋਨ ਕਰ ਦਿਓ, ਸਦਕਾ ਜਾਈਏ ਸਮਝ ਕੇ ਫੋਨ ਕਰਕੇ ਦੇ ਦੇ ਬਾਬਾ, ਖੁਦਾ ਦਾ ਨਾਮ ਹੈ। ਹਾਂਜੀ, 1000-2000 ਨਾਲ ਤੁਹਾਡਾ ਕੁਛ ਨਹੀਂ ਬਣਨਾ। ਵੈਰੀ ਗੁੱਡ। ਬਰਬਾਦੀ ਬਦਵਾ ਅਰਸ਼ ਲਾ ਦਿੰਦੀ ਹੈ, ਬੜੀ ਭੈੜੀ ਹੁੰਦੀ ਹੈ, ਇਹ ਗੱਲ ਸਹੀ ਹੈ। ਦਰਵੇਸ਼ ਹੁੰਦਾ ਦੇਖੋ, ਅਰਸ਼ ਲਾ ਦਿੰਦੀ ਹੈ, ਦਰਵੇਸ਼ ਹੀ ਹੈ। ਜਦੋਂ ਤੱਕ ਉਹ ਤਾਂ ਕਿਸੇ ਨੇ ਫੜਿਆ ਤੇ ਨਾਸਰ ਦੇ ਮੂੰਹ ਦਵਾ ਨਿਕਲ ਜੇ ਤਾਂ ਹੁੰਦਾ ਤੇ ਜੜਾ ਕਰਕੇ ਹੋ ਗਿਆ। ਲਈ ਅਸਰਾ ਤੇ ਕਈ ਲੋਕੀ ਨੇ ਇਸ ਤਰ੍ਹਾਂ, ਕਈ ਨਾ ਚਿੜੀ ਮਾਰਾਂ ਨੇ ਫੜ ਕੇ ਜ਼ਬਤ ਕਰ ਲੈਂਦੇ, ਉਹ ਚਾਰ ਮੁਲਾ ਲੱਗੀ ਜੋੜੇ ਪਾ ਕੱਟ ਕੇ ਯਾ, ਤੇ ਬੰਦਾ ਮਰਨ ਲੱਗੇ ਤਾਂ ਇਹੋ ਜਿਹੀ ਗੱਲਾਂ ਕਰਦਾ। ਮੰਨਣਾ ਤਾਂ ਸਭ ਨੇ ਯਾ, ਕੋਈ ਹਾਜੂ ਜਿੱਦੇ ਜਾਣ ਲੱਗਣਾ ਤਾਂ ਇਹੋ ਜਿਹੀ ਗੱਲਾਂ ਦੇ ਜਾ ਰਿਹਾ ਨਾ ਉਮਰੇ ਤੇ, ਉਮਰੇ ਤੇ ਜਦੋਂ ਇਹਨੇ ਆਪ ਜਾ ਰੱਖਿਆ ਸੀ ਉਦੋਂ ਕਿਸੇ ਦਾ ਦਿੰਦਾ ਵੀ ਨਹੀਂ ਸੀ, ਉਦੋਂ ਡੱਬੇ ਥੱਲੇ, ਉਦੋਂ ਦੱਸਾਂ ਕੀ ਕਹਿੰਦਾ ਸੀ, ਟੋਕਰੇ ਥੱਲੇ 500 ਰੁਪਏ ਦੀ ਟਿਕਟ ਲਾਈ ਸੀ, ਟਿਕਟ ਲਾਈ ਸੀ 500 ਦਾ, 5000 ਰੁਪਏ ਦੇ, ਠੀਕ ਹੈ 500 ਰੁਪਏ ਦੀ ਟਿਕਟ ਲਾਈ ਸੀ। ਹੁਣ ਯਾ ਤੇ ਇਹਨੇ ਮਰਨਾ ਹੀ, ਨਹੀਂ ਤੇ ਚੱਲਿਆ ਉਮਰਾਂ ਦੇ ਬੜੇ ਗੁਨਾਹ ਪੂਰੇ ਕਰਨ ਦਾ, ਕੋਈ ਨਾ ਕੋਈ ਗੱਲ ਹੈ, ਵਾਪਸ ਕਰ ਦੋ ਪੈਸੇ ਲੈ ਕੇ, ਥੋੜੇ ਪੈਸੇ ਲੈ ਲਓ, ਥੋੜੇ ਬਹੁਤ 500 ਲੈ ਲਓ, 1000 ਲੈ ਲਓ ਯਾਰ, ਹੋਰ ਦੱਸੋ। ਕੀ ਜੇਦੀ ਮਕਬੂਲ ਹੈਗਾ 1500? 1500 ਦੇਖੋ ਜੀ, ਅੱਛਾ ਕਬੂਤਰ 1000 ਰੁਪਏ ਦਾ ਵੀ ਦੇਖੋ ਸਮਝ ਆ ਜਾਂਦਾ, ਲੇਕਿਨ ਇਹ 80 ਤੁਸੀਂ ਵਿਗਾੜ ਦਿੱਤਾ ਹੋਇਆ। ਮੈਂ ਲਾ ਲਾ ਕੇ ਨਾ ਯੂਟਿਊਬ ਤੇ, ਉਹ ਫਲਾਣੇ ਨੇ 10000 ਮੰਗ ਲਿਆ, ਉਹ ਫਲਾਣੇ ਨੇ 20000 ਮੰਗ ਲਿਆ,
ਸਾਡੇ ਕੋਲ ਤਾਂ ਨਹੀਂ ਕਦੀ ਕਿਸੇ ਨੇ 10 20 ਮੰਗਿਆ ਭਾਈ ਗੱਲ ਜੀ 1500 ਚ ਅਸੀਂ ਲੈ ਲੈਨੇ ਆ ਜਾ ਕੇ ਕਿੰਨੀ ਦੀ ਦੜਵੀ ਹੋਈ ਪਾਈ ਨੇ ਤੈਨੂੰ ਮੈਂ 10 ਸਾਲ ਰੱਖੀ ਹੈ ਕਈ ਦੜਵੀ ਦੇ ਜੰਨਾ ਮਹਿੰਗਾ ਕੂਤਾ ਵੇਚਿਆ ਸੀ ਕਿੰਨੇ ਦਾ 10000 ਰੁਪਏ ਦਾ ਨਹੀਂ ਕਦੇ ਵੇਚਿਆ ਸੀ ਅਜੇ ਦੀ ਆਪਣਾ ਨਸਰ ਤੂੰ ਜਿੰਦੀਆਂ ਗੱਲਾਂ ਕਰਨਾ ਟਕਾ ਕੇ ਅੱਜ ਫੇਰ ਕਰੀ ਜਾ ਕਿਉਂ ਮੈਨੂੰ 20000 ਰੁਪਇਆ ਇਹਨਾਂ ਗੱਲਾਂ ਦਾ ਹੀ ਆਇਆ ਤੇਰਾ ਤੁਹਾਡੀ ਮੁਹੱਬਤ ਬੰਦੀ ਸੀ ਉੱਥੋਂ ਆਉਂਦੇ ਮਠਿਆਈ ਲੈ ਕੇ ਆਉਂਦੇ ਕੋਈ ਦਿਲੋਂ ਬਹੁਤੀ ਨਹੀਂ ਡਿਸਪੋਂਸਰ ਡਿਸਪੈਂਸਰ ਨਹੀਂ ਪਹਿਲਾਂ ਨਾ ਸਹੀ ਬੋਲ ਇੱਕ ਬੰਦੇ ਦੀ ਮੈਂ ਮੂਵੀ ਵੇਖੀ ਕਹਿੰਦਾ ਸਬਸਕ੍ਰਾਈਬਰ ਸਬਸਕ੍ਰਾਈਬਰ ਕਰੋ ਯੂਟਿਊਬ ਚੈਨਲ ਤਿੰਨ ਵਾਰੀ ਵੀਡੀਓ ਘੁਮਾ ਘੁਮਾ ਕੇ ਦੇਖਣਾ ਹੈ ਵੇਖੀ ਕੀ ਕਹਿ ਰਹੇ ਚੈਨਲ ਕਹਿ ਰਹੇ ਕਿ ਚੂਚੂ ਚੈਨਲ ਕਹਿ ਰਹੇ ਚੈਨਲ ਦੋਸਤੋ ਯਾਰ ਧਰਮਪੁਰੇ ਆ ਕੇ ਬੜਾ ਮਜ਼ਾ ਆਉਂਦਾ ਇਹਨਾਂ ਗੱਲਾਂ ਨੂੰ ਬੜਾ ਸ਼ੁਕਰ ਲੱਗਦਾ ਯਕੀਨ ਮੰਨੋ ਮੈਂ ਉਤਰੇ ਦਿਲੋਂ ਨਹੀਂ ਗੱਲ ਕਰਾਂਗਾ ਮੈਂ ਦਿਲੋਂ ਦਿਲੋਂ ਗੱਲ ਕਰ ਰਿਹਾ ਸਰ ਮਠਿਆਈ ਲੈਵਾਂਗੇ ਸ਼ੁਗਰ ਲੱਗੀ ਆ ਬੋਤਲ ਪੀਣ ਡੇ ਮਿੱਠੀ ਪੀਣ ਅੱਛਾ ਇਹਨੂੰ ਕਹਿ ਕੇ ਘੱਲੇ ਪੈਸੇ ਲਿਆ ਤੇ ਉਹ ਕੋਕੋ ਕੋਲਾ ਲੈ ਜਿਹੜੀ ਨਾ ਘੱਟ ਹੁੰਦਾ ਸੋਡਾ ਘੱਟ ਹੁੰਦਾ ਉਹਦੇ ਚ ਯਾਰ ਚਾਹ ਤੂੰ ਅੱਗੇ ਪਈ ਹੈ ਅੰਦਰ ਚਾਹ ਪਿਆ ਪਿਆ ਤੇ ਤੂੰ ਪਾਣੀ ਨਾਲ ਪੀਆ ਕਰਨਾ ਤੂੰ ਕਰਦਾ ਕਾਲੀ ਚਾਹ ਹੀ ਪੀਆ ਕਰ ਸਾਹ ਬਹੁਤ ਚਾਹ ਪੀਂਦੇ ਯਾਰ ਤੁਸੀਂ ਤੇ ਸਾੜਦੇ ਹੋ ਦੋਸਤੋ ਵੈਸੇ ਨਾ ਸਾਹ ਨੇ ਕਿਹਾ ਜੀ ਸਾਹ ਮੇਰੇ ਨੇ ਕਿਹਾ ਉਹਨੇ ਕਿ ਜਿਹੜਾ ਛਾਤੇ ਆਵੇ ਚਾਹ ਪਾਣੀ ਹਰ ਬੰਦੇ ਨੂੰ ਬੜੀ ਗੱਲ ਖੁਸ਼ ਕਰਕੇ ਭਈ ਬੜੀ ਗੱਲ ਹੈ ਬੜੀ ਗੱਲ ਅਸੀਂ ਲੱਗੇ ਤੇ ਤੂੰ ਸਾਨੂੰ ਇਹ ਚਾਹ ਨਾਲ ਖੁਸ਼ ਨਹੀਂ ਨਾ ਹੁੰਦੇ ਤੂੰ ਸਾਨੂੰ ਨਾਲ ਕੋਈ ਪੈਸੇ ਵੀ ਦੇਇਆ ਕਰ ਫਿਰ ਕੁਛ ਜਿਹੜਾ ਮੇਰਾ ਬੰਦੋਸਰ ਆਇਆ ਜੋ ਬੰਦੋਸਰ ਆਇਆ ਉਹ ਤੇ ਦਿਓ ਨਾ ਮੇਰੇ ਵੀ ਡਿਸਪੈਂਸਰ ਆਇਆ ਤੁਸੀਂ ਪੈਸੇ ਨਾ ਬਣਾ ਤੈਨੂੰ ਬੰਦਾ ਕੌਣ ਇੱਧਰ ਕਿਉਂ ਜੀ ਸਾਡੇ ਕੋਲ ਇੱਕ ਨਹੀਂ ਤੇ ਦੂਜਾ ਆਏਗਾ ਜੀ ਨਾਓ ਲਾਈਵ ਚਲਾਓ ਆਪਣਾ YouTube ਚੈਨਲ ਦੇ ਜੀ ਜੀ ਹੈ ਕੀ ਕਰਾਂ ਲਾਈਵ ਅੱਛਾ ਤੇ ਲਾਈਵ ਲਾਈਵ
ਬੜੀ ਵੱਡੀ ਗੱਲ ਸੁਣਾ ਰਹੇ ਤੁਹਾਨੂੰ ਦੁੰਬਾ ਮਹਿੰਗਾ ਜੇ ਜਿੱਤ ਗਿਆ ਨਾ ਕੱਲ ਪਰਸੋਂ ਨਾਸਰ ਫਿਰ ਦੁੰਬਾ ਕੋਈ ਖਾਣਾ ਇਹ ਨੀ ਕਹਿ ਰਿਹਾ ਨਾਸਰ ਭਾਈ ਜਿੱਤ ਗਿਆ ਨਾ ਦੁੰਬਾ ਮੈਂ ਲੈ ਕੇ ਆਵਾਂਗਾ ਖਾਣਾ ਆਇਆ ਜਿੱਤਣ ਤੇ ਖਾਣਾ ਯਾਰ ਦੁਆ ਤੇ ਫ੍ਰੀ ਨੀ ਨਾ ਹੁੰਦੀ ਯਾਰ ਦੁਆ ਫਕੀਰਾਂ ਰਿਹਾ ਮੱਲਾ ਹੁਣ ਵੀ ਕਹਿ ਰਿਹਾ ਮੈਂ ਕਹਿਣਾ ਦੁਆ ਕਰੋ ਜਦੋਂ ਤੇਰੇ ਕੋਲ ਆਉਣ ਲੱਗਾ ਮੇਰੀ 2 ਕਿਲੋ ਵਧਣ ਘਟ ਗਏ ਘਟ ਗਏ ਘਟ ਗਏ ਅੱਲਾ ਦੀ ਕਿਸਮ ਘਟ ਗਏ ਮੇਰਾ 87 ਕਿਲੋ ਵਧਣ ਸੀ ਕਿਉਂ ਵਧਿਆ ਘਟਿਆ ਤੇਰੇ ਜੋੜੇ ਵਾਲਾ ਨੀ ਨਿਕਲਿਆ ਅੱਛਾ ਪਤਾ ਕੀ ਚੀਜ਼ ਹੈਗੀ ਹੈ ਜਦੋਂ ਦਾ ਵਧਿਆ ਨੀ ਹੈਗਾ ਘਟਿਆ ਵਧਣ ਜਦੋਂ ਦਾ ਮੈਂ ਖੋਖਰ ਕੋਲ ਆਇਆ ਨਾ ਮੇਰਾ ਚੈਨਲ ਵੱਧ ਗਿਆ ਤੇ ਵਜ਼ਨ ਘਟ ਗਿਆ ਵਜ਼ਨ ਘਟ ਗਿਆ ਵਜ਼ਨ ਯਕੀਨ ਕਰ 2 ਕਿਲੋ 87 ਕਿਲੋ ਵਜ਼ਨ ਸੀ ਮੈਂ ਰਾਤੀ ਤੋਲਿਆ ਯਾਰ 85 ਕਿਲੋ ਰਹਿ ਗਏ ਮੈਂ ਕਿਹਾ ਭੈਣ ਚੋ ਦੇ ਨਹੀਂ ਡਾਈਟ ਤੂੰ 4-5 ਦਿਨ ਦੁੰਬਾ ਖਾਂਦਾ ਓਏ ਇਹਨੇ ਡਾਈਟ ਕਰਾਈ ਏ ਇਹਨੇ ਡਾਈਟ ਕੋਲ ਆ ਗਿਆ ਵੀ ਮੇਰਾ ਇੱਕ ਹੋਰ ਆ ਗਿਆ ਜੀ ਮਾਸ਼ਾਅੱਲਾ ਮਾਸ਼ਾਅੱਲਾ ਉਹ ਦੋ ਨਹੀਂ ਸਲਮਾਨ ਸਾਹਿਬ ਤੇ ਲਗੜ ਜੇ ਉਹ ਤੇ ਲਗੜੀ ਏ ਭੈਣ ਤੇ ਲਗੜ ਜੇ ਲਗੜ ਲਓ ਜੀ ਲਓ ਜੀ ਆ ਇਹ ਤੇਰਾ ਲਈ ਨਹੀਂ ਦੇ ਆਈਏ ਓਏ ਹਰੇ ਰੰਗ ਲੈ ਜੇ ਇੱਧਰ ਮੇਨ ਮਾਦੀ ਬਚਦੀ ਆਪਦੀ ਓਏ ਅਗੜ ਵਜਾਈ ਓਏ ਇਹਦਾ ਹੀ ਬਜੀ ਇਹਦਾ ਹੀ ਫਿਰ ਬਣ ਗਈ ਕੜਾਈ ਦੁੰਬੇ ਦੀ ਛੇ ਪੂਰੇ ਹੋ ਜਾਣਾ ਲਗੜੀ ਚਿੱਟੇ ਪਰਾਂ ਵਾਲਾ ਭਾਰੀ ਲੋ ਜੀ ਸਾਰੇ ਭਰਾ ਸੁਣ ਲੋ ਚਲਾਓ ਇੱਕ ਗੱਲ ਮੈਂ ਕਰਨ ਲੱਗਾ ਜਰਾ ਗੌਰ ਕਰ ਲੈ ਜੋ ਸਾਨੂੰ ਵੇਖ ਰਹੇ ਨੇ ਉਹ ਵੀ ਜਿਹੜੇ ਅਸੀਂ ਬੈਠੇ ਆ ਐ ਵੀ ਗੱਲ ਹੈਗੀ ਹੈ ਕਿ ਵੀਡੀਓ ਜਿਹੜੀ ਨਾ ਇਹ ਖੁਸ਼ ਹੋ ਕੇ ਵੇਖ ਲਈ ਕਬੂਲ ਕਰੇ ਅਸੀਂ ਵੀਡੀਓ ਜੀ ਵੀ ਕਹਿੰਦੇ ਆ ਬਾਕੀ ਦੋਸਤ ਵੀ ਵੇਖੋ ਉਹਨਾਂ ਨੂੰ ਅੱਲਾ ਪਾਕ ਤੌਫੀਕ ਦੇ ਇਹਨਾਂ ਚੀਜ਼ਾਂ ਦੀ ਤੇ ਬਾਕੀ ਬਾਕੀਆਂ ਕੋ ਪੈਸਾ ਬੜਾ ਲੋਕਾਂ ਕੋ ਤੇ ਕਬੂਲੀਅਤ ਨਹੀਂ ਕਬੂਲੀਅਤ ਨਹੀਂ ਹੈਗੀ ਤੇ ਅੱਲਾ ਪਾਕ ਇਹਦਾ ਕਬੂਲ ਕਰੇ ਤੇ ਨਸਰ ਭਾਈ ਇਹ ਦੁਆ ਕਰਿਆ ਕਰੋ ਅੱਲਾ ਪਾਕ ਤੁਹਾਨੂੰ ਵੀ ਜਿਹੜਾ ਨਾ ਇਸ ਮੁਕਾਮ ਤੇ ਲਿਆਏ ਇਸ ਜਗ੍ਹਾ ਤੇ ਲਿਆਏ ਕਿਉਂਕਿ ਅੱਲਾ ਤਾਲਾ ਤੁਹਾਨੂੰ ਵੀ ਤੌਫੀਕ ਦੇ ਜਾਣਾ ਬੰਦਾ ਹੁਣ ਤੁਹਾਡਾ ਪਤਾ ਕੀ ਹੋ ਜਾਂਦਾ ਤੇ ਮਾਦੀ ਨੂੰ ਡੱਕ ਦੇ ਇਹਨੇ ਭੈਣ ਚੋ ਚਪੜੀ ਜਿਹੜੀ ਆਈ ਹੈ ਖਾਈ ਜਾ ਰਹੀ ਹੈ ਖਾਈ ਜਾ ਰਹੀ ਇਹਦਾ ਪੜ ਤੇ ਵਿਖਾ ਦੇ ਜਿਹੜਾ ਯਾਰ ਜਿਹੜਾ ਟੇੜਾ ਹੋਇਆ ਟੇੜੇ ਹੋਏ ਨੇ ਹਵਾ ਨਾਲ ਨਸਰ ਫੜ ਕੇ ਲਿਆਈ ਜ਼ਰਾ
ਨਹੀਂ ਨਹੀਂ ਕਿੰਨਾ ਕੁ ਖਾਣਾ ਹੀ ਉਹਨੂੰ ਬਸ ਖਾ ਰਿਹਾ ਮਾਰੀ ਜਾਏਗੀ ਉਹਨੇ ਤਾਂ ਮਾਰੀ ਜਾਣਾ ਉਹ ਨਹੀਂ ਯਾਰ ਮਾਰੀ ਜਾਏ ਹਾਂ ਰਹਿਣ ਦੇ ਇੰਨਾ ਖਵਾਉਣਾ ਹੀ ਆਪ ਤੁਸੀਂ ਧਿਆਨ ਪੈ ਉਹ ਨਹੀਂ ਯਾਰ ਨਹੀਂ ਜਿੱਦੀ ਜਿੰਨਾ ਉਹ ਬੜੀ ਖਾ ਲਈ ਫਿਰ ਖੁਰਾਕ ਦੇਣੀ ਉਹਨੂੰ ਬੜਾ ਖਾ ਲਿਆ ਉਹਨੇ ਉਸਤਾਦ ਵੀ ਸਹੀ ਕਰ ਉਸਤਾਦ ਜੀ ਤੁਹਾਡਾ ਨਾਂ ਕੀ ਆਪਣਾ ਨਾਂ ਪੂਰਾ ਦੱਸੋ ਜੇਦੀ ਦੇ ਉਸਤਾਦ ਮੁਹੰਮਦ ਯਾਸੀਨ ਸਾਹਿਬ ਉਸਤਾਦ ਜੀ ਇਹ ਮਾਦੀ ਆਈ ਹੈ ਇਹਨਾਂ ਦੇ ਬੜੀ ਪਰ ਪੁਰ ਟੇੜੇ ਹੋਏ ਬੜੇ ਹਵਾ 'ਚ ਜ਼ੋਰ ਲਾਇਆ ਕੀ ਕਹਿੰਦੇ ਉਹਦੇ ਬਾਰੇ 'ਚ ਕੱਲ੍ਹ ਤੱਕ ਪਰਸੋਂ ਤੱਕ ਪੈ ਜਾਏਗੀ ਬਾਦੀ 'ਚ ਉੱਡੇਗੀ ਸਹੀ ਹਾਲਾਤ 'ਚ ਵੇ ਬੜੀ ਗੱਲ ਹੈ ਬੜੀ ਗੱਲ ਹੈ ਉਸਤਾਦ ਜੀ ਕਿੱਥੋਂ ਤੱਕ ਜੀ ਜੀ ਸਰ ਤੁਹਾਨੂੰ ਦੱਸਿਆ ਉਸਤਾਦ ਜੀ ਸਾਡੇ ਭਾਈ ਨੇ ਜੀ ਉਹ ਬੈਠਾ ਰਹਾ ਤੂੰ ਕਿੱਧਰ ਚੱਲਣਾ ਅਲੀ ਭਾਈ ਅਲੀ ਪਿਜਨ ਕਲੱਬ ਵਾਲੇ ਜੀ ਅਲੀ ਟਰੈਵਲ ਅਲੀ ਪਿਜਨ ਕਲੱਬ ਵਾਲੇ ਅੱਛਾ ਅੱਛਾ ਇਹ ਵੀ ਯੂਟਿਊਬਰ ਨੇ ਭਾਜੀ ਇਹ ਵੀ ਉੱਥੋਂ ਹੀ ਨੇ ਹਾਂਜੀ ਸਾਡੀ ਬਰਾਦਰੀ ਠੀਕ ਹੋ ਗਿਆ ਯੂਟਿਊਬਰ ਅੱਛਾ ਅੱਛਾ ਬੜੀ ਗੱਲ ਹੈ ਯਾਰ ਦੋਸਤੋ ਇੱਥੇ ਧਰਮਪੁਰੇ ਦੇ ਵਿੱਚ ਯੂਟਿਊਬ ਇਹ ਮੀਂਹ ਪਿਆ ਨਾ ਅੱਜ ਮੀਂਹ ਪਿਆ ਵੇ ਤੇ ਤਦ ਯੂਟਿਊਬਰ ਬਾਹਰ ਆ ਗਏ ਨੇ ਅੱਜ ਕੱਲ ਦੋ ਤਿੰਨ ਦਿਨ ਬੜੇ ਡਿਸਟਰਬ ਰਹੇ ਯਾਰ ਗੱਡੀ ਨੇ ਬੜਾ ਨਹੀਂ ਕੋਈ ਜਿਹਦੀ ਗੱਡੀ ਨੇ ਬੜਾ ਤੰਗ ਕੀਤਾ ਸੀ ਮੈਨੂੰ ਨਾ ਗੱਡੀ ਨੇ ਮੈਨੂੰ ਬੜਾ ਤੰਗ ਕੀਤਾ ਭੈਣ ਚੋ ਕੋਈ ਸਮਝ ਨਹੀਂ ਲੱਗਦੀ ਇਹ ਗੱਲ ਮੈਂ ਕਹਿੰਦਾ ਯਾਰ ਗਰਮੀ ਬੜੀ ਏ ਸੀ ਤੋਂ ਬਗੈਰ ਕਿੱਥੇ ਜਾਵਾਂ ਉਂਝ ਮੋਟਰਸਾਈਕਲ ਤੇ ਜਾਵਾਂ ਮੋਟਰਸਾਈਕਲ ਤੇ ਤਿੰਨ ਖਲੋਤੀਆਂ ਹੁੰਦੀਆਂ ਕਾਰ ਛੋਟੇ ਦੀ ਵੀ ਇਹ ਵੱਡਾ ਜਿਹੜਾ ਦੁਬਈ ਟੁਰ ਗਿਆ ਉਹਦੀ ਵੀ ਉਹਦੀ ਵੀ ਹੁੰਦੇ ਨੇ ਲੇਕਿਨ ਪਤਾ ਕੀ ਯਾਰ ਘੱਟਾ ਮਿੱਟੀ ਅੱਖਾਂ 'ਚ ਬੜਾ ਪੈਂਦਾ ਤੇ ਫਿਰ ਉਹ ਮੈਨੂੰ ਦਰਦ ਜਿਹੜੀ ਨਾ ਦਰਦ ਫਿਰ ਹੋਣ ਲੱਗ ਪੈਂਦੀ ਦੁਬਾਰਾ ਆਦੀ ਹੋ ਗਏ ਆ ਗੱਡੀ ਤੋਂ ਬਗੈਰ ਨਹੀਂ ਗੁਜ਼ਾਰਾ ਯਾਰ ਗਰਮੀ ਨਾਲੇ ਏ ਸੀ ਤੋਂ ਚਲੋ ਬੰਦਾ ਪਵੇ ਬਸ ਯਾਰ ਅੱਲਾ ਦਾ ਕਰਮ ਸਾਰੇ ਪੀਣੀ ਇੱਥੇ ਕੀ ਕਿਸੇ ਦੇ ਦੰਦ ਖਰਾਬ ਨੇ ਨਾਸਰ ਭਾਈ ਦਾ ਬੇਟਾ ਬੜਾ ਅੱਛਾ ਬੱਚਾ ਇਹਨੇ ਫੜਿਆ ਦੋ ਤਿੰਨ ਦਿਨ ਪਹਿਲੇ ਬੱਚਾ ਤੇ ਉਹ ਬੱਚਾ ਨਿਕਲ ਗਿਆ ਰੱਬੀ ਫੜਿਆ ਤੇ ਨਿਕਲ ਗਿਆ ਅੱਛਾ ਉਹ ਫਿਰ ਰੁਲ ਗੁਲ ਕੇ ਆ ਗਿਆ ਅੱਛਾ ਹੁਣ ਉਹ ਬੱਚਾ ਕਹਿੰਦਾ ਭਾਈ ਜੀ ਅਸੀਂ ਉਹ ਬੱਚਾ ਵਿੱਚ ਪਾਣਾ ਵੈਰੀ ਗੁੱਡ ਮੈਂ ਕਿਹਾ ਰੱਬੀ ਚਲੇ ਗਏ ਨੇ ਸਾਡੇ ਬੱਚਾ ਹੀ ਪਏਗਾ ਹੁਣ ਪੈਣਾ ਹੀ ਪੈਣਾ ਵੈਰੀ ਗੁੱਡ ਹੁਣ ਪਾਣਾ ਤੁਸੀਂ ਆਹ ਵੇਖ ਲਿਆ ਹੁਣ ਪਾਣਾ ਪੈਣਾ ਚਾਰ ਕਬੂਤਰ ਡਾਣੇ ਨੇ ਸਾਜੀ ਉੱਡ ਜਾਣਗੇ ਦੇਸੀ ਦਵਾਈ ਆ ਵਲੈਤੀ ਦੇਸੀ ਜਿਹੜੀ ਤੁਸੀਂ ਦੱਸਦੇ ਪਏ ਜੇ ਬੜੀ ਗੱਲ ਹੈ ਵਲੈਤੀ ਦਾ ਟੱਚ ਹੈ ਵਿੱਚ ਦੂਰ ਜਾ ਕੇ ਦੇਣਾ ਪੈਂਦਾ ਦੂਰ ਜਾ ਕੇ ਦੇਣਾ ਸਾਜੀ ਨਰਮ ਮਾਦੀ ਨੂੰ ਰਲਾਓਗੇ ਤੇ ਤਦ ਹੀ ਕੰਮ ਬੜੇਗਾ ਨਾ ਹਾਂ ਠੰਡੀ ਗਰਮ ਤਾਰ ਨਾਲ ਜੋੜੋਗੇ ਤਾਂ ਕੰਮ ਬੜੇਗਾ ਤਾਂ ਪਾਵਰ ਹੈ ਜਿਹੜੀ ਉਹ ਅਸੀਂ ਦੂਸਰੇ ਕੋਲੋਂ ਲੈਣੀ ਹੈ ਤੇ ਇਹਦੇ ਕੋਲੋਂ ਅਸੀਂ ਕਹਿਣਾ ਕਿ ਚੱਲ ਕੋ 2-4 ਘੰਟੇ ਦਾ ਗੈਸ ਕਢਵਾ ਦੇ ਤੇਰੀ ਮਿਹਰਬਾਨੀ ਥੋੜਾ ਕੰਮ ਕਢਾ ਦੇ ਅੱਜ ਅੱਧਾ ਉਹ ਕੱਢ ਲੇਗੀ ਅੱਧਾ ਉਹ ਕੱਢ ਲੇਗੀ ਅੱਧਾ ਉਹ ਕੱਢ ਲੇਗੀ ਉਹ ਤਾਕਤ ਦੇ ਲੇਗੀ ਇਹ ਥੋੜਾ ਡਬੋ ਦੇਗੀ ਸਹੀ ਬਾਤ ਹੈ ਸਾਜੀ ਕੰਮ ਹੀ ਇਹ ਵੇ ਅਸਲ ਇਹ ਨਾ ਨਰਮਾਦੀ ਦਾ ਹੀ ਕੰਮ ਹੈ ਹਰ ਜਗ੍ਹਾ ਤੇ ਹੈ ਜੋੜੇ ਦੀ ਗੇਮ ਇਕੱਲੇ ਦੀ ਹੈ ਆਏ ਹਾਏ ਹੈ ਹੀ ਜੋੜੇ ਦੀ ਗੇਮ ਹੈ ਬੜੀ ਗੱਲ ਹੈ ਬੜੀ ਗੱਲ ਹੈ ਸਾਜੀ ਜੋੜੇ ਦੀ ਗੇਮ ਹੈ ਇਹ ਹਕੀਕਤ ਹੈ ਇਹਨੂੰ ਕੋਈ ਜਟਲਾ ਨਹੀਂ ਸਕਦਾ ਖਾਲੀ ਜਿਹੜੇ ਆ ਅਸੀਂ ਬਹਿ ਕੇ ਗੱਲਾਂ ਕਰ ਛੱਡਦੇ ਹਾਂ ਵੱਡੇ ਵੱਡੇ ਸਾਹਿਬ ਨੇ ਸਾਡੇ ਜੀ ਸਾਹਿਬ ਨੇ ਸਾਰੇ ਹੀ ਸਾਡੇ ਤੋਂ
ਜੀ ਮੈਂ ਜੀ ਫਲਾਣ ਜੀ ਲੱਖ ਰੁਪਏ ਦੀ 2 ਲੱਖ ਰੁਪਏ ਦੀ ਮਜੂਨ ਬਣਾਉਣਾ ਜੀ, ਮੈਂ 3 ਲੱਖ ਦੀ ਬਣਾਉਣਾ, ਬਾਲ ਭੈਣ ਜੋ 30 ਰੁਪਈਆਂ 'ਚ ਕਬੂਤਰ ਡਾ ਕੇ ਮੱਤ ਮਾਰ ਦਿੰਦੇ, ਮੱਤ ਮਾਰ ਦਿੰਦੇ ਯਾਰ, ਬੜੀ ਗੱਲ ਫਿਰ ਸਾਡੀ 3-3 ਲੱਖ ਦੀ ਮਨਜ਼ੂਰ ਸਾਹ ਜੀ ਐਵੇਂ ਹੈ, ਓਹਲੇ ਬਣਾਏ ਨੇ ਓਹਲੇ ਨੇ ਓਹਲੇ ਨੇ ਬਸ ਆਪਣੀ ਨਹੀਂ, ਲੇਕਿਨ ਮਜੂਨ ਦਾ ਕੰਮ ਹੈ ਸਾਹ ਜੀ, ਵੇਖੋ ਪਤਾ ਕੀ ਚੀਜ਼ ਹੈਗੀ, ਇਹ ਵੇਖ ਕੇ ਇਹਨੂੰ ਕਬੂਤਰ ਨੂੰ ਜ਼ਾਇਆ ਨਹੀਂ ਹੋਣ ਦਿੰਦੀ, ਮੈਡੀਸਨ 'ਤੇ ਤੁਹਾਨੂੰ ਤਬਾਰ ਪੂਰਾ ਨਹੀਂ ਹੈਗਾ, ਉਹ ਜ਼ਾਇਆ ਕਰ ਛੱਡਦੀ ਹੈ ਸਾਹ ਜੀ। ਗੱਲ ਪਤਾ ਕੀ ਹੈ, ਮੈਂ ਗੱਲ ਨਹੀਂ, ਮੈਡੀਸਨ ਤੁਸੀਂ ਯੂਟਿਊਬ ਪਰ ਚੈਨਲ ਵਾਲੇ ਹੋ, ਤੁਸੀਂ ਕਿਤੇ ਬਹਿ ਕੇ ਉਡਾਉਣਾ ਜਾਂ ਮੈਨੂੰ ਸੱਦ ਲੈਣਾ, ਮੈਂ ਤੁਹਾਡੇ ਕੋਲੋਂ ਦਵਾਵਾਂਗਾ ਮੈਡੀਸਨ, 7-8 ਗੋਲੀਆਂ ਰਲਾ ਕੇ ਜੇਠ ਦੇ ਵਿੱਚ ਤਾਂ ਲਗਾਤਾਰ ਉਡਾਉਣਾ, 5 ਦਿਨ ਤੀਕਰ ਮੈਂ ਸ਼ੂਟ ਦੇਣਾ ਹੈ, 5-7-8 ਗੋਲੀਆਂ ਮਿਲਾ ਕੇ, ਹਾਂ 5 ਦਿਨ ਤੀਕਰ ਤੁਸੀਂ ਉਹਦੇ 'ਤੇ ਉਡਾ ਸਕਦੇ, ਬਿਲਾ ਨਾਗਾ ਬਿਲਾ ਨਾਗਾ। ਅੱਲਾ ਅੱਛਾ ਸਾਹ ਜੀ, ਚਲੋ ਇਸੇ ਗੱਲ ਲਾਉਂਦੇ ਹਾਂ, ਮਾਸ਼ਾਅੱਲਾ ਤੁਹਾਡੀ ਗੱਲ ਬੜੀ ਮੈਨੂੰ ਮਜ਼ਾ ਆਇਆ ਇਸ ਗੱਲ ਦਾ, ਅਸੀਂ ਲਾਤੀ ਦਵਾਈ, ਅੱਜ ਕਬੂਤਰ ਉੱਡਾਏ, 5-7 ਗੋਲੀਆਂ ਜਾਂ 2 ਜਾਂ 1 ਜੋ ਵੀ ਗੋਲੀਆਂ ਸੀ ਮੈਂ ਬਣਾ ਕੇ ਦੇਣਾ, ਜੋ ਵੀ ਤੁਸੀਂ ਬਣਾ ਕੇ ਦੇ ਦੇਣਾ, ਕਬੂਤਰ ਆਇਆ ਸ਼ਾਮ ਨੂੰ 4-5 ਵਜੇ 6 ਵਜੇ ਬਹਿ ਗਿਆ, ਜੇਠ ਜਾਂ ਹਾੜ ਜਾਂ ਜੋ ਵੀ ਜੋ ਵੀ ਹੈ, ਤੁਸੀਂ ਗਰਮੀ ਦੀ ਗੱਲ ਕਰੋ, ਵਿਸਾਖ ਦੀ ਕਰ ਲਓ, ਜੇਠ ਦੀ ਕਰ, ਬਿਲਕੁਲ ਕਬੂਤਰ ਆਇਆ ਉਹਨੂੰ ਸੰਭਾਲ ਲਿਆ, ਅਸੀਂ ਸੰਭਾਲਣਾ ਕਾਹਦੇ ਨਾਲ, ਉਹ ਫਿਰ ਸਾਡਾ ਆਪਣੀ ਗੇਮ ਦਾ ਜੋ ਨਹੀਂ, ਵੇਖੋ ਇੱਕ ਥੋੜ੍ਹਾ ਤੋੜ ਵੀ ਦੱਸਣਾ ਚਾਹੀਦਾ, ਉਹ ਮੈਡੀਸਨ ਦਾ ਤੋੜ ਵੀ ਤਾਂ ਹੋਣਾ ਚਾਹੀਦਾ, ਸਰਕਾਰ ਉਹ ਤੋੜ ਦੱਸ ਦਾਂਗੇ ਤੇ ਅਸੀਂ ਤਾਂ ਫਾਰਗ ਹੋ ਜਾਵਾਂਗੇ। ਮੁੱਠ ਬੰਨਦੇ ਤੁਸੀਂ ਕਹਿ ਰਹੇ ਹੋ ਪਤਾ ਨੀ ਕੀ ਹੈ, ਜਦੋਂ ਮੈਂ ਖੋਲ ਦੇਣੀ ਹੈ ਤੁਸੀਂ ਤੇ ਕਹਿਣਾ ਇਹ ਤੇ ਮੈਨੂੰ ਅਜ਼ਲਾ ਤੋਂ ਪਤਾ ਪਤਾ, ਉਸਤਾਦ ਦੀ ਇੱਜ਼ਤ ਵੀ ਓਨੀ ਡੇਰੀ ਹੈ ਜਿੰਨੀ ਦੇਰ ਉਹ ਮੁੱਠ ਬੰਦ ਰੱਖਦਾ, ਜਦੋਂ ਖੋਲਦਾ ਜੇ ਨਾ ਤੇ ਸ਼ਗੀਰ ਦੇ ਦਿਲ ਦੇ ਵਿੱਚ ਕਹਿੰਦਾ ਉਸਤਾਦ ਕੀ ਮੈਨੂੰ ਐਵੇਂ ਇੰਨੀ ਡੇਰ ਧੱਕੇ ਪਵਾਏ। ਬੜੀ ਗੱਲ ਹੈ, ਬੜੀ ਗੱਲ ਹੈ, ਬੜੀ ਗੱਲ ਹੈ, ਉਹ ਇੰਜ ਹੀ ਕਹੇਗਾ ਵਾਕਈ ਮੈਨੂੰ ਕਿੰਨੀ ਦੇਰ ਹੋ ਗਈ ਧੱਕਿਆਂ ਖਵਾਉਣ ਡਿਆ। ਅੱਛਾ ਸਾਹ ਜੀ ਇੱਕ ਹੋਰ ਗੱਲ ਹੈ, ਮੇਰਾ ਦੋਸਤ ਭਾਈ ਅਰਸ਼ਦ ਅਮਰੀਕਾ ਵਾਲਾ, ਉਹ ਕਈ ਦਫ਼ਾ ਨਾ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਯਾਰ ਦੁਨੀਆਂ ਨੂੰ ਤੂੰ ਦੱਸਣ ਡਿਆ ਨਾ ਅਤੇ ਬੇਵਕੂਫ ਆਦਮੀ ਹੈ ਤੂੰ, ਤੂੰ ਦੱਸਦੇ ਤਾਂ ਉਹਨੇ ਜਿੱਦਣ ਜਿੰਨੀ ਦੇਰ ਤੇਰੀ ਮੁੱਠ ਬੰਨਦੇ ਨਾ, ਜਿਵੇਂ ਤੁਸੀਂ ਕਿਹਾ ਵੀ ਮੁੱਠ ਬੰਨਦੇ, ਇਹ ਸਮਝੋ ਤੇਰੇ ਕੋਲ ਬਰੂਦ ਹੈ, ਤੂੰ ਅਗਰ ਬਰੂਦ ਚਲਾ ਤਾ ਤੇਰੇ ਕੋਲ ਕੁਛ ਵੀ ਨਹੀਂ ਰਿਹਾ, ਤੇਰੀ ਕਦੀ ਇੱਜ਼ਤ ਰਹੀ, ਕੋਈ ਨਹੀਂ ਕਰੇਗਾ, ਲੇਕਿਨ ਸਿੱਖ ਕੇ ਤੁਹਾਨੂੰ ਹੀ ਸਿੱਧੇ ਹੋਣਗੇ, ਆਏ ਹਾਏ ਤੁਹਾਡੇ ਕੋਲ ਸਿੱਖ ਕੇ ਤੁਹਾਨੂੰ ਹੀ ਸਿੱਧੇ ਹੋਣਗੇ। ਲੇਕਿਨ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਦਿਨ ਨਾ ਖੋਖਰ ਮੇਰਾ ਸਵਾਲ ਕਰਨ ਡਿਆ ਸੀ ਕਿ ਯਾਰ ਤੇਰੀ ਮੰਜ਼ਿਲ ਕੀ ਹੈ, ਤੂੰ ਆਖਰ ਕੀ, ਕੋਈ ਬੰਦੇ ਦਾ ਇਮੋਸ਼ਨ ਹੁੰਦਾ ਕਿ ਯਾਰ ਮੈਂ ਇੱਥੋਂ ਤੱਕ ਜਾਣਾ, ਮੈਂ ਮੇਰੇ ਕੋਲ ਕੋਈ ਐਸੀ ਇੱਕ ਚੀਜ਼ ਆ ਗਈ ਹੁਣ ਇਹ ਮੌਜੂਦਾ ਦਿਨਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ, ਮੌਜੂਦਾ ਦਿਨਾਂ ਦੇ ਵਿੱਚ ਇੱਕ ਐਸੀ ਚੀਜ਼ ਆ ਗਈ ਜਿਹਦੀ ਮੈਨੂੰ ਤਲਬ ਹੈ ਸੀ, ਉਹ ਆ ਗਈ ਹੈ, ਹੁਣ ਮੈਂ ਕਹਿੰਦਾ ਜਾ ਹੀ ਰਿਹਾ, ਘੁਮਾਵਾਂ ਕਰਾਂਗੇ ਹੁਣ, ਜਿਹੜਾ ਕੋਈ ਦੋਸਤ ਕਹੇ ਕਰੇਗਾ ਨਾ, ਉਹਦਾ ਤੋੜ ਵੀ ਆ ਗਿਆ, ਪਹਿਲੇ ਸਾਡੇ ਕੋਲ ਉਹਦਾ ਤੋੜ ਨਹੀਂ ਸੀ, ਆ ਗੇਮ ਹੀ ਉਹ ਜਿਹਦਾ ਤੋੜ ਨਹੀਂ ਹੈਗਾ, ਉਹ ਗੇਮ ਹੀ ਨਹੀਂ, ਆਏ ਹਾਏ ਮੈਂ ਤੁਹਾਡੀ ਗੱਲ ਇਸੇ ਬਾਰੇ ਤਾਇਦ ਕਰਨ ਲੱਗਾ, ਤੋੜ ਪਹਿਲੇ, ਤੋੜ ਨਹੀਂ ਹੈਗਾ ਤੇ ਕੁਛ ਨਹੀਂ ਹੈਗਾ, ਤੋੜ ਨਹੀਂ ਹੈਗਾ ਤੇ ਕੁਛ ਨਹੀਂ ਹੈਗਾ, ਜਦੋਂ ਤੋੜ ਆ ਗਿਆ ਤੁਹਾਡੇ ਕੋਲ ਤੁਸੀਂ ਬਾਦਸ਼ਾਹ, ਤੁਸੀਂ ਬਾਦਸ਼ਾਹ ਹੋ, ਉਹ ਉਸਤਾਦ ਜੀ ਗੇਮ ਤਾਂ ਸਾਡੇ ਕੋਲ ਬੜੀ ਦੇਰ ਦੀ ਸੀ, ਲੇਕਿਨ ਤੋੜ ਨਹੀਂ ਸੀ ਹੈਗਾ, ਹੁਣ ਤੋੜ ਦਾ ਵੀ ਤੋੜ ਆ ਗਿਆ, ਤੇ ਹੁਣ ਸਮਝੋ ਕਿ ਅਸੀਂ ਹਵਾ 'ਚ ਉੱਡਣ ਲੱਗ ਪਏ, ਤੁਹਾਡੇ ਕੋਲ ਤੋੜ ਉਹਦਾ ਆ ਗਿਆ ਨਾ, ਹਾਂਜੀ ਤੁਸੀਂ ਜਿੱਥੇ ਮਰਜ਼ੀ ਬਾਹਰ ਕੱਢ ਕੇ ਬਹਿ ਕੇ ਕਹਿ ਸਕਦੇ ਹੋ ਕਿ ਯਾਰ ਮੈਂ ਉਡਾ ਸਕਦਾ, ਅੱਲਾ ਦੇ ਸਾਹਮਣੇ ਸਕਣਾ ਮੈਂ, ਹਾਂਜੀ ਗਰਮੀ ਨਾਲ ਕਬੂਤਰ ਨੂੰ ਕੁਛ ਨਹੀਂ ਹੁੰਦਾ ਹੈਗਾ, ਜੇ ਉਸਤਾਦ ਹੋਵੇ, ਜੇ ਉਸਤਾਦ ਹੋਵੇ ਤੇ ਬਿਲਕੁਲ ਸਹੀ ਗੱਲ, ਮਗਰ ਨਾ ਹੁਣ ਤੇ ਫੇਰ ਠੰਡ ਵੀ ਵਿਗਾੜ ਦਿੰਦੀ ਹੈ, ਠੰਡ ਵੀ ਵਿਗਾੜ ਦਿੰਦੀ ਹੈ ਜੀ ਗੱਲ ਹੈ, ਲੇਕਿਨ ਖੋਖਰ ਨੂੰ ਅਸੀਂ ਵੇਖਣਾ ਚਾਹੁੰਦੇ ਹਾਂ, ਸਾਡੀ ਦਿਲੀ ਖੁਆਇਸ਼ ਹੈ, ਮੈਂ ਇਹ ਨਹੀਂ ਕਹਿੰਦਾ, ਮੈਂ ਇਹਦੇ ਮੂੰਹ 'ਤੇ ਕਹਿਣ ਲੱਗਾ, ਨਾਂ ਵੀ ਆਉਂਦਾ ਨਾ ਅੱਜ ਵੀਡੀਓ 'ਚ, ਉਹ ਛੱਡ ਦੇ ਤੂੰ, ਛੱਡ ਦਿੱਤੀ
ਮੈਂ ਫਿਰ ਗਲਤ ਗੱਲ ਕਰਾਂਗਾ, ਫਿਰ ਤੂੰ ਕਹਿਣਾ ਗਲਤ, ਲੋਕਾਂ ਨੇ ਵੀ ਕਹਿ ਦੇਣਾ ਕਿ ਇਹ ਗਲਤ ਹੈ। ਮੈਂ ਇੱਕ ਗੱਲ ਮਿਸਾਲ, ਮੋਟੀ ਮਿਸਾਲ ਦੇਣਾ ਵਾ, ਉਹ ਬੁਰਾ ਨਾ ਮਨਾਈ, ਹੋਵੇ ਉਹ ਤੇ ਕੰਮ ਨਾ ਕਰੇ, ਕਿਉਂ ਜੀ ਸਾਜੀ ਤੁਸੀਂ ਸਮਝ ਗਏ, ਬਾਕੀ ਤੁਸੀਂ ਦੋਸਤੋ ਸਮਝ ਤੇ ਗਏ ਹੀ ਹੋਵੋਗੇ। ਲੇਕਿਨ ਇਹ ਕਬੂਤਰਬਾਜ਼ੀ, ਇਹ ਖਾਰਿਸ਼ ਹੁੰਦੀ ਹੈ ਥੱਲੇ, ਇਹ ਨਹੀਂ ਛੱਡ ਸਕਦਾ। ਅਸੀਂ ਕਈ ਸਾਲ ਵਿੱਚੋਂ ਛੱਡੇ, ਗਾਇਬ ਹੋ ਗਏ, ਟੁਰ ਗਏ ਮੰਦਲੇ ਆਮ ਤੋਂ, ਕਿਉਂ ਸਾਜੀ ਅਸੀਂ ਕਈ ਦਫਾ ਗਾਇਬ ਹੋ ਗਏ। 15 ਸਾਲਾਂ ਬਾਅਦ ਦੁਬਾਰਾ ਫੇਰ ਇਹਨੂੰ ਤੇ ਫੇਰ ਦੱਸੋ ਨਾ, ਹੁਣ ਉਹ ਹੁਣ ਐਵੇਂ ਦੁਨੀਆ ਦੇ ਬਹਿ ਕੇ ਚੈਨਲ ਤੋਂ ਕਹੇਗਾ ਮੈਂ ਛੱਡ ਦਿੱਤੀ, ਛੱਡ ਦਿੱਤੀ ਹੈ ਮੂੰਹ ਜਦ ਨਹੀਂ ਨਾ ਛੱਡੇ ਯਾਰ। ਨਹੀਂ ਖੋਖਰ ਗੱਲ ਪਤਾ ਕੀ, ਤੂੰ ਇੱਥੋਂ ਨਹੀਂ ਡਰਾਏਗਾ। ਮੈਂ ਵੇਖੋ ਸਾਹ ਜੀ ਤੁਹਾਡੀ ਗੱਲ, ਇੱਕ ਗੱਲ ਮੇਰੀ ਤੁਸੀਂ ਜ਼ਰਾ ਤਾਈਦ ਕਰਨਾ ਇਸ ਗੱਲ ਦੀ, ਫਿਰ ਉਹਦੇ ਹੱਲ ਆਉਂਦੇ ਖੋਖਰ ਵੱਲ। ਆ ਘਰੋਂ ਛੱਡ ਦੇਵੇ ਉਸਤਾਦ ਜੇ ਜੇਦੀ ਦੀ ਜਾ ਕੇ ਛੱਤ ਫੜ ਲਏਗਾ, ਕਿਉਂਕਿ ਉਹ ਵੀ ਇਹਦੇ ਅੰਡਰ 'ਚ ਵੇ, ਉੱਥੇ ਜਾ ਕੇ ਡਾਲੇਗਾ, ਫਿਰ ਕੀ ਹੋਇਆ ਛੱਡ ਦੇ ਗਏ? ਜਾਂ ਮਿਸਾਲ ਦੇ ਤੌਰ 'ਤੇ ਮੈਂ ਇਹਨੂੰ ਕਹਿੰਦਾ ਯਾਰ ਮੈਂ ਉਸਤਾਦ ਸੁਣਾਉਣ ਵਾਲੀ ਛੱਤ, ਕਿਉਂਕਿ ਮੈਨੂੰ ਬੜੇ ਸਾਰੀ ਰਿਕੁਆਇਰਮੈਂਟ ਹੈ ਬੜੇ ਦੋਸਤਾਂ ਨੂੰ, ਮੇਰੀ ਮਜਬੂਰੀ ਹੈ, ਮੈਂ ਕਈ ਮਜਬੂਰੀਆਂ ਨੇ, ਮੈਨੂੰ ਖਾਲੀ ਕਬੂਤਰਾਂ ਦਾ ਕੰਮ ਨਹੀਂ, ਹੋਰ ਬੜੇ ਕੰਮ ਨੇ ਦੁਨੀਆਦਾਰੀ ਦੇ, ਔਰ ਮੈਂ ਕੋਈ ਵਿਹਲਾ ਨਹੀਂ ਹੈਗਾ ਚੈਨਲ ਬਣਾਇਆ, ਮੈਂ ਇਸ ਵਜ੍ਹਾ ਤੋਂ ਵੀ ਨਹੀਂ ਕਿ ਚੈਨਲ ਹੀ ਬਣਾਈ ਰੱਖਾਂ, ਮੈਨੂੰ ਬੜੇ ਸਾਰੇ ਕੰਮ ਨੇ ਦੁਨੀਆਦਾਰੀ ਦੇ ਜਿਹੜੇ ਮੈਂ ਕਰਨਾ ਵਾਂ, ਅਤੇ ਮੈਂ ਉਹ ਛੱਤ ਖੋਲਾਂਗਾ ਕਿ ਉੱਥੇ ਨਹੀਂ ਆਏਗਾ, ਇਹਨੂੰ ਮੈਂ ਕਹਾਂਗਾ ਇੱਥੇ ਤੂੰ ਟਾਈਮ ਦੇਣਾ ਜਾਂ ਇੱਥੇ ਆ, ਇਹ ਆਏਗਾ ਜਾਏਗਾ ਜ਼ਰੂਰ ਜਾਏਗਾ। ਅਤੇ ਇਹ ਚੀਜ਼ ਇਹ ਛੱਡਣ ਛਡਾਉਣ ਵਾਲੀ ਗੱਲ ਸਾਨੂੰ ਨਾ ਸੁਣਾ, ਉਹਨੂੰ ਕਾਕਾ ਝਾਕਾ ਦੇਈਦਾ ਜਿਹੜਾ ਨਾ ਕੁਝ ਜਾਣਦਾ। ਇੱਕ ਛੋਟੀ ਜਿਹੀ ਗੱਲ ਹੈ ਕਿ ਪਤੰਗਬਾਜ਼ੀ 'ਤੇ ਪਾਬੰਦੀ ਲੱਗੀ ਹੈ, ਜਿੰਨੇ ਪਤੰਗਬਾਜ਼ ਨੇ ਉਹਨਾਂ ਨੇ ਹੱਥ 'ਚ ਖਾਰਿਸ਼ ਹੁੰਦੀ ਸੀ ਉਹ ਸਾਰੇ ਇਸ ਟਾਈਮ ਕਬੂਤਰਬਾਜ਼ ਨੇ ਆ ਗਏ, ਉਹ ਮੈਨੂੰ ਲੱਗਦਾ ਜੀ ਉਹਦਾ ਕਬੂਤਰ ਹੈ। ਤੇ ਇਹ ਸਾਹ ਜੀ ਲਓ ਜੀ, ਮਾਸ਼ਾਅੱਲਾ ਪੂਰੇ ਹੋ ਰਹੇ ਨੇ, ਇਹ ਇਹ ਜੋੜਾ ਆ ਗਿਆ ਜੀ, ਇਹ ਕਬੂਤਰਾਂ ਦਾ ਕਿੱਧਰ ਇਹ ਜੋੜਾ ਆ ਗਿਆ ਜੀ, ਇਹਦਾ ਕਬੂਤਰਾਂ ਦਾ ਇਹ ਇਹ ਜੁੱਟ ਫਿਰਨ ਡਿਆ ਇਹ ਦੋਸਤੋ, ਇਹ ਆ ਗਿਆ ਉਹਦਾ ਛਾਨੀ ਦਾ, ਕਿਆ ਹੀ ਬਾਤ ਹੈ ਯਾਰ, ਛਾਨੀ ਦੀ ਛੱਤ ਨਾਲ ਦਾ ਜੀ, ਇਹ ਛਾਨੀ ਦੀ ਛੱਤ ਹੈ, ਇਹ ਇਹ ਦੋ ਕਬੂਤਰ ਨੇ। ਕੀ ਕਹਿ ਰਹੇ ਹੋ? ਮੈਂ ਕਿਹਾ ਹੁਣ ਪਲਾਨ ਹੈਗਾ ਉਡਾਣ ਉਹਨਾਂ ਦੇ ਥੋੜੇ ਪਾਸੇ ਘੱਟ ਹੋਈ ਇਹਨਾਂ ਰੁਜੂ, ਤੇ ਨਾ ਆਪਣੇ ਜ਼ਰਾ ਅੱਛੇ ਜੋੜੇ ਬਣਾਉਣੇ ਨੇ, ਫਿਰ ਉਡਾਵਾਂਗੇ ਲਾ ਕੇ ਨਾ, ਜ਼ਰਾ 150 ਲਾ ਲਾ ਕੇ ਆਪਣੇ ਅੱਛੇ ਬ੍ਰੀਡਰ ਜੋੜੇ ਬਣਾਉਣੇ ਨੇ ਨਸਲੀ, ਉਹਨਾਂ ਦੇ ਬੱਚੇ ਫਿਰ ਉਡਾਇਆ ਕਰਾਂਗੇ, ਮਜ਼ਾ ਵੀ ਆਇਆ ਸਹੀ ਹੈ, ਬੜੇ ਫਰੈ ਕਬੂਤਰ ਦੀ ਉਡਾਣ ਦਾ ਫੇਰ ਕਰ। ਛਾਨੀਆਂ ਤੇਰੇ ਜੁੜੇ ਤੋਂ ਉੱਤੇ ਵੀ ਕਬੂਤਰ ਨਿਕਲੇ ਨੇ, ਆ ਕਿੰਦੇ ਨੇ ਛਾਨੀ ਨੂੰ ਕੀਤਾ ਹੀ ਫੋਨ, ਉੱਤੇ ਵੀ ਤੇਰੇ ਨੇ ਮਜ਼ੇਦਾਰ ਗੱਲ ਹੈ ਕਿਵੇਂ ਨਾ ਨਾਸਰ ਦੀ ਛੱਤ ਨਾਲ ਆਏ ਹਾਏ ਇੱਕ ਦੇ ਨਿਕਲਿਆ ਦੂਜਾ, ਹੁਣ ਅਸੀਂ ਇੱਕ ਡੁੱਬਾ ਤੇ ਸਾਰੇ ਡੁੱਬਣਗੇ, ਸਾਰੇ ਡੁੱਬਣਗੇ ਪਰ ਇੱਕ ਦਿਨ ਡੁੱਬੇਗਾ, ਇੱਕ ਡੁੱਬਾ ਤੇ ਸਾਰੇ ਸਾਰੇ ਡੁੱਬਣ। ਅਸੀਂ ਨਾ ਇੱਕ ਦਿਨ ਬੜਾ ਕੋਈ ਕੰਮ ਜਾ ਰਹੇ ਸਾਂ ਤੇ ਅਸੀਂ ਗਏ ਤੇ ਨਾਸਰ ਦਾ ਫੋਨ ਆ ਗਿਆ, ਕਹਿੰਦਾ ਉਹ ਆਪਕਾ ਕਬੂਤਰ ਨਿਕਲ ਆਇਆ, ਅੱਛਾ ਉਹ 6:20 ਤੇ ਬੈਠਾ, 6:20 ਤੇ ਬੈਠਾ ਉਹ ਕਬੂਤਰ, ਤੁਸੀਂ ਇੱਥੇ ਤੁਸੀਂ ਦੱਸਿਆ ਬਲਕਿ ਸਾਨੂੰ, ਇਹ ਬੜਾ ਫਾਇਦਾ ਕਿ ਨਾ ਨਾ ਛੱਤ ਤੇ ਹੋਏ ਬੰਦਾ ਦੱਸ ਦੇਈਦਾ ਨਿਕਲ, ਤੇ ਇਹ ਬੜਾ ਫਾਇਦਾ ਜੀ। ਖੋਖਰ ਸਾਹਿਬ ਦੱਸੋ ਜੀ, ਹੁਣ ਭਾਈ ਜੀ ਮੇਰਾ ਹੁਣ ਨਕਸ਼ਾ ਸਟੈਪ, ਮੈਂ ਅੱਛੇ ਕਬੂਤਰ ਬਣਾਉਣੇ ਨੇ ਆਪਣੇ ਘਰ, ਕਬੂਤਰਬਾਜ਼ੀ ਖਤਮ ਕਰਤੀ ਹੈ, ਅੱਛਾ ਨਾਲ ਛੱਤ ਪਾ ਕੇ ਨਾ ਬੇਟਾ ਸ਼ਾਟਾ ਬਣਾਉਣ ਲੱਗਾ, ਠੀਕ ਹੈ ਜੋੜੇ ਰੱਖਣੇ ਨੇ ਅੱਛੇ ਕਬੂਤਰ, ਠੀਕ ਹੈ ਟਾਈਮ ਚਾਹੀਦਾ ਹੁਣ, ਰਾਤੋਂ ਰਾਤ ਜੋੜੇ ਬਣਨ ਤੋਂ ਰਹੇ ਮੁਸ਼ਕਲ, ਰੱਖਾਂਗੇ ਦੁਨੀਆ ਦੇਖੇਗੀ ਕਬੂਤਰ ਰੱਖੇ ਨੇ, ਕਬੂਤਰ ਦੇ ਬੱਚੇ ਰੱਖਾਂਗੇ, ਦੜਬੀ ਵਾਲਾ ਮਾਂ ਨਹੀਂ ਰੱਖਾਂਗੇ, ਇੱਕ ਨਗਰ ਇਕੱਠਾ ਕਰਾਂਗੇ ਲੇਕਿਨ ਨਸਲੀ ਪਰਿੰਦੇ ਰੱਖਾਂਗੇ, ਫਿਰ ਉਹਨਾਂ ਦੀ ਬਰੀਡ ਕਰਾਵਾਂਗੇ, ਫਿਰ ਉਹਨਾਂ ਦੀ ਬਰੀਡ ਤੋਂ ਅੱਗੇ ਉਡਾਵਾਂਗੇ ਵੀ ਬਣਾਵਾਂਗੇ ਵੀ, ਫਿਰ ਕਬੂਤਰਬਾਜ਼ੀ ਸਿੱਧੀ ਹੈਗੀ ਆ, ਫੜੇ ਫੜਾਏ ਹੁੰਦੀ ਲੱਕ ਗਿਆ, ਅੱਛਾ ਇਹ ਨਹੀਂ ਆ ਰਿਹਾ ਕਬੂਤਰਬਾਜ਼ੀ ਵੱਡੇ ਲੈਵਲ ਦੀ ਨਹੀਂ ਹੈਗੀ, ਇੱਧਰੋਂ ਫੜ ਉੱਧਰੋਂ ਫੜ,
ਪਹਿਲੇ ਆਪਣੇ ਘਰ ਦੇ ਬੱਚੇ ਹੋਣਗੇ ਜਾ ਕੇ ਫਿਰ ਪਿਛੋ ਕਰਾਂਗੇ ਸਹੀ। ਘੱਟੋ ਘੱਟ ਐ ਕਬੂਤਰ ਹੈਗਾ ਯਾਰ, ਐ ਵੀ ਸੱਪ ਐ ਦੇ ਨਾ ਪਰੇਸ਼ਾਨੀ ਦੀ ਹਾਲਾਤ ਲੱਗ ਰਿਹਾ ਵੀ ਪੁੱਤਰ ਮੇਰਾ ਹੀ ਤੇਰਾ ਹੀ ਤੇਰੀ ਛੱਤ ਫਿਰ ਉਹ ਮੇਰੇ ਛੱਤ ਉੱਤੇ ਉੱਡਦਾ ਪਿਆ। ਸਿਰਫ ਨਾਸਰ ਨੀ ਸਦਮੇ ਚ, ਨਾਸਰ ਨੀ ਪੂਰੇ ਹੋ ਗਏ ਨਾ, ਨਾਸਰ ਦੇ ਪੂਰੇ ਹੋ ਗਏ ਉਹ ਅੱਜ ਦੇ ਪੂਰੇ ਨੇ। ਕੱਲ ਦੇ ਜਿਹੜਾ ਹੋਇਆ ਨਾ, ਕੱਲ ਦੀ ਉਹਨੂੰ ਸੱਟ ਵੱਜ ਗਈ, ਕੱਲ ਦਾ ਬਹੁਤ ਜੀ ਨਾਸਰ ਬਹੁਤਾ ਸਦਮੇ ਵਿਚਾਰਾ। ਲੇਕਿਨ ਚਲੋ ਮੇਨ ਕਬੂਤਰ ਨਹੀਂ, ਮੇਨ ਕਬੂਤਰ ਨਹੀਂ, ਕੱਲ ਨਹੀਂ ਨਾ ਆਏ। ਲੇਕਿਨ ਚਲੋ ਦੇਖੋ ਜੀ ਯਾਰ, ਇਹਦੀ ਕੱਲ ਦੀ ਫਿਰਤ ਨਹੀਂ ਸੀ ਬੰਦੀ, ਹੌਸਲਾ ਤੇ ਨਹੀਂ ਨਾ ਸਾਜੀ ਨਹੀਂ, ਇਹਦੀ ਕੱਲ ਦੀ ਤੇ ਫਿਰਤ ਨਹੀਂ ਸੀ ਬੰਦੀ, ਨਹੀਂ ਸਾਡੇ ਪਰਸੋਂ ਕਬੂਤਰ ਉੱਡ ਕੇ ਬੈਠੇ ਸੀ ਚੌਕ ਤੇ, ਫਿਰ ਨਹੀਂ ਡਾਇਆ ਸੀ ਗੱਲ ਤੋਂ ਸਿੱਧੇ ਪੱਧਰੇ ਕਰਦੇ ਆ ਵੀ ਤੁਹਾਨੂੰ ਪਤਾ ਹਿਸਾਬ ਕਿਤਾਬ ਲੱਗ ਜਾਂਦਾ। ਉਹ ਕਬੂਤਰ ਵਾਇਰਸ ਚੋਂ ਨਿਕਲੇ, ਤੁਸੀਂ ਵੇਖੇ ਤੇ ਆਏ ਕਬੂਤਰ, ਹਾਂ ਕਬੂਤਰ ਤੇ ਵਾਇਰਸ ਚੋਂ ਨਿਕਲੇ ਨੇ ਤੇ ਫਿਰ ਉਹ ਘਾਟਾ ਵਾਧਾ ਤੇ ਵੈਸੇ ਇੱਕ ਤੇ ਉਹ ਵੇਖੋ ਉਹ ਬੈਠਾ ਜੀ, ਆਹ ਆ ਵੇਖੋ ਇਹ ਦੋਸਤੋ, ਇਹ ਵੇਖੋ ਇਹ ਦਲੇਰੀ ਜੇ, ਇਹ ਦਲੇਰੀ ਜੇ, ਇਹਨੇ ਕਬੂਤਰ ਅੱਜ ਡਾਇਆ ਸੀ, ਇਹ ਦਾਣਾ ਦੂਣਾ ਪਾ ਕੇ ਫਿਰ ਬਾਹਰ ਭਾਤਾ ਜਾ, ਵੇਖੋ ਇਹਦੀ ਹਾਲਤ ਵੇਖੋ, ਉਹ ਜਿਵੇਂ ਮਾਦੀ ਆਂਡਿਆਂ ਦੇ ਨੀ ਆਈ ਹੁੰਦੀ ਤਰੀਵੇਂ ਲੱਗੀ ਹੁੰਦੀ ਤੇ ਲੱਕ ਵੀ ਸੁਜਾ ਹੁੰਦਾ ਤੇ ਥੱਲੇ ਉਹ ਸੁਜੀ ਹੁੰਦੀ, ਇਹ ਉਂਝ ਹੋਇਆ ਕਬੂਤਰ ਉਹਨੂੰ ਦਵਾਈ ਵੀ ਕਰਾਂਦੇ ਹੋ ਤੇ ਇਹ ਨਾ ਹੋਵੇ ਅਗਲੇ ਘਰ ਪਹੁੰਚੇ, ਨਹੀਂ ਨਹੀਂ ਮੁਸ਼ਕਿਲ ਹੋ ਜਾਣਾ, ਲਾਲ ਛੱਡ ਦਿੱਤਾ ਕਿ ਚੱਲ ਆਪਣੀ ਆਸ ਤੇ ਲੇਖ, ਪਰ ਤੁਸੀਂ ਨਾ ਇਹਨੂੰ ਕੋਈ ਮਸਾਲਾ ਮਸੂਲਾ ਦੋ ਉਸਤਾਦ ਬਾਹਰ ਪਾਇਆ ਇਹਨੂੰ ਕਿ ਚੱਲ ਬੈਠਾ ਰਹਿ ਹੁਣ ਮਾਰ ਸ਼ਹਿਰ, ਸ਼ਾਇਦ ਬਾਅਦ ਫਿਰ ਨਾ ਮੋਜਾ ਮਾਰਨ ਨਾਲ ਤੈਨੂੰ ਕੁਝ ਸਕੂਨ ਹੋ ਜਾਵੇ। ਖੋਖਰ ਯਾਰ ਇੱਕ ਗੱਲ ਤੇ ਦੱਸ, ਤੂੰ ਤੇ ਟੁੱਟ ਜਾਣਾ ਇਤਵਾਰ ਦੀ ਸ਼ਾਮ ਰਾਤ ਨੂੰ 2-3 ਵਜੇ ਤੇਰੀ ਫਲੈਟ ਹੈ। ਇੱਕ ਤੁਹਾਨੂੰ ਗੱਲ ਦੱਸਦਾ, ਇਤਵਾਰ ਨਾ ਮੇਰਾ ਬਹੁਤ ਚੰਗਾ ਉੱਡੇਗਾ ਇਨਸ਼ਾਅੱਲਾ, ਕਿਆ ਪਹਿਲੇ ਤੁਹਾਨੂੰ ਐਡਵਾਂਸ ਕਹਿਤਾ ਮਾਸ਼ਾਅੱਲਾ, ਮਾਸ਼ਾ ਇਹ ਕਬੂਤਰ ਜਿਹੜੇ ਨੇ ਨਾ ਉਹਨੂੰ ਇਹ ਮੌਸਮ ਮੇਰੇ ਕਬੂਤਰਾਂ ਦਾ ਠੀਕ ਹੈ, ਹਾਰ ਦੇਖੋ ਬਣੀ ਹੈ, ਹਨੇਰੇ ਤੋਂ ਅੱਗੇ ਹਨੇਰਾ ਹੀ ਹੈ, ਹਨੇਰੇ ਤੋਂ ਅੱਗੇ ਹਨੇਰਾ ਰਾਜੀ, ਜਿੰਨਾ ਮਰਜ਼ੀ ਚੌਧਰੀ ਸ਼ਕੀ ਦਾ ਵੀ 12 ਘੰਟੇ ਹੀ ਉੱਡਣਾ, ਸਾਡਾ ਵੀ 12 ਘੰਟੇ ਹੀ, 12-14 ਘੰਟੇ, 20 ਘੰਟੇ ਨਹੀਂ ਉੱਡਣਾ, 12 ਵਜੇ ਇੰਨੀ ਉੱਡਦਾ ਕਬੂਤਰ, 10-12 ਘੰਟੇ ਹਾਰ ਜੀ ਤੇਰਾ 6 ਵਜੇ ਤੋਂ ਬਾਅਦ ਬੈਠਾ ਤੇ ਸਾਡਾ ਵੀ 6 ਵਜੇ ਤੋਂ ਬਾਅਦ ਬੈਠਾ, ਉੱਗੇ ਨਸੀਬ ਨੇ ਅੱਗੇ, ਲੇਕਿਨ ਦੇਖਿਆ ਜਾਏ ਨਿਊਟਰਲ ਹੋ ਕੇ ਤੇ ਸ਼ੌਕ ਦੋਨਾਂ ਦਾ ਆਇਆ, ਇੱਕ ਬੰਦਾ 6 ਵਜੇ ਬੈਠਾ, ਇੱਕ ਬੰਦਾ ਸੁਬਾਹ 2 ਵਜੇ ਬੈਠਾ, ਉਹ ਮੁਕਾਬਲਾ ਕੋਈ ਨਹੀਂ, ਇੱਕ 6:20 ਤੇ ਬੈਠਾ, ਇੱਕ 6:30 ਤੇ ਬੈਠਾ, ਉਹਦਾ ਮੁਕਾਬਲਾ, ਉਹਦਾ ਮੁਕਾਬਲਾ, ਦੇਖਣ ਵਾਲਾ ਕਹਿੰਦਾ ਯਾਰ ਦੋਨੋਂ ਤਗੜੇ ਸ਼ੌਕੀਨ, ਅਗਲੇ ਨੇ ਸ਼ੌਕ ਕਰਕੇ ਵਿਖਾਇਆ, 6-12 ਘੰਟੇ ਕਬੂਤਰ ਠਾ ਕੇ ਹਨੇਰੇ ਚੋਂ ਬਿਠਾਇਆ, ਬੜੀ ਗੱਲ, ਇਹ ਗੱਲ ਹੁੰਦੀ ਹੈ, ਬਾਕੀ ਨਸੀਬਾਂ ਦਾ ਸ਼ੌਕ ਹੈਗਾ, 2 ਮਿੰਟ ਉੱਤੇਗੀ 2 ਮਿੰਟ ਥੱਲੇਗੀ, ਲੇਕਿਨ ਇਹ ਤੇ ਹੈਗਾ ਨਾ ਕਿ ਫਾਈਟ ਹੋਈ ਕਬੂਤਰਾਂ ਦੀ, ਇਹ ਤਵਾਰ ਬੜੀ ਉਮੀਦ ਹੈ ਮੇਰੇ ਇਨਸ਼ਾਅੱਲਾ, ਕਿਉਂਕਿ ਬਾਰਿਸ਼ ਹੋ ਗਈ ਹੈ, ਗੈਰ ਖਤਮ ਹੋ ਗਈ ਹੈ, ਕਬੂਤਰ ਮੇਰੇ ਫਿਰਦੇ ਨੇ ਲੰਘੇ, ਮੈਨੂੰ ਉੱਤੋਂ ਮੈਂ ਬਚਾ ਲਈ ਤੇ ਅੱਲਾ ਦਾ ਸ਼ੁਕਰ ਅੱਜ ਕਬੂਤਰ ਨਹੀਂ ਡਾਇਆ, ਤੁਸੀਂ ਸਹੀ ਕਰ ਵੱਟ ਬੜੇ ਪਏ ਬੜੀ ਉਮੀਦ ਹੈ ਅਗਲੇ ਤਵਾਰ ਸਹੀ ਕਰ ਸਕਦੇ, ਬਹੁਤ ਐਸ ਤਵਾਰ ਅੱਛੇ ਕਬੂਤਰ ਧਰਮਪੁਰੇ ਦੇ ਵਿੱਚ ਤੁਹਾਡੇ ਭਰਾ ਦੇ ਸਭ ਤੋਂ ਅੱਛੇ ਕਬੂਤਰ ਇਨਸ਼ਾਅੱਲਾ, ਇਨਸ਼ਾਅੱਲਾ ਅਗਰ ਉੱਡਣਗੇ ਅੱਲਾ ਦੀ ਮਿਹਰ ਤੇ ਅਗਲੇ ਤਵਾਰ ਦੀ ਕੀ ਹੈ, ਬਾਕੀ ਮੈਨੂੰ ਵੇਖੋ ਜੀ ਇਹ ਤੇ ਵੇਖੋ ਕਿ ਹੈਗਾ ਕਿ ਹੋ ਸਕਦਾ ਨਾ ਵੀ ਉੱਡ, ਨਹੀਂ ਨਹੀਂ ਨਾ ਕਮਾਲ ਹੈਗਾ ਕਿਉਂਕਿ ਉਹ ਕਬੂਤਰਾਂ ਨੂੰ ਚੱਲਦੀ ਯਾਰ, ਮੈਨੂੰ ਪਤਾ ਯਾਰ ਪਰਸੋਂ ਕਬੂਤਰ ਨੱਚ ਜਾਣ ਕਿੱਥੇ ਕੰਮ ਪੈਣਾ, ਕਿਉਂਕਿ ਜ਼ੋਰ ਜਾਂ ਐਪ ਇਸ ਹਫਤੇ ਉਹਨੂੰ ਮੈਂ ਬਜਾ ਕੇ ਜੋ ਗਲਤੀਆਂ ਕੀਤੀਆਂ ਸੀ ਨਾ ਪਿਛਲੇ ਹਫਤੇ ਉਹ ਨਹੀਂ ਕੀਤੀਆਂ, ਹੁਣ ਕੱਲ ਕਬੂਤਰ ਸਾਰੀ ਬਣ ਕੇ ਗਿਰਨੇ ਨੇ। ਅਸਲ ਨਾ ਇੱਕ ਗੱਲ ਦੱਸਾਂ, ਉਸਤਾਦ ਹੋਰੀ ਬੈਠੇ ਨੇ ਵੀ ਉਹਦੀ ਗੱਲ ਦੀ ਤਾਇਦ ਕਰਨਗੇ, ਦਲੀਲ ਨਾਲ ਅਸੀਂ ਗੱਲ ਦੱਸਾਂਗੇ ਤੁਹਾਨੂੰ। ਉਮਰ ਬਾਈ ਪਹਿਲਾਂ ਤਵਾਰ ਜਿਹੜਾ ਨਾ, ਜਿੱਡੇ ਮਰਜ਼ੀ ਵੱਡਾ ਉਸਤਾਦ ਹੋਵੇ ਨਾ, ਜਾਂ ਤਾਂ ਉਹਨੇ ਬਹੁਤ ਪੁਰਾਣੀਆਂ ਫਿਰਤਾਂ ਲੈਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਉਹਦਾ ਕੰਮ ਚੱਲੇਗਾ, ਠੀਕ ਉਹ ਡਾਲੇਗਾ, ਲੇਕਿਨ ਪਹਿਲਾਂ ਤਵਾਰ ਜਿਹੜਾ ਨਾ ਇਹ ਸਮਝੋ ਟਰਾਈ ਗੇ ਨਹੀਂ ਹੁੰਦਾ, ਲੇਕਿਨ ਗੱਲ ਕਰਨ ਡਿਆ ਪੱਕੇ ਪਹਿਲਾ ਤਵਾਰ ਹੀ ਪੱਕੇ ਪੈਰੀ ਹੁੰਦਾ, ਨਹੀਂ ਨਹੀਂ ਪਹਿਲਾ ਤਵਾਰ ਨਹੀਂ ਦੂਜੇ ਤਵਾਰ ਸਹੀ ਕਬੂਤਰ ਉੱਡਦੇ ਹੁੰਦੇ ਨੇ, ਜਾ ਕੇ ਵੇਖ ਲਓ ਕਿਉਂ ਜੀ
ਜਿਹੜਾ ਥੱਲੇ ਬਹਿ ਕੇ ਆਪ ਉਡਾ ਰਿਹਾ ਫੜਕਾ ਲੈ ਰਿਹਾ ਉਹਦੇ ਲਈ ਟਰਾਈ ਨਹੀਂ ਹੈਗੀ, ਤੇ ਜੇ ਤੁਸੀਂ ਹਫਤੇ ਵਾਲੇ ਦਿਨ ਉਸਤਾਦ ਨੂੰ ਖੁੱਡੇ ਤੇ ਲਿਆ ਕੇ ਬਿਠਾ ਦਿੱਤਾ ਤੇ ਉਸਤਾਦ ਉਹਨਾਂ ਨੂੰ ਐਵੇਂ ਕਹੀ ਗਏ ਇਹ ਵੀ ਮੇਰਾ 4 ਵਜੇ ਬੈਠਾ, ਇਹ ਵੀ ਮੇਰਾ 3 ਵਜੇ ਬੈਠਾ, ਉਹ ਜ਼ਿੰਦਗੀ 'ਚ ਇੱਕ ਵਾਰੀ ਬੈਠਾ ਹੁੰਦਾ ਤੇ ਫਿਰ ਉਹ ਟਰਾਈ ਹੋ ਜਾਂਦੀ ਹੈ। ਲੇਕਿਨ ਤੇ ਜੇ ਕਬੂਤਰ ਜੈਨੂਇਨ ਹੀ ਉਹ ਦੱਸ ਨਹੀਂ, ਲੇਕਿਨ ਜੋ ਗਲਤੀ ਹੋਏ ਨਾ ਦੂਜੇ ਤਵਾਰ ਬੰਦਾ ਉਹਨੂੰ ਕਵਰਿੰਗ ਕਰ ਜਾਂਦਾ, ਕਵਰ ਕਰ ਲੈਂਦਾ। ਮੇਰੇ 2 ਪਰਿੰਦੇ ਨਹੀਂ ਆਏ, ਮੈਂ 10 ਗਵਾ ਲੈ ਕੇ ਆ ਸਕਦਾ ਹਾਂ, ਮੇਰੇ ਦੋਨੋਂ ਕਬੂਤਰ ਨਿਕਲੇ, ਕਬੂਤਰ ਵੀ ਮੇਰਾ ਨਿਕਲਿਆ ਸੀ, ਮਾਦੀ ਵੀ ਮੇਰੀ ਨਿਕਲੀ ਆ ਵੱਡੇ, ਜਿਹੜਾ ਬੰਦੇ ਨਾਲ ਬਾਜ਼ੀ ਲਾਈ ਹੈ ਨਾ ਉਹਨਾਂ ਨੂੰ ਮੈਂ 4-5 ਵਜੇ ਬਿਠਾ ਕੇ ਨਹੀਂ ਜਿੱਤਾਂਗਾ, ਮੈਂ ਹਨੇਰੇ 'ਚ ਬਿਠਾਵਾਂਗਾ, ਉਹ ਵੀ ਕੁੱਪ ਹਨੇਰੇ 'ਚ ਤਾਂ ਜਿੱਤਾਂਗਾ, ਅਤੇ ਮੈਂ ਜਿੱਤਣ ਵਾਸਤੇ ਗਿਆ ਵਾਂ। ਮੈਂ ਡਿਫੈਂਸਿਵ ਨਹੀਂ ਪਲੇਅਰ ਹੈਗਾ ਕਿ ਆਪਣੇ ਆਪ ਨੂੰ ਬਚਾਓ, ਐਵਰੇਜ ਪੂਰੀ ਕਰੋ, ਪੈਸੇ ਬਚਾਓ, ਅਸੀਂ ਕਿਹਾ ਜਾਂ ਬਾਬੂ ਰੇਲ 'ਚੋਂ ਜਾਂ ਜੇਲ੍ਹ 'ਚੋਂ ਯਾਰ, ਮੁਕਾਬਲਾ ਕੀਤਾ, 2 ਛੱਤਾਂ ਘੁਆਰੇ ਹਾਂ, ਉਹ ਵੀ 2 ਛੱਤਾਂ ਉਹਨੇ ਕੋਈ ਗਲੀ ਮਹੱਲੇ ਦੀ ਛੱਤਾਂ ਨਹੀਂ ਗਈਆਂ, ਲੋਅਰ ਲੈਵਲ ਦੀ ਛੱਤਾਂ ਨੇ। ਉਸਤਾਦ ਜੀ ਅਸਲ ਕਲੱਬ ਵਾਲਾ ਕੋਈ ਛੋਟਾ ਬੰਦਾ, 20 ਮਿੰਟ ਹਾਰੇ ਆਂਦੇ ਕੋਲ ਹਾਰ ਗਏ ਆ, ਲੇਕਿਨ 5-6 ਛੱਤਾਂ ਨੂੰ ਜਿੱਤੇ ਵੀ ਆ, ਜਿੱਤੇ ਵੀ ਆ। ਨੇਰੇ 'ਚ ਕੁੱਤਾ ਬਿਠਾਇਆ, ਇਨਸ਼ਾਅੱਲਾ ਇਸ ਵਾਰ 1 ਬਿਠਾਇਆ ਨਾ, ਪਹਿਲਾਂ ਹੁਣ ਇਸ ਵਾਰ ਕੋਸ਼ਿਸ਼ 2 ਕੁ ਬਿਠਾਈਏ ਨੇਰੇ 'ਚ, ਪਿੱਛੋਂ ਥੱਲੇ ਆ ਵੀ ਲੈ ਕੇ ਚੱਲਦੇ ਰਹੀਏ। ਇਹ ਤਾਂ ਮੈਂ ਕਹਿ ਰਿਹਾ, ਵੇਖੋ ਨਾ ਆ ਗਏ ਨਾ, ਦੂਜੇ ਤਵਾਰ ਦੀ ਗੱਲ ਉਹੀ ਆ ਗਈ ਨਾ, ਤੁਸੀਂ ਆਪ ਹੀ ਉੱਧਰ ਆਉਂਦੇ ਹੋ, ਪਹਿਲਾ ਤਵਾਰ ਥੋੜ੍ਹਾ ਜਿਹਾ ਨਾ ਬੰਦੇ ਵਾਸਤੇ ਨਾ ਇੱਕ ਸਮਝੋ ਸਿੱਖਣ ਵਾਲੀ ਗੱਲ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਦੂਜਾ ਤਵਾਰ ਜਿਹੜਾ ਨਾ ਥੋੜ੍ਹਾ ਜਿਹਾ ਥੰਮ ਕੇ ਬੰਦਾ ਚੱਲਦਾ, ਹਾਂਜੀ, ਲੇਕਿਨ ਅਗਲਾ ਤਵਾਰ ਫਿਰ ਬੰਦਾ ਅੱਜ ਨੂੰ ਉਹ ਫਿਰ ਮਾਰਦਾ ਸਾਡਾ, ਅਸੀਂ ਫਿਰ ਤਾਂ ਜੋ ਦਵਾਈ ਦੇ ਕੇ ਡਾਈ ਦੇਣੇ ਕਬੂਤਰ। ਨਹੀਂ ਉਹ ਤਾਂ ਤੂੰ ਮੈਨੂੰ ਉਦਣ ਹੀ ਪਤਾ ਲੱਗ ਗਿਆ, ਅਕਲਮੰਦੀ ਕੀ ਹੈ, ਕਬੂਤਰ ਨੂੰ ਦਵਾਈ ਦਾਰੂ ਦਿੱਤਾ ਹੋਇਆ ਨਾ, ਪੁੱਤਰ ਜਦੋਂ ਬਾਜੀ ਵਾਲੇ ਦਿਨ ਡਾਇਆ ਨਾ, ਮਾਲਾ ਉਹਨੂੰ ਪਤਾ ਹੁੰਦਾ ਯਾਰ ਇਹ ਕਿਹੜਾ ਮੈਂ ਨਵਾਂ ਦੇ ਕੇ ਡਾਇਆ, ਇਹਨੂੰ ਦੱਸ ਦਵਾ ਦਵਾਈ ਦਿੱਤੀ ਆਏਗਾ ਆਏਗਾ, ਬਾਕੀ ਨਸੀਬ ਬੜੇ ਡਿਪੈਂਡ ਕਰਦੇ ਨੇ, ਨਸੀਬ ਹਾਰ ਜਿੱਤ ਨਸੀਬ। ਉਹਨਾਂ ਦੇਖੋ ਨਾ ਬਾਰਿਸ਼ ਨੇਲ ਚੱਲ ਪਿਆ, ਸ਼ਰਾਬ ਦੀ ਬੋਤਲ ਅੱਗੇ ਰੱਖ ਤੇ ਡਿੱਗੇ ਗਈ, ਤੇ ਜੇ ਉਹਨੂੰ ਥੋੜੀ ਚੂੰਡੀ ਚੂੰਡੀ ਲਵਾਉਂਦੇ ਰਹੋ ਰੋਜ਼, ਤੇ ਉਹ ਜਦੋਂ ਤਾਂ ਹਫਤੇ ਬਾਅਦ ਉਹਨੂੰ ਭਾਵੇਂ ਪੂਰੀ ਬੋਤਲ ਦੇ ਦਿਓ ਤੇ ਉਹਨੇ ਕਹਿਣਾ ਐ ਗਿਆ ਜੇ। ਆਪ ਦੱਸਣ ਡੇ ਮੇਰੇ ਕੋਲ ਮਿਆਰ ਦੇ ਕਬੂਤਰ ਨਹੀਂ ਹੈਗੇ, ਦੇਸੀ ਕਬੂਤਰ ਨੇ, 11 ਵਜੇ ਤੋਂ ਬਾਅਦ ਕਬੂਤਰ ਕੋਈ ਨਹੀਂ ਪੈਂਦਾ ਸਾਡੇ ਕੋਲ, ਜਿਹੜੇ ਦਵਾਈ ਦਾਰੂ ਹੈਗਾ ਨਾ ਹਰ ਬੰਦੇ ਕੋਲ, ਕੁਛ ਕੋ ਸਾਡੇ ਕੋਲ ਦੇਸੀ ਚੀਜ਼ ਹੈਗੀ, ਉਹ ਕਬੂਤਰ ਨੂੰ ਭਾਵੇਂ ਉੱਡ ਕੇ ਫਿਰ ਦੇ ਦਿਓ, ਉਹਨੂੰ ਜ਼ਾਇਆ ਨਹੀਂ ਹੁੰਦੀ, ਐਨਰਜੀ ਦਿੰਦੀ ਹੈ, ਐਨਰਜੀ ਦਿੰਦੀ ਹੈ। ਉਹ ਇੱਕ ਹੁੰਦਾ ਨਾ ਮੈਡੀਸਨ ਮਾਰ ਕੇ ਉਹ ਕਬੂਤਰ ਕੰਧ 'ਚ ਮਾਰਦੀ, ਉਹਨਾਂ ਦੇ ਹਸਤੇ ਨੁਕਸਾਨ ਦੇ ਨੁਕਸਾਨ ਹੈ। ਜੇਠ ਆਇਆ ਇਹਨੂੰ ਪੁੱਛੋ ਕਬੂਤਰ ਵਿਗੜ ਗਿਆ ਸੀ ਜਾਂ ਜੇਠ ਦੇ ਵਿੱਚ ਨਹੀਂ ਸਮੀਚਾ, ਉਹ ਗਲਤ ਸੀ, ਸੁਬਹ ਪਲਟਿਆ ਨਹੀਂ ਹੈਗਾ ਕਿ ਜੋ ਗਲਤ ਹੋ ਗਿਆ। ਅੱਛਾ ਉਹਨੂੰ ਮਜੂਨ ਦੇ ਕੇ ਉਹਨਾਂ ਕੇ 5 ਮਿੰਟ ਨਹੀਂ ਬਣਨਾ, ਮਜੂਨ ਦੇ ਕੇ ਡਾਇਆ ਅਗਲੇ ਦਿਨ ਉਹ 1.5 ਘੰਟਾ ਫਿਰਿਆ, ਉਸ ਤੋਂ ਅਗਲੀ ਬਾਜ਼ੀ ਚੈਂਡ ਉਹਨੇ ਕੀਤਾ, ਬੜੀ ਗੱਲ ਹੈ। ਗੱਲ ਇਹ ਵੇ ਕਿ ਦਵਾਈ ਉਹ ਹੋਵੇ ਕਿ ਜਿਹੜੀ ਕਬੂਤਰ ਨੂੰ ਵਿਗੜਨ ਨਾ ਦੇਵੇ, ਉਹਨੂੰ ਪਾਵਰ ਦੇਵੇ, ਪਾਵਰ ਦੇ ਅੱਗੇ ਲੈ ਕੇ ਜਾਵੇ, ਅੱਗੇ ਲੈ ਉਹ ਦਵਾਈ ਕੀ ਦੇਣੀ, ਉਹ ਦਵਾਈ ਨਹੀਂ ਹੁੰਦੀ ਉਹ ਨਹੀਂ। ਲੇਕਿਨ ਉਸਤਾਦ ਜੀ ਇੱਕ ਗੱਲ ਪਤਾ ਹੀ ਹੈਗੀ, ਜਿਹੜੀ ਉਮਰ ਦੀ ਗੱਲ ਹੈ ਨਾ, ਅਸੀਂ ਉਹਨੂੰ ਮੰਨਾਂਗੇ, ਕਿਉਂ ਅੱਜ ਤੁਸੀਂ ਜ਼ਰਾ ਕੋ ਲਾਉਂਦੇ ਹੋ ਤੇ ਅਗਲੀ ਫਿਰ ਤੇ ਹੋਰ ਥੋੜ੍ਹੀ ਜਿਹੀ ਲਾਉਂਦੇ ਹੋ, ਉਹਦੇ ਨਾਲ ਇੱਕ ਤਾਂ ਕਬੂਤਰ ਖੁੱਲਦਾ, ਜਿਹੜੀ ਇਹਦੇ ਕੋਲ ਦਵਾਈ ਹੈ ਨਾ, ਕਿਉਂ ਜੇ ਆਪਣਾ ਉਮਰ ਉਹਦੇ ਨਾਲ ਥੋੜ੍ਹੇ ਕਬੂਤਰ ਖੁੱਲਦੇ ਨੇ, ਜਿਹੜੇ ਸੁਬਹ ਵਾਲੇ ਕਬੂਤਰ ਵੀ ਨਾ ਉਹ ਤਕਰੀਬਨ ਕੋਈ ਘੰਟਾ ਵਧਾਉਂਦੇ ਨੇ, ਫਿਰ ਉਹਨੂੰ ਕੋਈ ਆਦਤ ਪਾਉਣੀ ਚਾਹੀਦੀ, ਆਦਤ ਪਾਓਗੇ ਨਾ ਜਦੋਂ ਆਪਣੇ ਪਰਿੰਦੇ ਨੂੰ, ਮੇਰੀ ਗੱਲ ਸੁਣ ਉੱਡਦੀ ਆ ਰਹੀ ਹੈ, ਹਰ ਬਾਜ਼ੀ ਉੱਡੀ ਹੈ,
ਨੇਰਿਆਂ ਚ ਬੈਠੀ ਹੈ, ਸ਼ਾਮ ਬੈਠੀ ਹੈ, ਤਾਰ ਨੂੰ ਨਹੀਂ ਬੈਠੀ, ਮੇਰੀ ਕਬੂਤਰਬਾਜ਼ੀ ਕਿੱਥੇ ਗਈ? ਕਿੱਥੇ ਗਈ ਦੱਸੋ, ਗੱਲ ਕਰੋ। ਬੜੀ ਚੰਗੀ ਕਬੂਤਰੀ ਸੀ ਉਹ ਯਾਰ, ਨਸੀਬ ਨਸੀਬ ਨੀ ਮੇਰੇ ਜੀ, ਇਹ ਸ਼ੌਕ ਦਾ ਹੁਸਨ ਹੈ, ਸ਼ੌਕ ਹੋਏਗਾ ਕਿ ਬਰਾਬਰੀ ਕਰਕੇ ਹਾਰੋ ਬਸ। ਜੰਗਲ ਵੀ ਆਹ ਹੁੰਦਾ, ਛੇੜਦਾਰੀ ਜੀ ਛੱਤ ਹੁੰਦੀ ਥੱਲੇ, ਕੱਲੀ ਘਰ ਬਹਿ ਜਾਣਾ ਜੀ, ਇੱਥੇ ਇੰਨੇ ਵੀ ਲੜ ਬਾਲੀ, ਉਹਨੇ ਵੀ ਲੜ ਬਾਲੀ, ਉਹਨੇ ਵੀ ਲੜ ਬਾਲੀ, ਕਿੱਥੇ ਪਟਾਓਗੇ ਕਬੂਤਰ? ਕਿੱਥੇ ਕਬੂਤਰ ਕਰੋ? ਬਾਰਾਂ ਮਹੀਨੇ ਦੀ ਕਬੂਤਰਬਾਜ਼ੀ ਹੈ ਸਾਡੇ ਕੋਲ, ਇੰਨਾ ਟਾਈਮ ਨੀ, ਅਸੀਂ ਹਫਤੇ ਵਾਲੇ ਦਿਨ ਛੁੱਟੀ ਕਰਨੀ ਹੁੰਦੀ ਹੈ, ਕਿਸੇ ਨੂੰ ਕਹਿਣਾ ਯਾਰ ਤੂੰ ਲੈ ਲਾ ਮੇਰੇ, ਤੂੰ ਲੈ ਲਾ ਮੇਰੇ ਹਿੱਸੇ ਦੀ, ਮੈਂ ਕੰਮ ਤੇ ਜਾਣਾ। ਜੇ ਉਹਨਾਂ ਦੇ 6 ਵਜੇ ਬਹਿਣ, ਸਾਡੇ 5:30 ਬਹਿਣ, ਤੇ ਫਿਰ ਬੜੀ ਗੱਲ ਹੈ, ਬੜੀ ਬਹਾਦਰੀ ਵਾਲੀ ਗੱਲ ਹੈ। ਖੋਖਰ ਭਾਈ ਕੋ ਪੈਗਾਮ ਦੋ ਯਾਰ ਦੋਸਤਾਂ ਨੂੰ। ਭਾਈ ਜੀ ਪੈਗਾਮ ਮੈਂ ਹੀ ਗਿਆ ਸਭ ਲੋਕਾਂ ਵਾਸਤੇ, ਅਸੀਂ ਇਸ ਟਾਈਮ ਇਸ ਸ਼ੋਕ ਦੇ ਵਿੱਚ ਟੋਟਲੀ ਇੰਨੇ ਗਏ ਹਾਂ। ਹਾਂਜੀ, ਖੋਖਰ ਨੂੰ ਜਿਵੇਂ ਖੋਖਰ ਦੀ ਸੋਚ ਅੱਛੇ ਕਬੂਤਰ ਬਣਾਓ ਬਸ, ਬੜੀ ਗੱਲ ਹੈ। ਕਬੂਤਰਬਾਜ਼ੀ ਕਰਨੀ ਹੈ ਨਾ, ਪਹਿਲੇ ਕਬੂਤਰ ਬਣਾਓ ਉਹ ਜਿਨ੍ਹਾਂ 'ਤੇ ਤੁਹਾਨੂੰ ਦਾਵਾ ਹੋਇਆ, ਹਾਮਾ ਦਾਵਾ, ਦਾਣਾ ਪਾਣੀ, ਨੁਸਖਾ, ਨਸੀਬ, ਫਿਰਤਾਂ, ਉਸਤਾਦੀਆਂ, ਸ਼ਗਿਰਦੀਆਂ, ਇਹ ਵਾਅਦੇ ਪੜੇ। ਜਦੋਂ ਪਹਿਲਾ ਸਟੈਪ ਹੀ ਸਹੀ ਨਹੀਂ ਹੋਏਗਾ, ਤੁਸੀਂ ਕੁਛ ਨਹੀਂ ਕਰਦੇ। ਅਸੀਂ ਕਬੂਤਰਬਾਜ਼ੀ ਜੋ ਮਾਰ ਕਿਉਂ ਖਾ ਰਹੇ ਹਾਂ, ਸਾਡੇ ਕੋਲ ਜੋੜੇ ਨਹੀਂ, ਕਬੂਤਰ ਰੱਖੋ ਨਸਲੀ, ਨਸਲੀ ਅਤੇ ਅਸਲੀ, ਅਸਲੀ ਅਤੇ ਨਸਲੀ ਕਬੂਤਰ ਹਰ ਬੰਦੇ ਦੀ ਵਸ 'ਚ ਨਹੀਂ ਗਾ। ਮੈਂ ਕਹਿੰਦਾ ਵਾ, ਮੈਂ ਵੀ ਅੱਜ ਮੈਂ ਕਹਾਂ ਨਾ ਕਿ ਖੋਖਰ ਜੀ ਮੈਂ ਨਸਲੀ ਕਬੂਤਰ ਬਣਾ ਲਾਂ, ਅਤੇ ਮੈਨੂੰ ਵੀ ਬੜਾ ਟਾਈਮ ਚਾਹੀਦਾ। ਹੁਣ ਕਿਉਂਕਿ ਸ਼ੌਕ ਹੁੰਦਾ, ਪੈਸੇ ਹੁੰਦੇ ਨੇ ਜੇਬ 'ਚੋਂ ਪਾ ਕੇ, ਵੱਡੇ ਸਤਾਦਾ ਪਹੁੰਚਾਉਂਦੇ ਨੇ ਆਪਣੇ ਛਿੱਲ ਆ ਕੇ ਲਿਆ। ਮੇਰੇ ਕੋਲ ਅੱਛਾ ਕਬੂਤਰ ਹੈਗਾ ਨਾ, ਮੈਂ ਤੁਹਾਨੂੰ ਦੇ ਦਾਂਗਾ, ਲੇਕਿਨ ਉਹ ਮੈਨੂੰ ਹੀ ਪਤਾ ਮੈਂ ਅੱਛੇ ਨਾਲ ਕੀ ਪਾਉਣਾ ਤੇ ਬਣਨਾ, ਤੁਹਾਨੂੰ ਨਹੀਂ ਜੇ ਪਤਾ। ਤੁਸੀਂ ਕਹੋ ਕਿ ਮੈਂ ਅੱਛਾ ਲਿਆਵਾਂ ਤੇ ਅੱਛਾ ਪਾ ਲਵਾਂਗਾ, ਇਹ ਬੜੀ ਵੱਡੀ ਸਾਇੰਸ ਹੈਗੀ ਹੈ। ਅਤੇ ਕੋਈ ਐਸਾ ਤਜਰਬਾਕਾਰ ਬੰਦਾ ਫੜੋ, ਆਪਣੀ ਨਜ਼ਰ 'ਚ ਰੱਖੋ, ਜਿਹਨੂੰ ਤੁਹਾਨੂੰ ਪਤਾ ਯਾਰ ਇਹ ਬੰਦੇ ਨੇ ਆਪਣੀ ਜ਼ਿੰਦਗੀ ਦਿੱਤੀ ਕਬੂਤਰਬਾਜ਼ੀ ਨੂੰ, ਇਹ ਕਰੂ ਬੰਦਾ ਜਿਹਨੂੰ ਤੁਸੀਂ ਬਹਿ ਕੇ ਦੇਖਿਆ ਕਬੂਤਰ ਉਡਾਉਣਾ ਵੀ ਜਾਣਦਾ, ਅਤੇ ਜੋੜੇ ਬਣਾਉਣਾ ਵੀ ਜਾਣਦਾ ਘਰ ਦੇ, ਉਹਨੂੰ ਤਰਲਾ ਮਿੰਨਤਾਂ ਪਾਓ, ਉਹਨੂੰ ਕੋਈ ਖਰਚਾ ਪਾਣੀ ਲਾਓ, ਉਹਦੇ ਥੋੜ੍ਹੇ ਜਿਹੇ ਉਹਨੂੰ ਸਹਾਰਾ ਦੋ, ਸਮਝ ਰਹੇ ਹੋ ਮੈਂ ਕੀ ਕਹਿ ਰਿਹਾ? ਉਹਦਾ ਫਿਰ ਉਹਦੇ ਕੋਲ ਕਬੂਤਰ ਬਣਾਓ, ਉਹ ਵੀ ਬੰਦਾ ਨੀਅਤ ਵਾਲਾ ਹੋਏ ਇੱਥੇ। ਜੇ ਤੁਸੀਂ ਕਹੋ ਨਾ ਮੈਂ ਆਪ, ਅਸੀਂ ਕਿੰਨੇ ਯੂਟਿਊਬਰ ਬਣੀ ਫਿਰਦੇ ਹਾਂ, ਫੜਲਾਂ ਮਾਰਦੇ ਹਾਂ, ਉਹ ਭੈਣ ਚ ਹਾਂਜੀ ਇੱਕ ਦੋ ਟਗੇ ਦੇ ਜੋੜੇ ਨਹੀਂ ਸਾਡੇ ਕੋਲੋਂ ਕਿਸੇ ਕੋਲੋਂ, ਤੈਨੂੰ ਲੱਭ ਗਿਆ ਬੰਦਾ। ਅੱਛਾ ਤੂੰ ਇੰਨੀ ਸਟਰਗਲ ਕੀਤੀ ਹੈ, ਸੁਣੋ ਤੁਸੀਂ ਯੂਟਿਊਬਰ ਜੇ ਦੀ, ਮੈਂ ਸਾਰੇ ਬੈਠੇ ਹਾਂ, ਮੈਂ ਕਬੂਤਰ ਬਾਜ਼ੀ ਛੱਡ ਦਾਂਗਾ, ਕੋਈ ਦੋ ਬੰਦੇ ਦੋ ਜੋੜੇ ਵੀ ਕੋਈ ਕੱਢ ਕੇ ਲੈ ਕੇ ਯਾਰ ਖੋਖਰ ਜਾਂ 40 ਨੰਬਰੇ ਜਾਂ ਜੋ ਵੀ ਸ਼ਾਮ ਬੱਚੇ ਬਿਠਾਉਣਗੇ, ਮੈਂ ਨਹੀਂ ਲੈ ਕੇ ਆਉਣ, ਮੈਂ ਗੱਲਾਂ ਨਹੀਂ ਗੇ, ਕਿਉਂ ਨਹੀਂ ਗੇ? ਅਸੀਂ ਕਬੂਤਰ ਬਾਜ਼ੀ ਸਾਡਾ ਸਾਡਾ ਵਿਜ਼ਨ ਹੀ ਨਹੀਂ ਹੋਏਗਾ, ਚੰਗੇ ਅਸੀਂ ਵੇਚਦੇ, ਅਸੀਂ ਵੇਚ ਦਿੰਦੇ ਹਾਂ, ਅਸੀਂ ਫੜਲੇ ਫੜਾ ਉਡਾਉਂਦੇ ਹਾਂ, ਇਹ ਗੱਲ ਨਹੀਂ। ਜਿਹੜੇ ਵੱਡੇ ਉਸਤਾਦ ਨੇ, ਹੁਣ ਮੀਆਂ ਅਹਿਮਦ ਕੋਲ ਅਸੀਂ ਗਏ ਸੀ, ਕਰੋੜਾਂ ਰੁਪਇਆ ਖਰਚ ਕੀਤਾ ਉਹਨੇ ਬੰਦੇ ਨੇ, 70,000 ਰੁਪਇਆ ਪਰ ਬੱਚੇ। ਉਹ ਯਾਰ ਖੁੱਡਿਆਂ ਦੇ ਕਿੰਨੇ ਪੈਸੇ ਲਾਏ, ਦੁਬਈ ਗਿਆ, ਪਾਲੋ ਕਿੱਥੇ ਗਿਆ ਉਹ ਬੰਦਾ, ਖੁੱਡਿਆਂ 'ਚ ਪੋਲੋਥੀਨ ਪਾਈ ਹੈ ਦੁਬਾਰਾ 'ਚ। ਅੱਛਾ ਜੀ, ਪੁੱਛੋ ਇਹਨੂੰ ਦੋਸਤੋ, ਮੈਂ ਕੀ ਵੈਸੇ ਇੱਕ ਮਿਸਾਲ ਦੇ ਰਹਾ ਹੂੰ, ਇੱਕ ਰੋਇਲ ਮਾਡਲ ਕੀ ਤਰ੍ਹਾਂ, ਉਸ ਬੰਦੇ ਨੇ 1,00,000 ਰੁਪਇਆ ਖਰਚ ਕੀਤਾ, ਕਰੋੜਾਂ ਰੁਪਇਆ ਖਰਚ, ਦੁਬਈ ਗਿਆ, ਐਨਸੀ 'ਚ ਗਿਆ, ਭਾਰਤ ਦੇ ਮੁਲਕਾਂ, ਉਹਨੇ ਕੀ ਕੀਤਾ, ਮੈਂ ਆਪਣੇ ਕਬੂਤਰ ਚੰਗੇ ਬਣਾਵਾਂ, ਉਹਨੇ ਕਬੂਤਰ ਚੰਗੇ ਬਣਾਉਣ 'ਤੇ ਵਰਕ ਕੀਤਾ, ਉਸ ਤੋਂ ਬਾਅਦ ਦੌੜ ਚੈਂਪੀਅਨ ਅਗਲਾ ਜੇਲ੍ਹ 'ਚ ਹੋਇਆ, ਦੋ ਵਾਰੀ 2021 'ਚ
ਮਿਹਨਤ ਕਰ ਲੋ ਭਾਈ ਮਿਹਨਤ ਹਜ਼ਾਰ ਹੀ ਨੀ ਸਹੀ ਹੋਣਗੇ ਤੇ ਡਾਈ ਕਿਸੇ ਨਾਲ ਸਹੀ ਬਣੇਗੀ ਮੈਨੂੰ ਲਿਆ ਕੇ ਦੋ ਚੰਗੇ ਕਬੂਤਰ ਮੈਂ ਮੇਲਾ ਨਾ ਲਵਾਤਾ ਧਰਮ ਨਹੀਂ ਨਹੀਂ ਇੱਕ ਗੱਲ ਹੁਣ ਹਜ਼ਾਰਾਂ ਦੀ ਗੱਲ ਆਈ ਕੱਲ ਮੇਰੀ ਗੱਡੀ ਮੈਂ ਤੈਨੂੰ ਕਿਹਾ ਨਾ ਵੀਡੀਓ ਕਾਲ ਕਰ ਲਾ ਮੈਂ ਯਾਰ ਇੱਥੇ ਫਸਿਆ ਵਾਂ ਵੇਖ ਲਾ ਭਾਵੇਂ ਮੈਂ ਸਦਰ ਫਸਿਆ ਉਹ ਪਿਆਰੇ ਦਾ ਨਾ ਆਪਣਾ ਇਕਬਾਲ ਪਿਆਰੇ ਦਾ ਸ਼ਗਿਰਦ ਉਹਦੇ ਕੋਲ ਨਾ ਐਸੀ ਐਸੀ ਮਸ਼ੀਨਾਂ ਪਈਆਂ ਸੁਣਨ ਵਾਲੀ ਗੱਲ ਜੀ ਐਸੀ ਐਸੀ ਮਸ਼ੀਨਾਂ ਉਹਨੇ ਮੇਰੀ ਗੱਡੀ ਨੂੰ ਕੋਈ 3000 ਦਾ ਪੈਟਰੋਲ ਲਾਇਆ ਅਸੀਂ ਟਰਾਈਆਂ ਮਾਰ ਮਾਰ ਕੇ ਉਹਨੇ ਕੰਪਿਊਟਰ ਇੰਨਾ ਲਾਇਆ ਕੰਪਿਊਟਰ ਲਾ ਲਾ ਕੇ ਥੱਕ ਗਿਆ ਸੀ ਲਾ ਲਾ ਕੇ ਕੰਪਿਊਟਰ ਉਹ ਸਕੈਨਰ ਹੁੰਦਾ ਸਕੈਨਰ ਉਹ ਸਕੈਨਰ ਲਾ ਕੇ ਉਹਨੇ ਮੇਰੇ ਹਾਲ 'ਚ ਕੋਈ 30 ਵਾਰੀ ਸਕੈਨਰ ਲਾਇਆ ਗੱਡੀ ਫਿਰ ਨਾ ਨੁਕਸ ਲੱਭੇ ਨਹੀਂ ਲੱਭਾ ਭਾਅ ਜੀ ਮੈਂ ਗੱਲ ਛੱਡੋ ਡਾਈਆਂ ਮਸ਼ੀਨਾਂ ਮਸ਼ੀਨਾਂ ਹੁਣ ਵੀ ਫਿਰ ਵੀ ਨਹੀਂ ਕੰਮ ਆਉਂਦਾ ਜਿੰਨੀ ਦੇਰ ਪ੍ਰੈਕਟੀਕਲ ਨਹੀਂ ਕੀਤਾ ਠੀਕ ਹੈ ਨਾ ਕਿਉਂ ਜੇਤੀ ਜੇ ਤੁਸੀਂ ਕਹੋ ਨਾ ਮਸ਼ੀਨਾਂ ਤੁਹਾਡੇ ਕਰੋੜ ਮਸ਼ੀਨਾਂ ਨੇ ਤੁਹਾਡੇ ਨਸੀਬ ਹੀ ਨਹੀਂ ਹੈਗੇ ਤੁਸੀਂ ਕੀ ਕਰ ਲਓ ਹਾਂਜੀ ਮੈਂ ਤਾਂ ਕੱਲ ਤੇਰੇ ਕੋਲ ਲਾਜ਼ਮੀ ਆਉਣਾ ਸੀ ਇੱਕ ਮਿੰਟ ਕਿੱਥੇ ਦੀ ਗੱਲ ਕਿੱਥੇ ਲੈ ਗਏ ਮੈਂ ਤੁਸੀਂ ਕਿੱਥੇ ਆਪ ਕਰੋਗੇ ਮਕੈਨਿਕਾ ਭਾਈ ਜਾਨ ਉਹਦੇ ਕੋਲ ਕਿੰਨਾ ਕੁਛ ਉਹ ਦੇਸੀ ਬੰਦਾ ਸੀ ਉਹ ਦੇਸੀ ਬੰਦਾ ਮਸ਼ੀਨ ਹੋਏ ਤੇ ਦੱਸੇ ਨਾ ਇਹ ਕਿਸ ਤਰ੍ਹਾਂ ਹੋ ਸਕਦਾ ਉਹ ਯਾਰ ਯਕੀਨ ਕਰ ਲਾ ਮੈਂ ਉਹਨੂੰ ਦੇਸੀ ਬੰਦੇ ਨੂੰ ਮੈਂ ਦੇਸੀ ਬੰਦੇ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਉਹ ਕਿੱਥੇ ਹੈਗਾ ਸ਼ਰੀਫ ਇਲੈਕਟ੍ਰੀਸ਼ਨ ਚੰਗਾ ਛੱਡੋ ਇਲੈਕਟ੍ਰੀਸ਼ਨ ਨੂੰ ਛੱਡੋ ਹੁਣ ਤੇ ਮੈਂ ਆ ਰਿਹਾ ਵਾਂ ਵੇਖੋ ਇੱਕ ਬਹੁ ਵਾਲੇ ਖਲਾਈ ਗੱਡੀ ਉਹਦੇ ਕੋਲ ਵੀ ਹੋਈ ਸੀ ਗੱਡੀ ਕੱਲ 11 ਵਜੇ ਦਾ ਮੈਂ ਫਸਿਆ ਰਾਤੀ 11:15 ਵਜੇ ਮੈਂ ਉਹਦੇ ਅੱਗੇ ਹੱਥ ਜੋੜੇ ਇਕਬਾਲ ਪਿਆਰੇ ਦੇ ਮੁੰਡੇ ਹੈਗੇ ਮੈਂ ਕਿਹਾ ਯਾਰ ਤੇਰੀ ਮਿਹਰਬਾਨੀ ਮੈਨੂੰ ਘਰ ਜਾਣ ਦਾ ਬੜਾ ਵਾ ਉਹ ਮੁੰਡੇ ਨੂੰ ਗੱਲ ਤਾਂ ਸੁਣੋ ਉਹ ਬੰਦੇ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਕਿੱਥੇ ਯਾਰ ਇਲੈਕਟ੍ਰੀਸ਼ਨ ਉਹ ਗੱਲ ਤੁਹਾਨੂੰ ਦੱਸਣੇ ਵੀ ਕਬੂਤਰਬਾਜ਼ੀ ਹੈ ਜੇ ਹੱਥੀ ਨਹੀਂ ਤੁਸੀਂ ਕੀਤੇ ਤਾਂ ਤੁਹਾਨੂੰ ਕੁਛ ਨਹੀਂ ਆਉਣਾ ਉਹ ਬੰਦੇ ਨੂੰ ਦੇਸੀ ਬੰਦਾ ਮੁੰਡੇ ਵਾਂਗੂ ਨਾ ਦੇਸੀ ਮੁੰਡਾ ਹੁਣ ਮੈਂ ਕਿਹਾ ਕਿੱਥੇ ਹੈਗਾ ਕਹਿੰਦਾ ਮੈਂ ਖਾਨੇਵਾਲ ਤੋਂ ਬਹਿ ਗਿਆ ਕੱਚੇ ਖੂਹ ਤੋਂ ਮੈਂ ਆ ਰਿਹਾ ਲਾਹੌਰ ਤੇ ਮੈਂ ਕਿਹਾ ਯਾਰ ਗੱਡੀ ਭੈਣ ਚੋ 4 ਦਿਨ ਹੋ ਗਏ ਨੇ ਮੈਂ ਬੜਾ ਹਵਾਦਾਰ ਭੈਣ ਚੋ ਮੈਂ ਤਾਂ ਫਿਰ ਨਹੀਂ ਸਕਦਾ ਕਿਸੇ ਕੋਲ ਜਾ ਨਹੀਂ ਸਕਦਾ ਐਡਾ ਮੈਂ ਡਿਸਹਾਰਡ ਹੋ ਗਿਆ ਵਾਂ ਗੱਡੀ ਦੇ ਇਲਾਵਾ ਮੈਂ ਜਾ ਨਹੀਂ ਸਕਦਾ ਕਿਧਰੇ ਕਿਉਂਕਿ ਮੈਨੂੰ ਦਰਦ ਹੋਣ ਲੱਗ ਪੈਂਦੀ ਕਹਿੰਦਾ ਉਸਤਾਦ ਜੀ ਸਵੇਰੇ ਮੈਂ 6 ਵਜੇ ਤੁਹਾਡੇ ਕੋਲ ਹੋਵਾਂਗਾ ਲਓ ਜੀ ਮੈਂ ਕਿਹਾ ਮੈਂ ਫੋਨ ਖੁੱਲ੍ਹਾ ਛੱਡਾਂਗਾ ਫੋਨ ਖੁੱਲ੍ਹਾ ਛੱਡਿਆ ਮੈਂ ਭਾਈ ਸਵੇਰੇ 6 ਵਜੇ ਆ ਗਿਆ ਮੇਰੇ ਕੋਲ ਬੂਹਾ ਖੜਕਾਇਆ ਬੈਲ ਮਾਰੀ ਫੋਨ ਦੀ ਮੈਂ ਪਾ ਲਓ ਜੀ ਯਕੀਨ ਕਰੋ ਉਹ ਨਹੀਂ ਉਹ ਲਗੜ ਉੱਤੇ ਥੱਲੇ ਵੇ ਤੁਹਾਡੇ ਕਬੂਤਰ ਉੱਤੇ ਨੇ ਲਓ ਜੀ ਇੱਕ ਤਾਰ ਨੂੰ ਉਹਨੇ ਹਿਲਾਇਆ ਵੇ ਅੱਲਾ ਦੀ ਕਸਮ 5 ਤੋਂ 10 ਮਿੰਟ ਸਿਰ ਹਿਲਾਏ ਨੇ ਉਹਨੇ ਗੱਡੀ ਸਹੀ ਕਰਤੀ ਉਹ ਮੈਂ ਕਿਹਾ ਭੈਣ ਚੋ ਸਕੈਨਰ 'ਚ ਨਹੀਂ ਆਈ ਇੱਧਰ 'ਚ ਨਹੀਂ ਆਈ ਉਹ ਕਹਿੰਦਾ ਆਉਂਦੇ ਨਹੀਂ ਸਕੈਨਰ 'ਚ ਕਬੂਤਰ ਤੇ ਬਣਾਓ ਕਬੂਤਰ ਤੋਂ ਅੱਛਾ ਕਬੂਤਰ ਹੋਏਗਾ ਨਾ ਤੁਹਾਨੂੰ ਨਾੜੀ ਨੂੰ ਵੀ ਕਬੂਤਰਬਾਜ਼ ਬਣਾ ਦੇਗਾ ਵੱਡਾ ਕਬੂਤਰਬਾਜ਼ ਹੋਏਗਾ ਨਾ ਤੁਹਾਡੇ ਕੋਲ ਨਾੜੀ ਕਬੂਤਰ ਹੋਣਗੇ ਤੇ ਉਹ ਨਾੜੀ ਆਪ ਆ ਜਾਏਗਾ ਚੰਗਾ ਉੱਡੇਗਾ ਨਾ ਉਹਨੂੰ ਆਪ ਹੀ ਦੱਸਦਾ ਰਹੇਗਾ ਕਬੂਤਰ ਆਪਣਾ ਉਸਤਾਦ ਖੁਦ ਹੁੰਦਾ ਹੈ ਉਸ ਕੋ ਸਮਝਣਾ ਹੀ ਕਮਾਲ ਹੁੰਦਾ ਹੈ ਅੱਛਾ ਸਮਝਣਾ ਹੀ ਕਮਾਲ ਹੁੰਦਾ ਹੈ ਆਪਨੇ ਆਪਕੇ ਠੀਕ ਕਹਤੇ ਹੱਥੇ ਹੀ ਬੰਦਾ ਚੜ ਜੇ ਪਹਿਲੇ ਤੂੰ ਕਿਹਾ ਹੱਥੇ ਹੀ ਬੰਦਾ ਚੜ ਜੇ ਆਪਕੇ ਹੱਥੀ ਕੌਣ ਸਾ ਬੰਦਾ ਚੜ ਗਿਆ ਜੀ ਜਨਾਬ ਆਪ ਬੋਲੇਗਾ ਆਪ ਕਹਤੇ ਨਾ ਆਪ ਜੋੜੇ ਲਾਣ ਲਈ ਪਹਿਲੇ ਨਹੀਂ ਜੋੜੇ ਲਾਣ ਲਈ ਹੋਰ ਪਾਸੇ ਗਿਆ ਉਹਨੇ ਬਾਬਾ ਜ਼ੁਲਫੀ ਰੋਣੀ ਕੀ ਪਤਾ ਨਹੀਂ ਬਾਬਾ ਜ਼ੁਲਫੀ ਤੇ ਨਹੀਂ ਆ ਗਿਆ ਨਹੀਂ ਉਹਦਾ ਨਾਂ ਨਹੀਂ ਲੈਣਾ ਉਹਦਾ ਨਹੀਂ ਨਹੀਂ ਜੋ ਸਾਜ ਜੋੜੇ ਨਹੀਂ ਜੋੜੇ ਨਹੀਂ ਕਬੂਤਰ ਡਾਂ ਤੇ ਉਹਨੇ ਕਿਹਾ ਪਹਿਲੇ ਕੀ ਕਿਹਾ ਦੱਸੋ ਜ਼ਰਾ
ਉਧਰੋਂ ਗੱਲ ਹਿਲਾ ਗਿਆ ਉਹਨਾਂ ਕਿਹਾ ਅੱਛਾ ਬੰਦਾ ਹੋਏ ਉਹਦੇ ਚੁੱਕੋ ਜੀ ਮੇਰੀ ਗੱਲ ਚੁੱਕੋ ਚੁੱਕੋ ਚੁੱਕਣੇ ਪੈਂਦੇ ਨੇ ਤੇ ਫਿਰ ਤੁਹਾਨੂੰ ਕਿਹੜਾ ਬੰਦਾ ਟਕਰਿਆ ਜਿਹੜਾ ਤੁਹਾਡੇ ਘਰ ਚੰਗੇ ਕਬੂਤਰ ਹੈ ਬਸ ਕੁਝ ਬੰਦੇ ਨੇ ਫਿਰ ਉਸਤਾਦ ਸੁਲੇਮਾਨੀ ਹੈ ਹੀ ਨਹੀਂ ਮੈਂ ਨਹੀਂ ਹੈਗਾ ਮੈਂ ਤੇ ਕਿਤੇ ਕਰਦਾ ਕੋਈ ਨਹੀਂ ਤੂੰ ਕਿਹਾ ਨਾ ਨਾ ਹਰ ਉਸ ਘਰ ਚ ਸਾਜ ਜਾਂਦਾ ਹੈ ਮੂਰਤਾਂ ਦਿਖਾਉਂਦੇ ਹੋ ਨਾ ਯੂਟਿਊਬ ਤੇ ਹਾਂਜੀ ਇਹ ਮੂਰਤਾਂ ਨਾ ਅਸੀਂ ਸਾਰੇ ਸੋਦੇ ਵੇਚਾਂ ਨਾ ਹਾਂਜੀ ਹਾਂਜੀ ਉਹਨਾਂ ਦਾ ਸ਼ੁਕਰ ਇਹਨਾਂ ਦਾ ਤਜਰਬਾ ਦੇ ਕੇ ਦੱਸ ਦਾਂਗੇ ਮੂਰਤ ਦੇ ਕੇ ਕੰਮ ਵਾਲਾ ਕਬੂਤਰ ਕੰਮ ਵਾਲੇ ਕਬੂਤਰ ਨਾ ਲੋਕਾਂ ਨੇ ਪਿਛਲੇ ਖੁੱਡੀਆਂ ਚ ਰੱਖੇ ਹੁੰਦੇ ਨੇ ਵੱਡੇ ਉਸਤਾਦਾਂ ਨੇ ਅਸੀਂ ਇੱਥੇ ਲੋਹਰ ਦਾ ਪਾਣੀ ਪੀਤਾ ਧਰਮਪੁਰੇ ਦਾ ਜਿਹੜੇ ਦਿਖਾ ਰਹੇ ਹੁੰਦੇ ਨਾ ਤਸਵੀਰਾਂ ਨੇ ਕਾਰੋਬਾਰੀ ਕਬੂਤਰ ਨੇ ਇਹ ਪਿੱਛੂ ਬਰੀਡ ਤੇ ਇਹ ਮੇਰੀ ਬਰੀਡ ਟਕੇ ਦੀ ਕਦੀ ਕਿੱਥੇ ਉੱਡੀ ਕੁਝ ਦੱਸੋ ਨਾਮ ਕਮਾ ਰਹੇ ਨੇ ਓਪਰੇਟਰ ਬਣਾ ਕੇ ਲੋਕਾਂ ਨੂੰ ਲੋਕ ਉਸ ਤਰ੍ਹਾਂ ਦੇ ਬੰਨੇ ਚੰਗੀ ਸਭ ਨੂੰ ਬਰਬਾਦ ਨਾ ਵੇਚਾਂਗੇ ਨਾ ਵੇਚੇ ਨੇ ਨਾ ਵੇਚਣ ਜਾਂਦਾ ਤੇ ਇੱਕ ਵੇਚ ਜਾਂਦਾ ਪਾਕਿਸਤਾਨ ਦੇ ਵੱਡੇ ਉਸਤਾਦ ਕੋਲ ਲੈਓ ਸਾਡੇ ਕੋਲ ਵੀ ਲਾਇਓ ਘਾਟਾ ਘੱਟ ਹੀ ਉੱਡੇਗਾ ਅਗਰ ਉੱਡੇਗਾ ਤੇ ਪੰਨਾ ਬਰਾਬਰ ਉਹ 50,000 ਦਾ ਦੇਣਗੇ ਸਾਡੇ ਕੋਲ 5,000 ਦਾ ਲਾਇਓ ਦੇਖੋ ਹਰ ਬੰਦਾ ਵੱਡੀ ਲੈਵਲ ਦੀ ਕਬੂਤਰਬਾਜ਼ੀ ਯਾਰ ਇਹੀ ਗੱਲ ਤੇਰੀ ਮਾੜੇ ਮੋਟੇ ਨੇ ਫੜਦੇ ਲੈ ਕੇ ਅਸੀਂ ਨਹੀਂ ਕੀਤਾ ਸ਼ੋ ਮੈਂ 2 ਸਾਲਾਂ ਤੋਂ ਜਿੱਤ ਰਿਹਾ ਮੈਂ ਲੋਰ ਚੈਂਪੀਅਨ ਹੋਇਆ ਵਾਂ ਕਿਥੋਂ ਮਾਸ਼ਾਅੱਲਾ ਇੱਕ ਜੋੜਾ ਨਹੀਂ ਮੇਰੇ ਕੋਲੋਂ ਡਾਉਨ ਮੈਂ 5 ਲੱਖ ਪੂਰੇ ਲੋਰੂ ਜਿੱਤੀਆਂ ਕਿੱਡੀ ਕਿੱਡੀ ਵੱਡੀ ਛੱਤਾਂ ਦੀ ਹਾਂਜੀ ਗੱਲ ਮੇਰਾ ਕੋਈ ਮੁਕਾਬਲਾ ਨਹੀਂ ਮੇਰੇ ਕੋਲ ਕਿਹੜਾ ਜੋੜਾ ਮੈਂ ਫੜਦ ਦੇ ਕਬੂਤਰ ਡਾ ਕੇ ਜਿੱਤਿਆ ਵਾਂ ਤੇ ਜੇ ਮੇਰੇ ਕੋਲ ਚੰਗੇ ਜੋੜਿਆਂ ਦੇ ਬੱਚੇ ਆ ਗਏ ਤੇ ਮੈਂ ਕਿੱਥੇ ਜਾਵਾਂਗਾ ਬੜੀ ਗੱਲ ਸੋਚੋ ਇਹੀ ਗੱਲ ਸਹੀ ਇਹ ਗੱਲ ਕਬੂਤਰਬਾਜ਼ੀ ਕਰਨੀ ਹੈ 2 ਜੋੜੇ ਬਣਾ ਲਓ ਲੇਕਿਨ ਉਹਨਾਂ ਤੋਂ ਚੱਲੋ ਅਗਰ ਟਾਈਮ ਅਗਰ ਮੈਂ ਤੁਹਾਨੂੰ ਉਹ ਬੰਦਾ ਦੱਸ ਰਿਹਾ ਜਿਹਨੇ 3 ਸਾਲ ਲਗਾਤਾਰ ਕੰਮ ਚ ਜ਼ਾਇਆ ਕੀਤੇ ਨੇ ਉਸਤਾਦ ਹੋ ਨਹੀਂ ਬੈਠੇ ਸਾਡੇ ਤੋਂ ਤਜਰਬਾ ਕਰਨੇ ਮੇਰੀ ਗੱਲ ਚੋਂ ਅਗਰ ਕੋਈ ਗੱਲ ਅੱਛੇ ਕਬੂਤਰ ਬਣਾ ਲਓ ਤੁਹਾਨੂੰ ਆਪ ਹੀ ਉਸਤਾਦ ਬਣਾ ਦੇਣਗੇ ਆਪ ਹੀ ਕਬੂਤਰਬਾਜ਼ ਬਣਾ ਦੇਣਗੇ ਸਭ ਕੁਛ ਤੁਹਾਨੂੰ ਆਪ ਹੀ ਦੱਸ ਦੇਣਗੇ ਜਦੋਂ ਉਡਾਓਗੇ ਨਾ ਦੁਨੀਆਂ ਦੇ ਨਹੀਂ ਆਣਗੇ ਤੁਹਾਡਾ ਨਿਕਲ ਕੇ ਆਏਗਾ ਫਿਰ ਤੁਸੀਂ ਫੜ ਕੇ ਚੈੱਕ ਕਰੋਗੇ ਯਾਰ ਅੱਜ ਨੇਰ ਪਿਆ ਗਿਆ ਮੇਰਾ ਆ ਗਿਆ ਧੋਖਾ ਦੇ ਨਹੀਂ ਆਏ ਫਿਰ ਤੁਸੀਂ ਉਹਨੂੰ ਦੇਖੋਗੇ ਅਗਰ ਤੁਹਾਨੂੰ ਸ਼ੌਕ ਹੁੰਦੇ ਪਰ ਦੇਖੋਗੇ ਉਹਦੀ ਦੁੰਮ ਦੇਖੋਗੇ ਉਹਦੀ ਹੱਡੀ ਦੇਖੋਗੇ ਫਿਰ ਦੇਖੋਗੇ ਕਿੰਨੀ ਜਲਦੀ ਰਿਕਵਰ ਹੁੰਦਾ ਫਿਰ ਤੁਹਾਨੂੰ ਆਪ ਹੀ ਦੱਸ ਦੇਗਾ ਆਪਣਾ ਕਬੂਤਰ ਬਾਅਦ ਆਪ ਦੱਸ ਦੇਗਾ ਯਾਰ ਫਿਰ ਟੱਪ ਦੱਬੋਗੇ ਜਦੋਂ ਹੱਥ 'ਚ ਕਬੂਤਰ ਆਏਗਾ ਨਾ ਅੱਛਾ ਤੁਹਾਡਾ ਹੱਥ ਦਾ ਵੇਟ ਬਣ ਜਾਏਗਾ ਟਾਈ ਬਣ ਜਾਏਗੀ ਯਾਰ ਹੱਥ ਬੋਡੀ ਬੋਡੀ ਨਹੀਂ ਅਸਲ ਕਹਿੰਦੇ ਨਾ ਤੁਸੀਂ ਹੱਡੀ ਮੈਂ ਸਾਰਿਆਂ ਦਾ ਸੌਦਾ ਸੁਣਦਾ ਵਾਂ ਹੱਸਦਾ ਵੀ ਹਾਂ ਲੋਕ ਵੱਡੇ ਵੱਡੇ ਨਾਮ ਹੋ ਗਏ ਹੱਡੀ ਜੋੜ ਅਸਲ ਕਬੂਤਰਬਾਜ਼ੀ ਜਿਹੜੀ ਹੈ ਨਾ ਅਸਲ ਕੋਈ ਮੈਂ ਤੁਹਾਨੂੰ ਆਪ ਦੱਸ ਰਿਹਾ ਮੇਰੀ ਬੋਡੀ ਜਿਸ ਨੂੰ ਟੱਪ ਬੋਡੀ ਦਾ ਟੱਪ ਪਤਾ ਚੱਲ ਗਿਆ ਨਾ ਬੋਡੀ ਸਟਰਕਚਰ ਹੋਰ ਇਹ ਕੋਈ ਹੱਡੀਆਂ ਨਹੀਂ ਕੋਈ ਜੋੜ ਨਹੀਂ ਕੋਈ ਪਾਲੇ ਨਹੀਂ ਅੱਖ ਤੇ ਬੇਵਕੂਫ ਤੁਰੀ ਲੋਕ ਨੇ ਅੱਖ ਤੇ ਕੁਛ ਦੱਸਦੀ ਨਹੀਂ ਕਿ ਨਹੀਂ ਅਸਲ ਬੋਡੀ ਸਟਰਕਚਰ ਹੱਥ ਚੂ ਹੈ ਪਤਾ ਲੱਗ ਜਾਈ ਯਾਰ ਭਾਰੀ ਪਰ ਬੰਦਾ ਨਾ ਹੱਥ ਫੜ ਕੇ ਦੱਸ ਦਿੰਦਾ ਤੇਰਾ ਕਬੂਤਰ ਉੱਡੇਗਾ ਪਰ ਵੀ ਨਹੀਂ ਖੋਲਦਾ ਬੋਡੀ ਦੱਸ ਦਿੰਦੀ ਹੈ ਤੁਹਾਡੀ ਬੋਡੀ ਠੈਲਾ ਹੋਏ ਥੱਲੋ ਕਬੂਤਰ ਦਾ ਅੱਡਾ ਗੁਬਾਰਾ ਬਣਿਆ ਹੈ ਗੋਲ ਹੋਏ ਅੱਡੇ ਅੱਡੇ ਲੱਤਾਂ ਹੋਣ ਉਹਨੇ ਨੀਚੇ ਉੱਡਦਾ ਅੱਡੇ ਅੱਡੇ ਧੋਣ ਹੋਏ ਅੱਡੇ ਅੱਡੇ ਚੋੜੇ ਪਰ ਹੋਣ 3 ਕਿਲੋ ਵਜ਼ਨ ਹੋਏ ਬੋਡੀ ਸਟਰਕਚਰ 3 ਕਿਲੋ ਵਜ਼ਨ ਹੋਏ ਇਹ ਵੀ ਤਾਂ ਦੱਸ ਦਿਓ ਅਸੀਂ ਜਿਹੜੇ ਸਾਡੇ ਕਬੂਤਰ ਉੱਡ ਕੇ ਆਉਂਦੇ ਨੇ ਅਸੀਂ ਉਹਨਾਂ ਨੂੰ ਫੜ ਕੇ ਚੈੱਕ ਕਰਦੇ ਯਾਰ ਇਹਦੀ ਬੋਡੀ 'ਚੋਂ ਤੇ ਠੱਪੇ ਦੀ ਬੋਡੀ 'ਚੋਂ ਕੀ ਫਰਕ ਹੈ ਫਰਕ ਸਾਨੂੰ ਸਮਝ ਆਉਂਦੀ ਯਾਰ ਇਹਦੀ ਪਰ ਤਾਂ ਫਰਕ ਇਹਦੀ ਬੋਡੀ ਇਹਦੀ ਬੋਡੀ ਚੰਗੀ ਹੋਊਗੀ ਉਹਦਾ ਪਰ ਵੀ ਚੰਗੀ ਹੋਊਗੀ ਪਰ ਵੀ ਚੰਗਾ ਉਹਦੀ ਦੁੰਬ ਵੀ ਚੰਗੀ ਹੋਏਗੀ ਉਹਦੇ ਜੋੜ ਵੀ ਚੰਗੇ ਹੋਣਗੇ ਉਹਦੇ ਪੰਜੇ ਵੀ ਚੰਗੇ ਹੋਣਗੇ ਉਹਦਾ ਮੋਹਰਾ ਵੀ ਚੰਗਾ ਹੋਏਗਾ ਉਹਦੀ ਅੱਖ ਵੀ ਚੰਗੀ ਹੋਏਗੀ ਕਹਿੰਦੇ ਨਾ ਉਸਨੂੰ ਇਤਨੇ ਜ਼ਾਕਤ ਆ ਹੀ ਜਾਂਦੀ ਹੈ ਅਸਲ ਬੋਡੀ ਸਟਰਕਚਰ ਹੈਗੀ ਹੈ ਮਸਲ ਬਣੇ ਹੁੰਦੇ ਨੇ ਕਬੂਤਰਾਂ ਦੇ
ਅਸੀਂ ਕਿੰਨੇ ਬੰਦੇ ਨੇ ਲੱਭ ਲੋ, ਇੱਕ ਜੋੜਾ ਨੀ, ਇੱਕ ਦੋ ਤੇ ਛੱਡੋ, ਇੱਕ ਜੋੜਾ ਨੀ ਕਿਸੇ ਕੋਲ ਨਿਕਲਿਆ, ਕੋਈ ਲੈ ਕੇ ਆਏ ਹਮਾ ਦਵਾ ਕਰੇ। ਖੋਕਰ ਜੀ ਆ ਜੋੜਾ 40 ਟੈਂਪਰੇਚਰ ਤੋਂ ਬਾਅਦ ਬੱਚਾ ਬਿਠਾਏਗਾ ਨਾ ਬਿਠਾਏਗਾ, ਸਾਡੀ ਕਬੂਤਰ ਬਾਈ ਫੇਲ, ਮੈਂ ਉਹਨੂੰ ਆਪਣਾ ਉਸਤਾਦ ਮੰਨ ਲਾਂਗਾ। ਨਹੀਂ ਹੋਏਗਾ, ਇੱਕ ਬੱਚਾ ਉਠਾਏਗਾ 10 ਬੱਚਿਆਂ ਦਾ ਪਤਾ ਵੀ ਨਹੀਂ ਚੱਲੇਗਾ, ਪਤਾ ਵੀ ਨਹੀਂ ਚੱਲੇਗਾ, ਇਹਨਾਂ ਕੋ ਹੈਗੇ ਨੇ ਉਹ ਦਿੰਦੇ ਹੀ ਨਹੀਂ। ਮੰਨ ਲਓ ਮੈਂ ਜੀ ਗੱਲ ਸਹੀ ਕਹਿ ਰਿਹਾ, ਇੰਜੀ ਗੱਲ ਸਹੀ ਕਹਿ ਰਹੇ ਹੋ, ਦਿੱਤ ਤੇ ਫਿਰ ਕਬੂਤਰਬਾਜ਼ੀ ਤੇ ਆਮ ਹੋਏਗੀ, ਹੈ ਵੀ ਚੰਦ ਬੰਦਿਆਂ ਕੋਲੋਂ, ਚੰਦ ਪੁਰਾਣੇ ਬੰਦਿਆਂ ਕੋਲੋਂ। ਇਹਦਾ ਐਂਡ ਦੱਸਿਓ ਕਿ ਲੱਭਣਗੇ ਕਿੱਥੋਂ? ਹਾਂ ਮੈਂ ਦੱਸ ਦਿੱਤਾ, ਕੋਈ ਐਸਾ ਬੰਦਾ ਕਰੋ ਫੜੋ ਜਿਹਨੂੰ ਤੁਹਾਨੂੰ ਪਤਾ ਯਾਰ ਆ ਬੰਦੇ ਨੂੰ, ਮੈਂ ਜੈਦੀ ਸਾਹਿਬ ਨੂੰ ਫੜ ਲਓ ਜਿੱਥੋਂ ਤੁਸੀਂ ਬਣਾਏ ਨੇ। ਹਾਂ ਇਹ ਨਹੀਂ ਦੱਸਣਾ ਅਸਲ ਢੰਬ ਨਹੀਂ ਦੱਸਣਾ, ਇਹਨਾਂ ਸਿੱਧੇ ਦੇਖੋ ਜੀ, ਅਸਲ ਢੰਬ ਨਹੀਂ ਦੱਸਣਗੇ ਕਿੱਥੋਂ ਆਏ ਤੇ ਕਿੱਥੇ ਬਣਾਏ। ਮੇਰਾ ਭਰਾ ਭਾਈ ਕੋਈ ਜੈਦੀ ਨਹੀਂ, ਮੇਰੀ ਗੱਲ ਸੁਣੋ, ਕੋਈ ਨਹੀਂ ਨਹੀਂ, ਉਸ ਬੰਦੇ ਦੇ ਦਰ ਤੇ ਜਾਓ ਜਿਹਨੇ ਸ਼ੋਕ ਕੀਤਾ ਜੇਡ, ਉਹਨਾਂ ਦੀ ਗੱਲ ਹੀ ਕਰ ਰਹੇ ਹੋ, ਜੇਡ ਤੋਂ ਇਲਾਵਾ ਕਰਦੇ ਨੀ ਸ਼ੋਕ, ਮੇਰੀ ਗੱਲ ਆਹ ਕਰਦੇ ਨੇ, ਮੈਂ ਇਹ ਨਹੀਂ ਕਹਿ ਰਿਹਾ, ਜਾਦੀ ਸਾਹਿਬ ਤਾਂ ਕਰਦੇ ਜੇਡ ਦਾ ਸ਼ੋਕ, ਉਹ ਬੰਦਾ ਦੇਖੋ ਜਿਹੜਾ ਆਪਣੇ ਹੱਥੀ ਕਬੂਤਰ ਡਾ ਰਿਹਾ ਤੇ ਆਪਣੇ ਘਰ ਦੇ ਡਾ ਰਿਹਾ, ਜਨ ਉਹ ਹੀ ਘਰੀ ਘਰੋਂ ਡਾਂਦੇ ਨੇ, ਦੱਸੋ ਜ਼ਰਾ ਯਾਰ, ਮੈਂ ਡਾਂਦੀ ਹੋਣਗੇ ਲਾ ਦੇ ਉਹਨਾਂ ਨੂੰ, ਉਹ ਐਲੀਜੀਬਲ ਹੈਗੇ ਨੇ, ਉਹ ਕਈ ਦਫਾ ਜੋੜੇ ਲਵਾਂ, ਕਈ ਦਫਾ ਫੜੂ ਥੜੇ ਤੇ ਬੈਠ ਵਾਲੇ ਬਾਬੇ ਹੋਣ ਜਾਂ ਉਸਤਾਦ ਹੋਣ, ਚਾਹ ਪੀਂਦੇ ਹੋਣ, ਬਾਹਰ ਗੱਪਾਂ ਮਾਰਦੇ ਹੋ, ਮੈਂ ਜੋੜੇ ਉਹਨਾਂ ਕੋਲ ਜੋੜੇ ਲਵਾ ਕੇ ਆਪਣਾ ਟਾਈਮ ਜਾਇਆ ਕਰਨਾ, ਤੇ ਉਹਨਾਂ ਨੂੰ ਫੇਮਸ ਵੀ ਤੇ ਤੁਸੀਂ ਅਸੀਂ ਤੁਸੀਂ ਕੀਤਾ, ਅਸੀਂ ਤਾਂ ਪਾਗਲ ਹੋ, ਮੈਂ ਤੇ ਨਹੀਂ ਕਿਹਾ ਇਹਨਾਂ ਕੋਲ ਜੋੜੇ ਲਓ, ਜੋ ਜਾਂਦਾ ਬਾਬਾ ਤੂੰ ਮੰਨ ਲਿਆ, ਬਾਬਾ ਲਿਆਕੂ ਜੋ ਨਹੀਂ ਉਹਨੂੰ ਵੀ ਛੱਡੋ ਤੁਸੀਂ, ਜੋ ਜਾਂਦਾ ਬਾਬਾ ਤੂੰ 70-80 ਸਾਲ ਦਾ ਬਾਬਾ ਤੂੰ ਲੱਭ ਲੈਣਾ, ਉਹਦਾ ਪ੍ਰੈਕਟੀਕਲ ਤੈਨੂੰ ਮੰਨ ਰਹਿਣਾ, ਫਿਰ ਤੂੰ ਇਹ ਗੱਲ ਕਰਨਾ ਕਿ ਅਸੀਂ ਤੇ ਸਿਰਫ ਉਹਨਾਂ ਨੂੰ ਚਲਾਇਆ ਕਿ ਬਾਬਿਆਂ ਨੂੰ, ਬੰਦਾ ਹਾਲੇ ਕੰਮ ਦਾ ਨਹੀਂ ਲੱਭਾ ਸਾਨੂੰ ਕੋਈ ਵੀ, ਅੱਛਾ ਨਹੀਂ ਲੱਭਾ, ਉਹ ਖੋਕਰ ਲੱਭ ਲੈਂਦਾ ਜੀ, ਖੋਕਰ ਲੱਭਾ ਜੀ, ਅੱਛਾ ਤੇ ਨਾਮ ਵਾਲੇ ਕਬੂਤਰ ਬਾਅਦ ਹੈਗੇ ਨੇ, ਬਸ ਉਹਨਾਂ ਦੀ ਇੰਨੇ ਵਸਾਇਲ ਨਹੀਂ ਹੈਗੇ ਜਿਹਦੇ ਵਾਰ ਤੋਤੇ ਨਹੀਂ ਆ ਸਕੇ, ਲੇਕਿਨ ਅੱਲਾ ਦਾ ਸ਼ੁਕਰ ਹੈਗਾ ਕਬੂਤਰ। ਮੈਂ ਯਾਰ ਦੇਖੋ ਸਾਰੀ ਗੱਲਾਂ ਛੱਡੋ, ਮੈਂ ਹੁਣ ਮੇਰਾ ਜਿਹੜਾ ਨੈਕਸਟ ਫੋਕਸ ਹੈ ਨਾ, ਮੈਂ ਹਾਲੇ ਇੱਕ ਸਾਲ ਕਬੂਤਰਬਾਜ਼ੀ ਨੂੰ ਵਾਈਂਡ ਅਪ ਕਰਤਾ ਟੋਟਲ, ਮੈਂ ਕੋਈ ਕਬੂਤਰ ਨਹੀਂ ਜੋੜਾਣੇ, ਮੈਂ ਸਿਰਫ ਆਪਣੇ ਜੋੜੇ ਬਣਾਉਣੇ ਘੱਟੋ ਘੱਟ 40-50, ਤੇ ਉਹ 50 ਜੋੜੇ ਵਾਸਤੇ ਮੇਰੀ ਮਿਹਨਤ ਹੈ, ਜਦੋਂ ਬਣ ਜਾਣਗੇ ਫਿਰ ਮੈਂ ਉਹਨਾਂ ਦੇ ਕਢਾਵਾਂਗਾ ਬੱਚੇ, ਫਿਰ ਕਢਾ ਕੇ ਫਿਰ ਤੁਹਾਨੂੰ ਉਡਾਵਾਂਗਾ, ਆਪ ਵੀ ਉਡਾਵਾਂਗਾ, ਇੱਧਰ ਧਿਆਨ ਆਪ ਉਡਾ ਕੇ ਫਿਰ ਲੋਕਾਂ ਨੂੰ ਦੇਵਾਂਗਾ, ਯਾਰ ਮੈਂ ਆਪਣੇ ਹੱਥੀ ਉਡਾਏ ਨੇ, ਜਾਓ ਉਡਾਓ ਜਾ ਕੇ, ਠੀਕ ਹੈ, ਪਾਕਿਸਤਾਨ ਤੋਂ ਵੀ ਲੈ ਆਓ ਤੇ ਸਾਡੇ ਕੋਲ ਵੀ ਲੈ ਜਾਓ, ਲੇਕਿਨ ਉਹਦੇ ਵਾਸਤੇ ਪੈਸਾ ਚਾਹੀਦਾ ਖੁੱਲਾ, ਕਿਸੇ ਦੇ ਘਰ ਜਾ ਕੇ ਕਬੂਤਰ ਚੱਕਾਂਗੇ ਨਾ ਤੇ ਅਸੀਂ ਖੁੱਡੇ ਫੋਲ ਕੇ ਸਾਨੂੰ ਇੱਕ ਦੋ ਹੀ ਪਸੰਦ ਆਉਣੇ ਨੇ, ਤੇ ਉਹਨੇ ਵੀ ਮੂੰਹ ਫੜ ਕੇ ਪੈਸੇ ਮੰਗਣੇ ਨੇ, ਭਾਈ ਇਹਨੇ ਪੈਸੇ ਦੇ ਦੇ, ਅੱਛਾ ਅਸੀਂ ਨਾ ਭਰਾਂਗੇ ਤੇ ਫਿਰ ਸ਼ੌਕ ਨਹੀਂ। ਯਾਰ ਉਹ ਜਿਹੜੀ ਅਸੀਂ ਗੱਲ ਵਿਚਲੀ ਮੈਂ ਕਰਨ ਲੱਗਾ ਸਾਂ, ਤੂੰ ਵਿੱਚ ਬ੍ਰੇਕ ਲਾ ਦੇਣਾ ਹੋਰ ਪਾਸੇ ਲੈ ਜਾਣਾ, ਐਤਵਾਰ ਤੇ ਤੂੰ ਉਡਾ ਕੇ ਜਾਏਗਾ, ਅਗਲੇ ਐਤਵਾਰ ਕੀ ਕਰੇਗਾ? ਨਹੀਂ ਡਾਲ ਪਾ ਖਤਮ ਕਰ ਰਿਹਾ, ਅਗਲੇ ਐਤਵਾਰ ਲੈਣ ਦੇ ਜਿਹੜਾ ਹੈਗਾ ਦੇ ਦਿਆਂਗੇ। ਅੱਛਾ ਹਾਂ, ਬਿੱਲ ਫਰਦ ਅਗਲੇ, ਅੱਛਾ ਜੋ ਵੀ ਹੋਇਆ, ਉਹ ਆ ਕੇ ਮੈਂ ਅਗਲੇ 2 ਐਤਵਾਰ ਡਾਲਾਂ, ਮੇਰੇ ਕੋਲ ਕਬੂਤਰ ਬੜੇ ਪਏ ਨੇ, ਅਗਲੇ ਭਾਵੇਂ 4 ਐਤਵਾਰ ਡਾਲਾਂ, ਅਗਰ ਉਹਨਾਂ ਦਾ ਸ਼ੌਕ ਹੈਗਾ, ਲੇਕਿਨ ਉਸ ਤੋਂ ਬਾਅਦ ਖਤਮ ਹੈ, ਆਵਾਂਗਾ ਨਾ। ਯਾਨੀ ਤੇਰੇ ਕਹਿਣ ਦਾ ਮਕਸਦ ਹੈ ਐਤਵਾਰ ਉਡਾ ਕੇ ਜਾਏਗਾ? ਹਾਂ, ਉਸ ਤੋਂ ਬਾਅਦ 2 ਐਤਵਾਰ ਹੀ ਡਾਵਾਂਗਾ, 2 ਐਤਵਾਰ ਨਹੀਂ ਡਾਏਗਾ, ਉਸ ਤੋਂ ਅੱਗੇ ਭਾਵੇਂ 4 ਫੇਰ ਡਾਲੋ, ਦਿਲ ਕਰਦਾ ਤੇ ਮੈਂ ਵੀ ਤੇ ਗੱਲ ਇਹ ਕੁਕਰ ਭੱਜ ਰਿਹਾ ਨਾ ਅੱਗੇ, ਫਿਰ ਮੇਰੀ ਨਾ ਹੁੰਦਾ ਤੇ ਮੈਚ ਟੱਲਣ ਵਾਲਾ ਬੰਦਾ ਹੀ ਨਹੀਂਗਾ, ਮੈਂ ਹਾਰ ਜਾਵਾਂਗੇ ਜ਼ਿਆਦਾ ਜ਼ਿਆਦਾ, ਕੀ ਹੋਇਆ? ਨਹੀਂ ਉਹ ਤਾਂ ਅੱਲਾ ਮਾਲਕ ਹੈ, ਹਾਰ ਨਸੀਬਾ ਦੀ ਕੀ ਹੈ, ਕਿਹੜੇ ਨਸੀਬਾ ਦਾ, ਇਹ ਤੇ ਗੱਲ ਵੱਡੀ ਹੈ। ਚੰਗੇ ਕਬੂਤਰ ਬਣਾਓ, ਚੰਗੇ ਜੋੜੇ ਰੱਖੋ, ਚੰਗੇ ਜੋੜੇ ਰੱਖਣ ਦਾ ਟੱਪ ਹੈ, ਕਿਸੇ ਪ੍ਰੋਫੈਸ਼ਨਲ ਬੰਦੇ ਨੂੰ ਲੱਭੋ ਜਿਹੜਾ ਕਬੂਤਰ, ਉਹਦੇ ਨਾਲ ਸੈਟਿੰਗ ਸ਼ੂਟਿੰਗ ਕਰੋ, ਉਹਦੇ ਨਾਲ ਕੋਈ ਤੱਲਾ ਤੁੱਲਾ ਮਾਰੋ, ਉਹਦੇ ਨਾਲ ਤੱਲਕ ਬਣਾਓ, ਫਿਰ ਲੈ ਕੇ ਆਓ। ਇਹ ਫੜੇ ਫੜਾਏ ਕਬੂਤਰ ਇੱਕ ਦਿਨ ਸ਼ਾਮ ਬਹਿ ਕੇ ਜੋੜੇ ਪਾ ਲਿਆ, ਉਹ ਸਾਡੇ ਅਸੀਂ ਮਿਸਾਲਾਂ ਦੇਖੀਆਂ ਹੋਈਆਂ, ਸਾਡੇ ਆਪਣੇ ਬੰਦੇ ਵੀ ਨੇ ਜਿਹੜਾ ਫੜਦੇ ਨੇ ਜੋੜੇ ਪਾ ਲੈਂਦੇ ਨੇ, ਬਾਜ਼ੀ ਵਾਲੇ ਦਿਨ 4-4 ਹੀ ਨਹੀਂ ਆਉਂਦੇ, ਉਹਨਾਂ ਨੂੰ ਸਮਝਾ ਥੱਕ ਗਿਆ ਕਿ ਫੜੇ ਫੜਾਏ ਜੋੜੇ ਨਹੀਂ ਪੈਂਦੇ ਕਬੂਤਰ। ਸਲਮਾਨ ਭਾਈ ਤੁਸੀਂ ਵੀ ਇੱਕ ਬੰਦੇ ਦੀ ਗੱਲ ਕਰ, ਤੁਸੀਂ ਬਲੱਡ ਲਾਈਨ ਚੱਲਦੀ ਆ ਨਾ, ਪਰ ਪੁਰਜ਼ਾ ਹਰ ਚੀਜ਼ ਓਕੇ ਦੀ ਆਵਾਜ਼ ਹੈ, ਕਿਹਦੇ ਕੋ ਬੱਚੇ ਨੇ ਜਿਹੜੇ ਕਿ ਟੈਂਪਰੇਚਰ 'ਚ ਬਹਿੰਦੇ ਨੇ? ਯਾਰ ਜੈਦੀ ਸਭ ਕੋ ਬੜੇ ਅੱਛੇ ਬੱਚੇ ਨੇ, ਫਿਰ ਹੋਰ ਬੜੇ ਨੇ ਲੋਕੀ ਯਾਰ ਜਿਹਨਾਂ ਕੋ ਟੈਂਪਰੇਚਰ 'ਚ ਬੱਚੇ, ਜਿਹਨਾਂ ਮਿਹਨਤਾਂ ਕੀਤੀਆਂ ਨੇ, ਵੇਖੋ ਜਿਹਨੇ ਜੈਦੀ ਸਾਹਿਬ ਨੇ ਬਹੁਤ ਜ਼ਿਆਦਾ ਅੱਜ ਤੋਂ 40-45 ਸਾਲ ਪਹਿਲੇ ਮਿਹਨਤ ਕਰਨੀ ਸ਼ੁਰੂ ਕੀਤੀ,
ਉੱਥੇ ਲੋਕਾਂ ਨੇ ਜਾ ਕੇ ਕਬੂਤਰ ਉਡਾ ਕੇ ਸੁਬਾਹ ਸ਼ਾਮ ਨੂੰ ਬਹਾ ਕੇ ਉਹਨਾਂ ਦੇ ਬੱਚੇ ਲਿਆਂਦੇ। ਹਾਂਜੀ ਲੱਖਾਂ ਰੁਪਇਆ ਨੀ ਕਰੋੜਾਂ ਰੁਪਇਆ ਖਰਚ ਕੀਤਾ, ਕਰੋੜਾਂ ਰੁਪਇਆ ਖਰਚ ਕੀਤਾ। ਕਰੋੜ ਦਾ ਕਦੀ ਮੂੰਹ ਨੀ ਦੇਖਿਆ ਕਦੀ ਕਰੋੜ ਦਾ? ਨਹੀਂ ਨਹੀਂ, ਅਸੀਂ ਕਿੱਥੋਂ ਕਿੱਥੋਂ ਬਣਾਇਆ? ਮੈਂ ਕਿੱਥੋਂ ਬਣਾਵਾਂ? ਨਾਸਰ ਕਿੱਥੋਂ ਬਣਾਏ? ਸ਼ਾਨੀ ਕਿੱਥੋਂ ਬਣਾਏ? ਜੇਦੀ ਕਿੱਥੋਂ ਬਣਾਏ? ਖੋਕਰ ਕਿੱਥੋਂ ਬਣਾਏ? ਤੁਹਾਡੇ ਬੜਾ ਬਾਪ ਦਾਦਾ ਲੈਣ ਲਾੜ ਹੈਗੇ ਨਾ ਜੀ, ਲੱਖਾਂ ਰੁਪਇਆ ਜਾ ਕੇ ਉਹਨਾਂ ਨੇ ਸਾਡੇ ਨਾਲ ਇੱਕ ਮੁਹੱਬਤ ਕੀਤੀ। ਦੇਖੋ ਜੀ, ਭਾਵੇਂ ਸੁਲੇਮਾਨ ਭਾਈ ਦੇ ਥਰੂ, ਕਿਉਂਕਿ ਉਹਨਾਂ ਨਾਲ ਇਹਨਾਂ ਦਾ ਤਲਕ ਹੈਗਾ ਬਹੁਤ ਅੱਛਾ, ਅੱਲਾਹ ਦਾ ਫਜ਼ਲ। ਮੈਂ ਉਹਨਾਂ ਨੂੰ ਕਿਹਾ ਕਿ ਸੁਲੇਮਾਨ ਭਾਈ ਨੂੰ ਕਿ ਸਾਨੂੰ ਬੱਚੇ ਚਾਹੀਦੇ, ਮੇਰਾ ਉਹ ਭਾਈ ਸਾਦ ਚੌਧਰੀ ਅਖਰਮ ਸ਼ਹਿਜ਼ਾਦ, ਉਹਨਾਂ ਮੈਨੂੰ ਕਿਹਾ ਜਿਹਦੀ ਬੱਚੇ ਲੈਣੇ ਨੇ। ਮੈਂ ਕਿਹਾ ਜੀ ਸਾਦ ਜੀ ਠੀਕ ਹੋ ਗਏ, ਲੈ ਲਾਂਗੇ। ਮੈਂ ਕਿਹਾ 10,000 ਰੁਪਏ ਵਾਲਾ? ਉਹਨਾਂ ਨੇ ਕਿਹਾ ਯਾਰ ਦੇਖ, ਚੰਗਾ ਤੇ 10,000 ਦੀ ਗੱਲ ਕੋਈ ਨਹੀਂ, ਤੇ ਅੱਜ ਉਹ ਸਾਫ਼ ਕਰਵਾਏ ਨੇ ਤੇ ਇਨਸ਼ਾਅੱਲਾ ਇੱਕ ਅੱਧੇ ਦਿਨ ਤੇ ਵੇਖ ਲੈ, ਚੰਗੀ ਕੱਢ ਕੇ ਲਿਆਉਂਦੇ ਸ਼ੌਕ ਕਰਾਵਾਂਗੇ। ਅੱਛਾ, ਬਹੁਤ ਖੂਬਸੂਰਤ ਬਣੇ ਨੇ ਜੀ, ਮੈਂ ਆਪਣੀ ਮਰਜ਼ੀ ਦੇ ਕੱਢ ਕੇ ਲਿਆਉਂਦਾ। ਨਹੀਂ ਨਹੀਂ, ਜਦੋਂ ਡਾਇੰਗ ਨਾ ਨਹੀਂ ਯਾਰ, ਗੱਲ ਤੇ ਪੈ ਪੂਰੇ ਹੋਣਗੇ, ਗੱਲ ਪਤਾ ਨਹੀਂ ਨਾ ਉੱਡਣਗੇ। ਮੁੱਤੀ ਤੋਂ ਇਲਾਵਾ ਦੇਖੋ ਯਾਰ, ਅਸੀਂ ਆ ਵੀ ਕਬੂਤਰ ਦੱਸਦਾ ਬੜੇ ਬੜੇ ਧੋਖਾ ਖਾ ਜਾਂਦੇ ਨੇ। ਉਹ ਨਹੀਂ ਨਹੀਂ ਨਹੀਂ, ਕਬੂਤਰ ਨੇ ਉਡਾ ਨਾ, ਤੇਰੇ ਕੋਲ ਜੇ ਉੱਡ ਗਏ ਤੇ ਉੱਪਰਲੀ ਆ ਕੇ ਕਹਿ ਭਾਈ ਮੇਰੇ ਕੋਲ ਚੰਗੇ ਕਬੂਤਰ ਨਹੀਂ ਉੱਡਣਗੇ, ਤੇ ਇਸ ਘੋੜਾ ਘੋੜਾ ਦਾ ਮਾਲ। ਹਾਂਜੀ 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 ਨਹੀਂ ਇਨਸ਼ਾਅੱਲਾ ਜੀ, ਅੱਲਾਹ ਕਰੇ ਜਿਹਦੀ ਕਰੇ ਨਾ, ਕਬੂਤਰ ਜੇ ਉੱਡੇ ਨਹੀਂ ਸਾਡੇ, ਨਹੀਂ ਉੱਡਗੇ ਤੇ ਫਿਰ ਸ਼ੋਅ ਕਰਾਵਾਂਗੇ ਨਾਲੇ ਦੋਸਤਾਂ ਨੂੰ, ਆਪੇ ਪਤਾ ਲੱਗ ਜਾਂਦਾ ਯਾਰ ਜੀ। ਇਨਸ਼ਾਅੱਲਾ ਅੱਲਾਹ ਕਰੇ ਕੀਤਾ, ਅਸੀਂ ਤੇ ਕਰਾਂਗੇ ਨਾ ਪ੍ਰੈਕਟੀਕਲ। ਬਾਕੀ ਦੋਸਤੋ, ਉਸਤਾਦ ਸੁਲੇਮਾਨ ਜਿੰਨ ਜਾਨ ਪਾਕਿਸਤਾਨ ਕਾ ਚੈਨਲ ਸਬਸਕ੍ਰਾਈਬ ਕਰੇ। ਹਾਂਜੀ, ਹਮਾਰੀ ਵੀਡੀਓ ਦੇਖਤੇ ਹੈ ਜੋ ਲੋਕ, ਉਨਕਾ ਪਿਆਰ ਕਾ ਬਹੁਤ ਸ਼ੁਕਰੀਆ। ਆਪਕੋ ਬਜ਼ਾਹਿਰ ਦੇਖਣੇ ਮੇਂ ਲਗਤਾ ਕਿ ਯੇ ਸ਼ੁਗਰ ਮੇਰਾ ਲਗਾ ਰਹੇ ਹੈਂ, ਲੇਕਿਨ ਇਤਨਾ ਐਕਸਪੀਰੀਅੰਸ ਹਮੇ ਇਸ ਫੀਲਡ ਮੇਂ ਹੋ ਗਿਆ ਨਾ, ਹਮਾਰਾ ਯੇ 3 ਸਾਲ ਲੋਕੋ ਕੇ 30 ਸਾਲ ਏਕ ਬਰਾਬਰ ਹੈ। ਐਸੇ ਹੀ ਹੈ, ਲਾਹੌਰ ਕੇ ਸ਼ਹਿਰ ਮੇਂ ਰਹਿ ਕੇ 3 ਸਾਲ ਜਿਸਨੇ ਕਬੂਤਰਬਾਜ਼ੀ ਕਰ ਲਈ ਹੈ, ਬਾਹਰ ਕੇ ਸ਼ਹਿਰੋਂ ਮੇਂ 30 ਸਾਲ ਕੀ ਕਬੂਤਰਬਾਜ਼ੀ ਹੈ। ਐਸੇ ਹੀ ਹੈ, ਯਹਾਂ ਕਾ ਟੱਪ ਯਹੀ ਹੈ, ਸ਼ੌਕ ਅਬਲ ਤੋ ਕਰੇ ਹੀ, ਮੈਂ ਇਸ ਹੱਕ ਮੇਂ ਨਹੀਂ ਹੂੰ, ਕਿਉਂਕਿ ਯੇ ਬਰਬਾਦੀ ਕਾ ਕਰ ਹੈ। ਪਹਿਲੀ ਅੱਖ ਸੱਚ ਕੀ ਬਾਤ ਕਰੋ, ਇਹਨਾਂ ਨੇ ਆਪਕੋ ਕੁਛ ਵੀ ਨਹੀਂ ਦੇਣਾ, ਸਾਰਾ ਦਿਨ ਇਹਨਾਂ ਨੇ ਆਪਕਾ ਲੈ ਲੈਣਾ, ਬਦਲੇ ਮੈਂ ਆਪਕੋ 1 ਰੁਪਏ ਕਾ ਪ੍ਰੋਫਿਟ ਨਹੀਂ ਦੇਣਾ। ਟਾਈਮ ਜ਼ਾਇਆ, ਦੁਨੀਆ ਮੇਂ ਦੋ ਚੀਜ਼ੋਂ ਕੀ ਅਹਿਮੀਅਤ, ਇੱਕ ਪੈਸੇ ਕੀ ਔਰ ਇੱਕ ਵਕਤ ਕੀ, ਯੇ ਦੋਨੋਂ ਖਾ ਜਾਤੀ ਹੈ, ਪੈਸਾ ਵੀ ਖਾਤੀ ਹੈ ਔਰ ਵਕਤ ਵੀ ਖਾਤੀ ਹੈ, ਪੈਸੇ ਸੇ ਵੀ ਜ਼ਿਆਦਾ ਵਕਤ ਕੀ ਅਹਿਮੀਅਤ ਹੈ, ਪੈਸਾ ਅਜੇ ਤਾਂ ਵਕਤ ਵਾਪਸ ਨਹੀਂ ਆਤਾ, ਆਜ ਮੈਂ ਕਹੂੰ ਮੇਰਾ ਬਚਪਨਾ ਵਾਪਸ ਆ ਜਾਏ, ਨਹੀਂ ਆ ਸਕਦਾ, ਮੈਂ ਕਹੂੰ ਪੈਸਾ ਆਏ ਪੈਸਾ ਆ ਸਕਦਾ, ਤਾਂ ਉਹ ਵਕਤ ਛੋਟ ਵਕਤ ਬਚਾਉਣ ਕੇ ਲਈ ਆਪਕੋ ਰੱਖਣੇ ਪੜੇਗੇ ਅੱਛੇ ਪਰਿੰਦੇ, ਇੱਕ ਜੋੜਾ ਰੱਖ ਲੈ, ਦੋ ਜੋੜਾ ਰੱਖ ਲੈ, ਲੇਕਿਨ ਅੱਛੇ ਰੱਖੇ, ਉਨ ਪੇ ਮਿਹਨਤ ਕਰੇ, ਉਨਕੋ ਉਡਾਏ, ਥੋੜ੍ਹਾ ਟਾਈਮ ਦੇਣ, ਬਸ ਯੇ ਸਾਰਾ ਕੁਲੀਆ ਕਬੂਤਰਬਾਜ਼ੀ ਕਾ, ਆਪਣੇ ਪੈਸੇ ਬਚਾਏ, ਫਜ਼ੂਲ ਥੜੋ ਪੇ ਬੈਠਣੇ ਸੇ ਬਿਹਤਰ ਹੈ, ਗਲੀ ਮਹੱਲੇ ਸੇ ਬੈਠਣੇ ਸੇ ਬਿਹਤਰ ਹੈ, ਆਪਣੇ ਕਬੂਤਰੋਂ ਕੋਲ ਥੋੜ੍ਹਾ ਟਾਈਮ ਦਿਓ, ਉਨਕੋ ਸਮਝੋ, ਬਾਹਰ ਥੋੜ੍ਹੋ ਪੇ ਵੱਡੇ ਗੱਪੇ ਮਾਰਨੀ ਹੈ ਨਾ ਬੈਠ ਕੇ, ਉਹ ਚਿੜੀ ਮਾਰੋ ਕੇ ਸਾਥ ਬੈਠਣਾ, ਉਹਨਾਂ ਨੇ ਚਿੜੀ ਮਾਰੀ ਭਰੋਗੇ, ਉਹ ਮੈਂ 5 ਫੜ ਲਏ, ਫੜ ਲਏ, ਉਹ ਮੇਰਾ ਕਬੂਤਰ ਚਿੱਟ ਲੱਗਾ ਫੜ ਲਿਆ, ਚੰਗੇ ਕਬੂਤਰ ਲਿਆਓ ਆਪਣੇ ਕੋਲ, ਕਬੂਤਰ ਨੂੰ ਬਹਿ ਕੇ ਦਾਣਾ ਪਾ ਕੇ ਚਿੜੀ ਮਾਰ ਕੇ ਚੈੱਕ ਕਰੋ, ਤੁਹਾਨੂੰ ਆਪ ਨੂੰ ਦਵਾਈ ਲੱਗ, ਉਹ ਚਿੜੀ ਮਾਰ ਆ ਗਏ, ਚੁੱਪ ਕਰੋ, ਚਿੜੀ ਮਾਰਨੇ ਕੀ ਕਹਿਣਾ, ਮੈਂ 5 ਫੜ ਲਏ, ਉਹ ਮੇਰਾ ਫੜਨ ਲੱਗਾ ਸੀ ਯਾਰ, ਉੱਥੇ ਪੈ ਗਿਆ, ਦੋਸਤ ਠੀਕ ਹੋ ਗਿਆ, ਜਾ ਦਿਓ ਉਹ ਮੇਰਾ 4,000 ਵੱਟ ਲਿਆ, ਹੋਇਆ ਤੇ ਮੈਂ ਜੋੜੇ ਪਾਵਾਂਗਾ, ਉਹ ਫਿਰ ਤੁਸੀਂ ਵੀ ਆਈ ਕਹੋਗੇ, ਇਹਨੂੰ ਚਾਹ ਪਿਆ ਠੰਡਾ ਕਰ ਦਿਓ, ਥੋੜਾ ਚਾਹ ਦਾ ਠੰਡਾ ਕਰ, ਕਾਲਾ ਪਾਣੀ ਆ ਗਿਆ, ਫਿੱਕੀ ਆ ਤਰਬੂਜ ਦੇ ਕੇ ਕਬੂਤਰ ਕੋਲ ਚਾਹ ਪੀ ਲਓ, ਓਕੇ ਲਓ ਜੀ ਦੋਸਤੋ, ਨਾ ਤੁਸੀਂ ਲੋਕਾਂ ਦੀ ਟੀਸੀ ਕਰਨ ਬੈ ਜਾਂਦੇ ਹੋ, ਹੁਣ ਗੱਲ ਸੁਣੋ ਪਤੇ ਦੀ, ਐ ਉਸਤਾਦ ਜੀ, ਸ਼ੁਰਦਾ ਲੋਕਾਂ ਦਾ ਵਿੱਚ ਲੋਕੀ ਚੋੜੇ ਹੋ ਜਾਂਦੇ ਨੇ, ਪਹਿਲੀ ਗੱਲ ਤੇ ਮੈਂ ਟੀਸੀ ਕਰਦੇ ਨੀ ਕਿਸੇ, ਮੈਂ ਆਪ ਲੋਹਾਣਾ ਆਦਮੀ, ਮੈਂ ਕਿਹਦੀ ਟੀਸੀ ਕਰਾਂਗਾ,
ਕਬੂਤਰਾਂ ਦੀ ਕਾਹਦੀ, ਕਿਉਂ ਜੀ ਜਿਹੜਾ ਹਕਮ ਹੋਏ ਕਬੂਤਰ ਤੋਂ ਦੇਈ ਦਾ। ਨਹੀਂ ਗੱਲ ਦਾ ਜਵਾਬ ਦੇਣਾ, ਹੁਣ ਤਾਂ ਲੋਕੀ ਸੋਚਣਗੇ ਵਾਕਈ ਯਾਰ ਟੀਸੀ ਠਹਿਰ ਜੋ, ਜਾਂ ਮੈਂ ਕੋਈ ਰੂਮ ਫੜਿਆ ਹੁੰਦਾ ਮੈਂ ਤੇਰੇ ਥੱਲੇ ਨਰਮ ਨਰਮ ਲਾਨਾ ਤੇਰੇ ਛੱਡੇ ਚੁੱਕਣਾ। ਲੋ ਜੀ ਅਸੀਂ ਹੁਣ ਗੱਲਾਂ ਬੜੀਆਂ ਕੀਤੀਆਂ। ਹਾਂਜੀ ਹਾਂਜੀ 6 ਮਹੀਨੇ ਨਹੀਂ ਆਹ ਜਿਹਾ ਕੰਮ ਸੁਲੇਮਾਨ ਦੇ ਦਿੱਤੇ ਹੈਗਾ। ਹਾਂਜੀ ਦੱਸੋ 6 ਮਹੀਨੇ ਠਹਿਰ ਜੋ। ਓਕੇ 6 ਮਹੀਨੇ ਤੱਕ ਮੈਂ ਆਪਣਾ ਬਿਲਡਰ ਸੈਟਅਪ ਤਿਆਰ ਕਰ ਲਵਾਂ। ਉਸ ਤੋਂ ਬਾਅਦ ਆਪਣੇ ਘਰ ਤੇਰੇ ਜਿਹੜੇ ਕਬੂਤਰ ਸਹੀ ਹੋਣਗੇ ਮੈਂ ਕਹਾਂਗਾ ਸਹੀ, ਜਿਹੜੇ ਨਹੀਂ ਹੋਣਗੇ ਮੈਂ ਕਹਾਂਗਾ ਨਹੀਂ ਸਹੀ। ਤੇਰੀ ਟੀਸੀ ਹੁਣ ਕਰਨੀ ਕੱਢਨੇ, ਮੈਂ ਤੁਸੀਂ ਮੈਂ ਰੱਖਨੇ ਨੇ, ਤੁਸੀਂ ਭਾਵੇਂ ਫੇਲ ਕਰ ਨਹੀਂ ਮੰਨੇਗਾ, ਮੈਂ ਉਹਨਾਂ ਦੇ ਕਢਾਵਾਂਗਾ ਬੱਚੇ। ਓਕੇ ਬੱਚਿਆਂ ਤੇ ਲਾਵਾਂਗੇ ਨਿਸ਼ਾਨ, ਉਹਨਾਂ ਨੂੰ ਡਾਵਾਂਗੇ, ਡਾ ਕੇ ਫਿਰ ਜਦੋਂ ਉੱਡਣਗੇ ਨਾ ਫਿਰ ਲੱਗਾ ਗਾਵਾਂਗੇ ਦੇ ਲਓ। ਅੱਗੇ ਮੰਨਣਾ ਮੰਨੋ ਨਹੀਂ ਮੰਨਣਾ ਤੇ ਪੈਸੇ ਜਾਇਆ ਕਰਨੇ ਨੇ, ਤੇ ਵੱਡੇ ਉਸਤਾਦਾਂ ਦੇ ਘਰ ਜਾਓ ਤੇ ਪੈਸੇ ਖਰਚ ਕਰਕੇ ਆਓ, ਸਾਡੇ ਗਰੀਬਾਂ ਲਾਓਗੇ ਤੇ ਉੱਡਣਗੇ। ਗਰੀਬ ਹੀ ਗਰੀਬ ਦੀ ਭੱਖ ਮਾਰਦਾ, ਮੈਂ ਮਾੜਾ ਨਾ ਤਾਂ ਮੈਂ ਮਾੜੇ ਦੀ ਭੱਖ ਮਾਰਾਂਗਾ। ਤੇਰੀ ਭੱਖ ਮਾਰੀ ਨਹੀਂ ਹੈਗੀ, ਨਸਰ ਵੀ ਤੇਰੀ ਭੱਖ ਮਾਰਦੇ, ਉਹ ਨਸਰ ਆ ਗਏ ਪਿੱਛੇ ਨਸਰ ਭੱਖ ਮਾਰ ਰਿਹਾ ਤੂੰ ਹਮੇਸ਼ਾ ਮੋਟਾ ਮੋਟੇ ਦੀ ਮਾਰਦਾ ਜੇ, ਪਤਲਾ ਸੁੱਕਾ ਸੁੱਕੇ ਦੀ ਤੇ ਮੋਟਾ ਪਤਲੇ ਨੂੰ ਮੜ ਦਿੰਦਾ ਜੇ। ਦੂਰ ਨਾ ਜਾ ਤੁਹਾਨੂੰ ਦੇਖ ਲਓ ਤੁਸੀਂ, ਤੁਹਾਨੂੰ ਡੰਪੋਸਰ ਆਇਆ ਯਾਰ। ਉਹ ਇੱਕ ਲੋ ਯਾਰ, ਉਹ ਕੁਦਰਤੀ ਗੱਲ ਹੀ ਯਕੀਨ ਕਰ ਲਾ ਭੈਣ ਚੋਦ, ਜਦੋਂ ਆਇਆ ਨੇ ਸਪੋਂਸਰ ਹੈ ਉਦੋਂ ਇੱਥੋਂ ਧਰਮਪੁਰੇ ਦੇ ਆਈਏ, ਮੈਨੂੰ ਇਹਦਾ ਆਇਆ ਸਭ ਤੋਂ ਪਹਿਲੀ ਤੋਂ ਦੂਜੀ ਵਾਰੀ ਆਇਆ, ਸਾਨੂੰ ਨਹੀਂ ਕਦੀ ਆ ਜੀ ਪੈਸੇ ਲੈ ਕੇ ਲੈ ਯਾਰ। ਵਾਕਈ ਸੁਲੇਮਾਨ ਭਾਈ ਵਾਕਈ ਗੱਲ ਸਹੀ ਯਾਰ, ਵੀਡੀਓ ਅਸੀਂ ਵੀ ਬਣਾਉਂਦੇ ਹਾਂ, ਸਾਨੂੰ ਤੇ ਨਹੀਂ ਕੋਈ, ਮੈਂ ਇਹਦੀ ਵੀਡੀਓ ਬਣਾ ਗਿਆ ਯਾਰ। ਤੇ ਤੁਸੀਂ ਕਿਹਾ ਕਿ ਭਾਈ ਮੈਂ ਸੁੱਕੇ ਤੇ ਮਿਲ ਮਾਈਏ ਨਹੀਂ, ਉਹ ਤਾਂ ਮੈਂ ਸੁੱਕੇ ਤੇ ਪੈਟਰੋਲ ਲੱਗਦਾ ਯਾਰ, ਵੀਡੀਓ ਬਣਾਉਣ ਲੱਗੋ ਪੈਸੇ ਮੰਗਦਾ। ਨਹੀਂ ਨਹੀਂ ਗੱਲ ਪਤਾ ਕੀ, ਦੇਖੋ ਯੂਟਿਊਬਰ ਤੁਸੀਂ ਵੀ ਹੋ, ਯੂਟਿਊਬਰ ਹੈ ਵੀ ਇਹ, ਮੇਰੇ ਖਿਆਲ ਨਾਲ ਸਾਡੇ ਸਭ ਤੋਂ ਇਸ ਟਾਈਮ ਅੱਛਾ ਪਰਫਾਰਮੈਂਸ ਤੇ ਆਈ ਹੈ ਕੁਕਰ। ਗੱਲ ਦੱਸ ਕੀ ਕਹਿੰਦਾ ਸੀ ਨਸਰ, ਮੈਂ ਸਪੌਂਸਰਸ਼ਿਪ ਇਕੱਠੀ ਕਰਨੀ ਹੈ। ਨਹੀਂ ਨਹੀਂ ਨਸਰ ਕੀ ਕਹਿੰਦਾ ਸੀ ਯਾਰ, ਉਹਨੂੰ ਲੈ ਗਿਆ ਸੁਲੇਮਾਨ ਨੂੰ, ਸੁਲੇਮਾਨ ਮੇਰੇ ਕੋਲ ਨਹੀਂ ਆਉਂਦਾ ਤੂੰ ਲੈ ਗਿਆ ਉਹਨੂੰ ਪਹਿਲੇ ਕਿਸੇ ਦੌਰ ਤੇ ਸੁਲੇਮਾਨ। ਹਾਂ ਕੀ ਕਹਿੰਦਾ ਸੀ ਨਸਰ, ਪਿਆਰ ਮੁਹੱਬਤ ਯਾਰ, ਤੇ ਹੁਣ ਮੈਂ ਆਪੇ ਆਈ ਜਾਣਾ। ਮੈਂ ਤੇ ਸਾਜੀ ਤੁਹਾਨੂੰ ਇਸ ਕਰਕੇ ਕਹਿੰਦਾ, ਮੈਂ ਤੇ ਹੁਣ ਮੁਹੱਬਤ ਮੇਰੀ ਆਂਦੀ ਵੀਡੀਓ ਚ ਦੇਖਣਾ ਕਿ ਬੰਦਾ ਚੰਗਾ ਹੈ ਤੇ ਯਾਰ ਬੁਰੇ ਆ ਸੀ ਤੇ। ਨਹੀਂ ਨਹੀਂ ਤਦੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਸੀ ਕਿ ਯਾਰ ਉਸਤਾਦ ਨੂੰ ਲੈ ਕੇ, ਤੁਸੀਂ ਕਿਹਾ ਜੀ ਮੈਂ ਆ ਗਿਆ, ਮੈਂ ਕਿਹਾ ਸਾਜੂ ਉਹਦੇ ਜਾਂਦੇ ਹੀ ਰੋਗ, ਮੇਰੀ ਗੱਲ ਆਉਂਦੇ ਜਾਂਦੇ ਰੋਗ, 6 ਬੰਦੇ ਬੈਠੇ ਰੋਟੀ ਖਵਾਈ ਚਾਹ ਪਿਆਈ ਬੋਤਲ ਪਿਆਈ, ਖਰਚਾ ਹੋਇਆ ਨਾ, ਖਰਚਾ ਹੋਇਆ 1500 ਲੱਗ ਹੀ ਗਿਆ ਨਾ, ਲੱਗਾ ਲੱਗਾ, ਮਾੜਾ ਬੰਦਾ ਕਿੱਥੋਂ ਅਫੋਰਡ ਕਰਦਾ, ਚਲਾ ਹੀ ਰਿਹਾ ਨਾ ਜਿੰਨਾ ਜੋਗਾ ਹੈ, ਕਦੀ ਇਹਦੇ ਘਰ ਭੁੱਖੇ ਪੈਸੇ ਤੇ ਨਹੀਂ ਨਾ ਗਏ, ਨਾ ਨਾ ਨਾ, ਘਰ ਬੈ ਕੇ ਰੋਟੀ ਖਾਵਾਂ 5 ਦਿਨ ਦੀ ਬਦਾਈ ਕਰਾਂ ਤੇ ਫਿਰ ਮੇਰੇ ਨਾਲ, ਨਹੀਂ ਨਹੀਂ ਮਾੜੀ ਗੱਲ ਯਾਰ, ਜਿਹਦਾ ਖਾਓ ਸਮਝਾਤਾ ਹੁਣ ਸ਼ਰਮ ਕਰ ਲਓ, ਜਿਹਦਾ ਖਾਓ ਉਹਦਾ ਗੁਣ ਗਾਓ। ਦੇਖੋ ਕਹਿੰਦੇ ਘਰ ਬਹਿ ਕੇ ਰੋਟੀ ਖਾ ਰਿਹਾ ਨਾ, ਫਿਰ ਬਾਹਰ ਜਾ ਕੇ ਨਾਸਰ ਨੂੰ ਕਵਾਂ ਤੇ ਫਿਰ ਲੱਗਦੀ ਲਾਣਾ। ਨਹੀਂ ਨਹੀਂ ਉਹ ਤੇ ਗੱਲ ਨਹੀਂ, ਹੋ ਗਿਆ ਜੋ ਹੋ ਗਿਆ ਵਾਪਸ ਨਹੀਂ ਆਣਾ, ਉਹ ਨਹੀਂ ਨਹੀਂ, ਅੱਲਾਹ ਤਾਲਾ ਵੀ ਕਹਿੰਦਾ ਸ਼ੈਤਾਨ ਵਰਗੇ ਲਾਉਂਦਾ ਹੈ ਤੇਰੇ ਮਾਜ਼ੀ ਦੇ ਗੁਨਾਹ ਵਾਸਤੇ ਕਿ ਤੂੰ ਤੇ ਇੰਜ ਕਰਦਾ ਸੀ ਹੁਣ ਤੂੰ ਨਹੀਂ, ਉਹਨੂੰ ਭੁੱਲ ਜਾਓ, ਉਹ ਜੋਣਾ ਸੀ ਹੋ ਗਿਆ, ਮੇਰੇ ਤਕਦੀਰ ਚ ਉਹਨਾਂ ਕਿਉਂ ਤੋਂ ਨਹੀਂ ਮੈਂ ਕਰਾਂਗਾ, ਕੱਲ ਖਤਮ। ਨਹੀਂ ਨਾਲੇ ਜਿਹਦਾ ਨਮਕ ਖਾ ਲਓ, ਜਿਹੜੇ ਝੂਠ ਸੱਚ ਬੋਲੇ ਨੇ ਖਤਮ ਕਰ ਦਿਓ, ਪੁੱਤਰਬਾਜ਼ੀ ਦਿਖਾਓ ਲੋਕਾਂ ਦੇ ਪੈਸੇ ਬਚਾਓ, ਫਿਰ ਤੁਹਾਡੇ ਚੈਨਲ ਦਾ ਮਕਸਦ ਪੂਰਾ ਹੋਏਗਾ, ਸਮਾਜ ਸੀ ਫਿਰ ਪ੍ਰਮੋਟ ਕਰਾਂਗੇ ਤੁਹਾਨੂੰ, ਪੈਸਾ ਬੰਦੇ ਦਾ ਨਹੀਂ ਕਰਨਾ।
ਅਗਰ ਉਹ ਕਬੂਤਰ ਖਰੀਦੇ ਪੈਸਾ ਦੇ ਤਾਂ ਉਹਨੂੰ ਕਬੂਤਰ ਵੀ ਚੰਗਾ ਮਿਲਣਾ ਚਾਹੀਦਾ। ਇਹ ਨਹੀਂ ਕਿ ਦਰਸ਼ਨੀ ਕਬੂਤਰ ਲੈ ਲਏ ਬਾਦਰ ਹੁੰਦੇ, ਅਗਰ ਕਿੰਨੀ ਕੰਪਲੇਂਟਾਂ ਆਈਆਂ। ਅਸੀਂ ਪਹਿਲੇ ਤਾਂ ਲੈ ਕੇ ਨਹੀਂ ਦਿੰਦੇ, ਪਹਿਲੀ ਗੱਲ ਤਾਂ ਦਿੰਦੇ ਨਹੀਂ, ਲੈ ਕੇ ਨਾ ਦੋਗਾ ਭਾਈ ਸਸੀ। ਕਿਉਂ ਜੀ, ਇਹ ਇੱਕ ਬੰਦਾ ਤੁਹਾਡੇ ਸਾਹਮਣੇ ਬੈਠਾ ਭਾਈ, ਡਾਇਰੈਕਟ ਗੱਲ ਕਰੋ। ਤਾਂ ਜੀ ਇਧਰ ਆਓ, ਇੱਕ ਗੱਲ ਕਰਾਂ, ਇਧਰ ਆਓ। ਤੁਹਾਡੇ ਸਾਹਮਣੇ ਕੱਲ ਬੰਦੇ ਦਾ ਫੋਨ ਆਇਆ ਕਿ ਇਹ ਕਰਦਾ ਕਬੂਤਰ ਹੋਗਾ, ਕਹਿੰਦਾ ਪੈਸੇ ਭਾਈ ਬੋਲੋ ਮੈਂ ਭੇਜਾਂ। ਮੈਂ ਕਿਹਾ ਭਾਈ ਮੈਂ ਨਹੀਂ ਦਿੰਦਾ, ਮੇਰੇ ਕੋਲ ਆਪ ਚੰਗੇ ਨਹੀਂ, ਮੈਂ ਤੈਨੂੰ ਕਿੱਥੋਂ ਦੇਦਾ, ਕਿੱਥੋਂ ਦੇ, ਮਾਨੀ ਗੁਰਾਨੀ ਗੱਲ ਏ। ਮੈਂ ਕਿਹਾ ਯਾਰ ਹਲੇ ਰੁਕ ਜਾ, ਮਹੀਨਾ ਟਾਈਮ, ਮੈਂ ਲੱਭਾਂਗਾ, ਮੈਨੂੰ ਲੱਭ ਕੇ ਤੇ ਮੈਂ ਤੈਨੂੰ ਭੇਜ ਦਾਂਗਾ, ਵਰਨਾ ਮੈਂ ਨਹੀਂ ਭੇਜਦਾ। ਭਾਈ ਇਹ ਬਾਦੋ ਲੋਕੀ ਗਾਲਾਂ ਕੱਢਦੇ ਨੇ, ਮਾਂ ਕੱਢਦੇ ਨੇ, ਕੱਢਦੇ ਨੇ ਨਾਲੇ। ਕਿੰਨੀ ਦੇਰ ਜਿਹਦੀ ਗੱਲ ਸੁਣ ਮੇਰੀ, ਪਤਾ ਕੀ ਕਿੰਨੀ ਦੇਰ ਗੇੜਾ ਦੇ ਲੋਗੇ? ਨਹੀਂ ਨਹੀਂ, ਗੇੜਾ ਕਿੰਨੀ ਦੇਰ ਦੇ ਲੋਗੇ? ਮਹੀਨਾ, ਦੋ ਮਹੀਨੇ, ਸਾਲ, ਦੋ ਸਾਲ, ਪੰਜ ਸਾਲ, ਐਂਡ ਫਿਰ ਉਹ ਸਾਹਮਣੇ ਆਉਂਦੀ ਆਉਂਦੀ ਗੱਲ। ਹੋਰ ਗੱਲ, ਜਿਹੜੇ ਸਾਡੇ ਭਾਈ ਭਰਾ ਨੇ ਨਾ ਆਪਣੇ ਦੇਸੀ ਭਰਾ ਸਿਆਲਕੋਟ ਖਾਰੀਆਂ, ਅਗਰ ਇਹਨਾਂ ਦੇ ਪਿੰਡ ਜਾ ਕੇ ਕਬੂਤਰ ਉੜ ਜਾਓ ਨਾ, ਪੂਰੇ ਪਿੰਡ 'ਚ ਧੁੰਮ ਪਾ ਦਿੰਦੇ ਨੇ। ਮਾਂ ਬੰਦੇ ਨੇ ਭੇਜੇ ਸਾਨੂੰ ਕਬੂਤਰ, ਲੋਕੀ ਆਹ ਫੋਨ ਕਰਕੇ ਆਉਂਦੇ ਨੇ। ਬੜੀ ਗੱਲ, ਚੰਗੀ ਚੀਜ਼ ਦਾ ਚੰਗਾ ਮੁੱਲ ਹੈ, ਨੇਕੀ ਜਾਇਗਾ ਨਹੀਂ ਜਾਂਦੀ। ਰਾਈ ਕੇ ਬਰਾਬਰ, ਰਾਈ ਕੇ ਦਾਨੇ ਕੇ ਬਰਾਬਰ ਵੀ ਕਿਸੇ ਨੇ ਨੇਕੀ ਕੀ ਹੋਗੀ ਨਾ, ਉਹ ਵੀ ਅੱਲਾ ਨਿਕਾਲ ਪਾਈ ਲਾਏਗਾ। ਅਗਰ ਅੱਛੇ ਕਬੂਤਰ ਹੋਗੇ, ਅੱਛੀ ਨੀਅਤ ਸੇ ਦੀਓਗੇ, ਅੱਛੇ ਹੋਗੇ, ਉਹ ਆਜ ਨਹੀਂ ਤਾਂ ਕੱਲ ਬੈਨੀਫਿਟ ਹੀ ਹੈ। ਇੱਕ ਘੰਟੇ ਕੀ ਹੋ ਗਈ ਮੂਵੀ, ਮੈਂ ਇਹੀ ਲਗਾ ਦੇਣੀ ਪੂਰੀ। ਬਸ ਟਿਪ ਦੱਸ ਦਾਂ ਫਿਰ ਖਤਮ ਕਰ ਰਹੇ ਹਾਂ। ਓਕੇ, ਅਗਰ ਤੁਸੀਂ ਕਿਸੇ ਨੂੰ ਦਸਲੀ ਪਰਿੰਦੇ ਦਿਓਗੇ ਨਾ, ਦੇ ਦਿਓਗੇ, ਪੈਸੇ ਲੈ ਲਓਗੇ, ਆਪਣਾ ਮੋਬਾਈਲ ਬੰਦ ਕਰ ਦਿਓਗੇ, ਰਾਬਤਾ ਖਤਮ ਕਰ ਦਿਓਗੇ, ਤਾਂ ਤੁਹਾਨੂੰ ਲੱਭਦੇ ਲੱਭਦੇ ਤੁਹਾਡੇ ਘਰ ਪਹੁੰਚ ਜਾਏਗਾ। ਉਸਤਾਦ ਮੈਂ ਤੇਰੇ ਕੋਲ ਲੈਣੇ ਨੇ ਮੈਨੂੰ ਕਬੂਤਰ ਦੇ, ਕਬੂਤਰ ਬਾਜ਼ਾਰ ਦੀ ਇਹ ਫਿਤਰਤ ਦੇਗੀ। ਮੈਨੂੰ ਅੱਜ ਕੋਈ ਕਹਿ ਦੇ ਉਸਤਾਦ ਜੀ ਕਿ ਯਾਰ ਫਲਾਂ ਬੰਦੇ ਕੋਲ ਬੜੇ ਚੰਗੇ ਕਬੂਤਰ ਨੇ ਉੜਦੇ ਨੇ, ਅਸੀਂ ਜਾਵਾਂਗੇ, ਪਹੁੰਚ ਜਾਵਾਂਗੇ, ਉਸਤਾਦ ਤੇਰੀ ਮਿਹਰਬਾਨੀ ਸਾਨੂੰ ਦੇ, ਉਹ ਸਾਨੂੰ ਲੱਭਦਾ ਹੀ ਕੋਈ ਨਹੀਂ, ਸਾਰੇ ਫਲ ਨੂੰ ਲੱਭਦੇ ਨੇ। ਲਾਈ ਦੋਸਤੋ, ਦੋਸਤੋ ਗੱਲਾਂ ਦੇ ਗੱਲਾਂ ਚਿੜੀ ਮਾਰੀ ਕਰਨ ਲੱਗਾ ਹੁਣ। ਇਹ ਕਿਹਦਾ ਹੈਗਾ ਜੀ ਉੱਤੇ ਕਬੂਤਰ? ਦੋਸਤੋ ਇਹ ਨਾਸਰ ਦਾ ਜਾਲ ਹੈ, ਜਾਲ ਬੜਾ ਹਾਈਟ ਦਾ ਹੈ। ਇੱਥੇ ਵੀ ਜਾਵੇ, ਚੱਲ ਠੀਕ ਹੈ ਫਿਰ ਕੁੱਕਰ ਹੈ। ਚਲੋ ਜੀ ਆਜੋ, ਘੰਟੇ ਡੇਢ ਘੰਟੇ ਦੀ ਹੋ ਜਾਣੀ ਮੂਵੀ, ਮੈਂ ਸਾਰੀ ਠੋਕ ਦੇਣੀ ਹੈ। ਵੀਡੀਓ ਬਣਾਉਂਦੇ ਰਹੇ ਲੋ ਜੀ, ਕੱਲ ਇੱਕ ਹੋਰ ਗੱਲ, ਕੱਲ ਤੁਸੀਂ ਆਣਾ, ਕੱਲ ਅਸੀਂ ਰਾਤੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਲਾਈਵ ਬੈਠਾਂਗੇ। ਓਕੇ, ਸਾਰੇ ਚੈਨਲ ਮੇਰੇ ਤੇ ਬੈਠਾਂਗੇ, ਕਿਉਂਕਿ ਸਾਡੀ ਥੋੜੀ ਜੋੜੀਆਂ ਜ਼ਿਆਦਾ। ਜੋ ਮਰਜ਼ੀ ਖਵਾ ਦੇ, ਮੈਨੂੰ ਠੀਕ ਹੈ। ਨਹੀਂ ਨਹੀਂ, ਉਹਨੇ ਗੱਲ ਬੜੀ ਅੱਛੀ ਕੀਤੀ, 5000 ਤੇ ਘਟਾਈ ਜਾਏਗਾ ਨਾ। ਉਹ ਆ ਜਾਣਾ ਯਾਰ, ਤੈਨੂੰ ਆ ਜਾਣਾ, ਤੂੰ ਕਿਉਂ ਅੱਲਾ ਦੇ ਸ਼ੱਕਰ ਹੋ? ਨਹੀਂ ਨਾ, ਉਹ ਬੜੇ ਪੈਸੇ ਲਓ ਜੀ, ਕੱਲ ਵਾਕੀ ਲਾਈਵ ਆ ਜਾਈ ਯਾਰ, ਅਸੀਂ ਇਹਦੇ ਘਰ ਰੋਜ਼ ਆ ਕੇ ਬੋਲਿਆ ਡੇਢ ਘੰਟੇ ਦੀ।